ਰਾਜਨੀਤੀ ਬਾਰੇ ਆਖਿਆ ਜਾਂਦਾ ਹੈ ਰਾਜਨੀਤੀ ਕਿਸੇ ਦੀ ਸਕੀ ਨਹੀਂ ਹੋਈ ਰਾਜਨੀਤੀ ਭਾਈਆਂ ਚ ਵੀ ਫਿੱਕ ਪਵਾ ਦਿੰਦੀ ਹੈ ਗੱਲ ਮਾਜੇ ਦੀ ਕਰਦੇ ਆ ਤਾਂ ਮਾਜੇ ਦੇ ਕਾਦੀਆਂ ਹਲਕੇ ਦੀ ਗੱਲ ਲਾਜ਼ਮੀ ਹੁੰਦੀ ਹੈ ਜਿੱਥੇ ਇੱਕ ਕੋਠੀ ਹੈ ਦੋ ਭਰਾ ਇੱਕੋ ਕੋਠੀ ਚ ਰਹਿੰਦੇ ਆ ਇੱਕ ਨੇ ਬੀਜੇਪੀ ਦਾ ਝੰਡਾ ਲਾਇਆ ਹੋਇਆ ਦੂਜੇ ਨੇ ਕਾਂਗਰਸ ਦਾ ਝੰਡਾ ਲਾਇਆ ਹੋਇਆ ਮੈਂ ਗੱਲ ਕਰ ਰਿਹਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਘਰ ਦੀ ਫਤੇਜੰਗ ਸਿੰਘ ਬਾਜਵਾ ਹੋਰਾਂ ਦੇ ਘਰ ਦੀ ਅੱਜ ਦੇ ਪੋਡਕਾਸਟ ਚ ਸਾਡੇ ਨਾਲ ਰਹਿਣਗੇ ਫਤੇਜੰਗ ਸਿੰਘ ਬਾਜਵਾ ਬੀਜੇਪੀ ਦੇ ਵਾਈਸ ਪ੍ਰਧਾਨ ਨੇ ਪੰਜਾਬ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਤਾਂ ਹੋ ਜੀ ਚਾਦੀ ਕਲਾ ਸੇਮਤ ਜੀ ਜੀ ਜਿਵੇਂ ਕਿਹਾ ਵੀ ਜਦੋਂ ਰਾਜਨੀਤੀ ਦੀ ਗੱਲ ਆਉਂਦੀ ਹੈ ਰਾਜਨੀਤੀ ਕਹਿੰਦੇ ਪਾਈਆਂ ਚ ਫਿੱਕ ਪਵਾ ਦਿੰਦੀ ਹੈ ਤੁਸੀਂ ਮਤਲਬ ਘਰੇ ਸੌਖਾ ਕਿਵੇਂ ਕਿਵੇਂ ਦਾ এনवायरमेंट ਕਿਵੇਂ ਦਾ ਰਹਿੰਦਾ ਇੱਕ ਪਾਸੇ ਬੀਜੇਪੀ ਦਾ ਝੰਡਾ ਦੂਜੇ ਪਾਸੇ ਕਾਂਗਰਸ ਦਾ ਝੰਡਾ ਦੇਖੋ ਮਜਬੂਰੀਆਂ ਹੁੰਦੀਆਂ ਨੇ ਤੇ ਹਾਲਾਤ ਬਦਲਦੇ ਨੇ ਹੂੰ ਤਕਰੀਬਨ 35 ਤੋਂ 40 ਸਾਲ ਕਾਂਗਰਸ ਦੇ ਵਿੱਚ ਲਾਏ ਤੇ ਸਾਡੇ ਘਰ ਦੇ ਵਿੱਚ ਕਾਂਗਰਸ ਦਾ ਚੰਡਾਈ ਲਗਾ ਰਿਆ। ਅ ਜਦੋਂ ਕੁਝ ਹਾਲਾਤਾਂ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਾਇਆ ਜਾਂਦਾ ਔਰ ਪਾਰਟੀ ਦੇ ਵਿੱਚ ਮੇਰੀ ਸਾਡੀ ਇੱਕ ਫਿਤਰਤ ਰਹੀ ਹੈ ਜਿਹੜਾ ਕਿ ਸਾਡੇ ਬਜ਼ੁਰਗਾਂ ਤਾਂ ਸਾਨੂੰ ਉਹ ਚੀਜ਼ ਮਿਲੀ ਵੀ ਉਹ ਸੀ ਵੀ ਕੇ ਨਾ ਡਟ ਕੇ ਖਲੋਣ ਦੀ। ਵਾਅਦੇ ਘਾਟੇ ਜ਼ਿੰਦਗੀ 'ਚ ਹੁੰਦੇ ਰਹਿੰਦੇ ਆ ਪਰ ਉਸ ਵਕਤ ਅਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਮੈਂ ਖੜਨ ਦਾ ਮਨ ਬਣਾਇਆ ਔਰ ਇੱਕ ਰਾਜਨੀਤੀ ਵਿੱਚ ਬੜਾ ਵੱਡਾ ਬਦਲਾ ਆਇਆ ਔਰ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਉਸ ਤੋਂ ਬਾਅਦ ਕੁਦਰਤੀ ਗੱਲ ਹੈ ਵੀ ਜਦੋਂ ਤੁਸੀਂ ਇੱਕ ਪਾਰਟੀ ਜੁਆਇਨ ਕਰਦੇ ਹੋ ਤੁਸੀਂ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਫਿਰ ਕਾਮਨਾ ਵੀ ਕਰਦੇ ਹੋ ਤੇ ਉਦੋਂ ਫਿਰ ਇੱਕ ਝੰਡਾ ਜਿਹੜਾ ਸੀ ਅਸੀਂ ਵੇਖਣਾ ਵੀ ਉੱਚਾ ਕਿਤਾ ਹੋਊਗਾ ਤੇ ਫਿਰ ਝੰਡਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉੱਥੇ ਅਸੀਂ ਲਾਇਆ ਹੂੰ ਇਹ ਇਤਨੀ ਸ਼ੁਰੂਆਤ ਚੱਲੀ ਉਹ ਜਦੋਂ ਤੁਸੀਂ ਗੱਲ ਕਰਦੇ ਹੋ ਪ੍ਰੈਸ ਵਾਲਿਆਂ ਨੂੰ ਮੌਕਾ ਮਿਲ ਗਿਆ ਤੇ ਪ੍ਰੈਸ ਵਾਲਿਆਂ ਨੇ ਦੀ ਖਬਰ ਬਣਾਤੀ ਘਰੇ ਵੀ ਵੈਸੇ ਜਿਵੇਂ ਇੱਕੋ ਘਰ ਚ ਰਹਿੰਦੇ ਹੋ ਹਨਾ ਤੁਹਾਡੇ ਵਰਕਰਸ ਵੀ ਤੁਹਾਡੇ ਕੋਲੇ ਆਉਂਦੇ ਹੋਣਗੇ ਬਾਜਵਾ ਸਾਹਿਬ ਤੇ ਵੀ ਜ਼ਾਹਿਰ ਜੀ ਆਉਂਦੇ ਹੋਣਗੇ ਜਦੋਂ ਤੁਸੀਂ ਹਲਕੇ ਚ ਹੁੰਦੇ ਹੋ ਤਾਂ ਔਖਾ ਨਹੀਂ ਲੱਗਦਾ ਵਰਕਰਾਂ ਨੂੰ ਵੀ ਔਖਾ ਲੱਗਦਾ ਹੋਊਗਾ ਇੱਕੋ ਘਰੇ ਨਹੀਂ ਤੁਹਾਡੀ ਗੱਲ ਤੇ ਬਿਲਕੁਲ ਜ਼ਾਹਿਰ ਸੱਚੀ ਗੱਲ ਹੈ ਪਰ ਅਸੀਂ ਹੁਣ ਤਕਰੀਬਨ ਐ ਜਦੋਂ ਪਾਰਟੀਆਂ ਅੱਡ ਹੋ ਗਈਆਂ ਤੇ ਤੁਸੀਂ ਕਹਿੰਦੇ ਫਿੱਕ ਪਾਨ ਫਿੱਕ ਦੀ ਗੱਲ ਨਹੀਂ ਮਜਬੂਰੀ ਉਹ ਵੀ ਸਮਝਦੇ ਸੀ ਮਜਬੂਰੀ ਸਾਡੇ ਆਸੀਂ ਵੀ ਮੰਨਤੇ ਭਾਰ ਰੱਖ ਕੇ ਹੀ ਜਦੋਂ ਪਾਰਟੀ ਬੰਦਾ ਛੱਡਦਾ ਦੂਜਾ ਘਰ ਜਾਂਦਾ ਤੇ ਉਹਦੇ ਵਿੱਚ ਸਾਡੇ ਘਰ ਦੀ ਬੰਤਰ ਇਹਦੀ ਹੈ ਵੀ ਜਿੱਥੇ ਦੋ ਹੁਣ ਪੋਰਸ਼ਨ ਉਹਨਾਂ ਨੇ ਵੀ ਆਪਣੇ ਨਵਾਂ ਬਣਾਣਾ ਤੇ ਮੈਂ ਵੀ ਉਸ ਤਰੀਕੇ ਨੂੰ ਉਹਨੂੰ ਰੈਨੋਵੇਟ ਕਰਕੇ ਪੁਰਾਣੇ ਘਰ ਨੂੰ ਕਿਉਂਕਿ ਸਾਡਾ ਘਰ ਤਕਰੀਬਨ 100 ਸਾਲ ਤੋਂ ਪੁਰਾਣਾ ਹੈ ਤੇ ਬਜ਼ੁਰਗਾਂ ਦੇ ਵਕਤ ਦਾ ਸੀ ਉਹਨੂੰ ਢਾਣਾ ਨਹੀਂ ਤੂੰ ਪੁਰਾਣੀਆਂ ਚੀਜ਼ਾਂ ਦੀ ਆਪਣੀ ਮਹੱਤਤਾ ਹੁੰਦੀ ਹੈ ਆਪਣਾ ਨਿਗ ਹੁੰਦਾ ਹੈ ਸੋ ਇਸ ਤਰੀਕੇ ਨਾਲ ਅਸੀਂ ਮੰਨਦਾ ਵਿਚਾਰ ਕੀਤਾ ਬਾਕੀ ਸਾਡੇ ਭਰਾਵਾਂ ਦੇ ਵਿੱਚ ਕੋਈ ਫਿੱਕ ਪੈਣ ਵਾਲੀ ਕੋਈ ਗੱਲ ਨਹੀਂ ਸਮਝਦੇ ਨੇ ਉਹ ਵੀ ਰਾਜਨੀਤੀ ਨੂੰ ਸਮਝਦੇ ਆ ਤੇ ਨਾਲੇ ਫਿਰ ਜਦੋਂ ਕਹਿੰਦੇ ਵੀ ਬੋੜ ਥੱਲੇ ਦੂਜਾ ਬੂਟਾ ਨਹੀਂ ਉਗਦਾ ਬੋੜ ਦੀ ਛਾਵੇਂ ਬੋੜ ਨਹੀਂ ਉਗਦਾ ਬੋੜ ਦੀ ਛਾਵੇਂ ਬੋੜ ਨਹੀਂ ਉਗਦਾ ਤੇ ਫਿਰ ਚਲੋ ਰੱਬ ਵੱਲੋਂ ਜਦੋਂ ਇਹ ਵਕਤ ਆਇਆ ਤੇ ਉਸ ਚੀਜ਼ ਦਾ ਫਿਰ ਆਪਾਂ ਫੈਸਲਾ ਲੈ ਕੇ ਤੇ ਆਪਣੀ ਚੜ੍ਹਦੀ ਕਲਾ ਲਈ ਆਪਣੇ ਫਿਰ ਕੰਮ ਕਰੀਦੇ ਨੇ ਬਕਾਇਦਾ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ ਦੇ ਵਿੱਚ ਲਿਜਾਣ ਦੀ ਜਿਹੜਾ ਸਾਡੇ ਮੋਢੇ ਤੇ ਭਾਰ ਪਾਇਆ ਪਾਰਟੀ ਨੇ ਤੇ ਉਸ ਨੂੰ ਹੁਕਮ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੋਸ਼ਿਸ਼ ਕਰ ਰਹੇ ਆਂ ਵੀ ਅਸੀਂ ਗਾਂਵ ਵਧਾਈਏ ਪਾਰਟੀ ਨੂੰ ਬਜਵਾ ਸਾਹਿਬ ਪਾਰਟੀ ਚਲੋ ਆਪ ਪੋਲਿਟਿਕਲ ਗੱਲਾਂ ਵੀ ਨਾਲ-ਨਾਲ ਚੱਲਣਗੀਆਂ ਆਪਾਂ ਜਿਹੜਾ ਆਪਣੇ ਸ਼ੋਅ ਦਾ ਫਾਰਮੈਟ ਹੈ ਇਹ ਆਪਾਂ ਜਿਹੜੀਆਂ ਹਲਕੀਆਂ ਫੁਲਕੀਆਂ ਗੱਲਾਂ ਕਰਾਂਗੇ ਪਰ ਨਾਲ ਦੀ ਨਾਲ ਇੱਕ ਪਿਛਲੇ ਦਿਨੀ ਬਿਆਨ ਆਉਂਦਾ ਵੱਡੇ ਬਾਜਵਾ ਸਾਹਿਬ ਦਾ ਜੀ ਕਿ 32 ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਸਾਡੇ ਟੱਚ 'ਚ ਨੇ ਆਮ ਆਦਮੀ ਪਾਰਟੀ ਅੱਗੋਂ ਕਹਿੰਦੀ ਵੀ ਆਪਦੇ ਭਰਾ ਨੂੰ ਤਾਂ ਤੁਸੀਂ ਰੱਖ ਨਹੀਂ ਸਕੇ ਪਾਰਟੀ 'ਚ ਕਹਿੰਦੇ ਉਹ ਤਾਂ ਭਾਜਪੀ 'ਚ ਚਲੇ ਗਏ ਕਹਿੰਦੇ ਸਾਡੇ ਬੱਤੀਆਂ ਨੂੰ ਛੱਡੋ ਹਾਂ ਦੇਖੋ ਆਰਨ ਆ ਵੀ ਨਵੀਂ ਪਾਰਟੀ ਬਣੀ ਹੈ ਤੇ ਜਦੋਂ ਕਹਿੰਦੇ ਨੇ ਵੀ ਪਾਰਟੀ ਬਣਦੀ ਉਹਦੇ ਵਿੱਚ ਉਤਲ ਪੁਤਲ ਜ਼ਰੂਰ ਹੁੰਦੀ ਹੈ ਕਈ ਪਾਰਟੀਆਂ ਛੱਡ ਕੇ ਕੋਈ ਕਾਂਗਰਸ ਛੱਡ ਕੇ ਹੀ ਆਮ ਆਦਮੀ ਵਿੱਚ ਗਏ ਹੋਣਗੇ ਕੋਈ ਵਕਫਤ ਸੋ ਉਹਨਾਂ ਦਾ ਉਹਨਾਂ ਦਾ ਨੇੜ ਕੁਦਰਤੀ ਗੱਲ ਹੈ ਪੁਰਾਣੇ ਲੀਡਰਾਂ ਨਾਲ ਹੁੰਦਾ ਹੈ ਤੁਹਾਡਾ ਨੇੜ ਹੈਗਾ ਵੱਡੇ ਬਾਜਵਾ ਸਾਹਿਬ ਨਾਲ ਨਹੀਂ ਨੇੜ ਤਾਂ ਦੇਖੋ ਜਦੋਂ ਭਰਾ ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਾਡੇ ਮਦਰ ਨੇ ਇੱਕੋ ਗੱਲ ਸਿਖਾਈ ਸੀ ਵੀ ਇਹ ਭਰਾ ਤੇਰਾ ਵੱਡਾ ਭਰਾ ਵੀ ਹੈ ਤੇ ਪਿਓ ਵੀ ਹੈ ਤੇ ਚਾਹੇ ਮੇਰੀ ਉਮਰ ਦਾ ਬਹੁਤਾ ਨਹੀਂ 2 3 ਸਾਲ ਦਾ ਹੀ ਫਰਕ ਹੈ ਤੇ ਪਰ ਫਿਰ ਵੀ ਮੈਂ ਉਹਨਾਂ ਦੇ ਗੋਡੀ ਹੱਥ ਲਾ ਕੇ ਮਿਲਦਾ ਜਿਹੜੀ ਕਿ ਅੱਜ ਕੱਲ ਬਹੁਤ ਤੁਸੀਂ ਵੇਖੋਗੇ ਵੀ ਸ਼ਾਇਦ ਬੇਟੇ ਵੀ ਆਪਣੇ ਬਾਪ ਨੂੰ ਪੈਰੀ ਨਹੀਂ ਹੱਥ ਲਾਉਂਦੇ ਪਰ ਜਦੋਂ ਵਿਰੋਧੀ ਆਂਦੇ ਆ ਵੀ ਆਪਦੇ ਭਰਾ ਨੂੰ ਹੀ ਨਹੀਂ ਰੱਖ ਸਕੇ ਤੁਸੀਂ ਕਹੇ ਚ ਨਹੀਂ ਉਹਨਾਂ ਦੇ ਜਾਂ ਤੁਹਾਨੂੰ ਕੀ ਬਾਜਵਾ ਸਾਹਿਬ ਨੇ ਜਦੋਂ ਤੁਸੀਂ ਰਾਏ ਤਾਂ ਕੀਤੀ ਹੋਗੀ ਉਹਨਾਂ ਵੇਲੇਾਂ 'ਚ ਨਹੀਂ ਕੋਈ ਕੋਈ ਰਾਏ ਨਹੀਂ ਫਿਰ ਜਦੋਂ ਮਨ ਬਣਾਇਆ ਤੇ ਫਿਰ ਪਤਾ ਹੀ ਉਦੋਂ ਲੱਗਾ ਜਦੋਂ ਮੈਂ 파ਟੀ ਜੋਇਨ ਕੀਤਾ ਅੱਛਾ ਪਰ ਉਹਨਾਂ ਦਾ ਫੋਨ ਆਇਆ ਨੇ پارٹی ਤੇ ਫੋਨ ਕਰਦਾ ਕਰਨਾ ਜਦੋਂ ਅਗਲੇ ਨੇ ਵੇਖਿਆ ਵੀ ਉਹਨੇ ਰਾਹ ਹੀ ਆਪਣਾ ਬਦਲ ਲਿਆ ਤੇ ਫਿਰ ਫੋਨ ਵਾਲੀ ਗੱਲ ਤੇ ਅਗਲੇ ਸਮਝ ਦੇ ਨਾ ਮੈਂ ਹੁਣ ਫੋਨ ਕਰਕੇ ਤੇ ਕੀ ਪੁੱਛਾਂਗਾ ਕਰਾਂ ਕੋਈ ਰਾਏ ਨਹੀਂ ਕੀਤੀ ਉਹਨਾਂ ਨੇ ਨਹੀਂ ਕੋਈ ਰਾਏ ਨਹੀਂ ਕੀਤੀ ਆਪਣੇ ਜੋ ਸਾਡੇ ਮਾਨੂੰ ਉਦੋਂ ਅਸੀਂ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਮੰਨਿਆ ਸੀ ਉਹਨੂੰ ਮੈਂ ਉਹਨੂੰ ਮੰਨ ਕੇ ਫਿਰ ਆਪਾਂ ਇਕੱਠੇ ਜਾ ਗਏ ਆ ਤੇ ਉਹਦੇ ਵਿੱਚ ਕੋਈ ਠੀਕ ਹੈ ਜ਼ਿੰਦਗੀ ਦੇ ਜਦੋਂ ਫੈਸਲਾ ਲਿਆ ਤੇ ਫਿਰ ਆਪਣੇ ਜੋ ਮੰਨ ਚਾਏ ਉਹ ਫੈਸਲਾ ਲਿਆ ਮੈਂ ਨਾ ਦੇਖ ਰਿਹਾ ਸੀਗਾ ਤੁਸੀਂ ਕਹਿੰਦੇ ਹੁੰਦੇ ਹੋ ਵੀ ਮੈਂ ਤੇ ਵੱਡੇ ਬਾਜਵਾ ਸਾਹਿਬ ਹਨਾ ਤੁਸੀਂ ਕਹਿੰਦੇ ਮੈਂ ਕੱਪੜੇ ਪ੍ਰੈਸ ਕਰ ਲੈਣੇ ਆਪਦੇ ਤੇ ਪਾ ਉਹਨਾਂ ਨੇ ਲੈਣੇ ਕਈ ਵਾਰੀ ਕਿਉਂਕਿ ਤੁਸੀਂ ਇਕੱਠੇ ਪੀਪੀਐਸ ਨਾਪੇ ਇਕੱਠੇ ਪੜਦੇ ਸੀਗੇ ਹਾਂ ਹਾਂ ਜੀ ਕਹਿੰਦੇ ਵੀ ਉਹਨਾਂ ਨੇ ਪਾ ਲੈਣੇ ਤੇ ਮੈਂ ਕਦੇ ਕਹਿਣਾ ਵੀ ਨਾ ਵੀ ਤੁਸੀਂ ਮੇਰੇ ਕਿਉਂ ਪਾਲੇ ਕਹਿੰਦੇ ਵੀ ਮੈਂ ਇਨਾ ਸਤਕਾਰ ਜਿਵੇਂ ਤੁਸੀਂ ਕਹ ਮੈਂ ਗੁੱਡੀ ਹੱਥ ਲਾਉਂਦਾ ਸੀਗਾ ਅੱਜ ਕਿਵੇਂ ਲੱਗਦਾ ਹੈ ਨਹੀਂ ਦੇਖੋ ਪੋਲਿਟਿਕਸ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਤੇ ਤੋਂ ਕਾਲਜ ਚ ਇਕੱਠੇ ਪੜਦੇ ਹੋ ਨਾ ਤੇ ਇਨੀ ਉਮਰ ਦੇ ਦੋਸਤ ਹੀ ਹੁੰਦੇ ਨੇ ਭਰਾਵਾਂ ਦਾ ਘੱਟ ਰਿਸ਼ਤਾ ਤੇ ਯਾਰੀ ਵਾਲਾ ਬਹੁਤਾਂ ਰਿਸ਼ਤਾ ਸੀ ਉਹ ਠੀਕ ਹੈ ਵੀ ਅਸੀਂ ਕਾਲਜ ਚ ਬਾਅਦ ਡੀਏਵੀ ਕਾਲਜ ਜਲੰਧਰ ਆਏ ਤੇ ਉਦੋਂ ਫਿਰ ਜਦੋਂ ਕੱਪੜਿਆਂ ਦੀ ਹੋਣੀ ਪੱਗ ਚਾਕੇ ਜਾਣੀ ਤੇ ਉਹਨਾਂ ਬੰਨ ਲੈਣੀ ਤੇ ਫਿਰ ਪੁੱਛਣਾ ਵੀ ਕਿਉਂ ਕਿਓ ਜੀ ਲੱਗਦੀ ਹੈ ਤੇ ਫਿਰ ਇਹ ਕਹਿੰਦਾ ਵੀ ਬਹੁਤ ਸੋਹਣੀ ਲੱਗਦੀ ਬੜੀ ਫੱਬਦੀ ਹੈ ਤੋ ਇਹ ਚੀਜ਼ ਜ਼ਿੰਦਗੀ ਜਦੋਂ ਕਾਲਜ ਦੇ ਦਿਨ ਸੀ ਨਾ ਦੀ ਉਦੋਂ ਤੇ ਇਹ ਵੀ ਦੀ ਕਰਦਾ ਸੀ ਵੀ ਭਰਾ ਨੂੰ ਕੋਈ ਹੋਏ ਕਿਆ ਤੇ ਉਹਦੇ ਨਾਲ ਡਟ ਕੇ ਵੇਖਣਾ ਤੇ ਅ ਵਕਤ ਦੇ ਨਾਲ ਜਦੋਂ ਵਿਆਹ ਸ਼ਾਦੀਆਂ ਹੋ ਜਾਂਦੀਆਂ ਬੱਚੇ ਹੋ ਜਾਂਦੇ ਆ ਤੇ ਹਰ ਇੱਕ ਦਾ ਇੰਟਰਸਟ ਵੀ ਥੋੜਾ ਫਰਕ ਪੈ ਜਾਂਦਾ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਪਿਆ ਸਾਡੇ ਪਿਆਰ 'ਚ ਕੋਈ ਫਰਕ ਨਹੀਂ ਹੈ ਪਰ ਇੱਕ ਗੱਲ ਪੱਕੀ ਹੈ ਵੀ ਜਿੱਥੇ ਪਾਰਟੀ ਕਿਉਂਕਿ ਇੱਕ ਖੂਨ ਦੇ ਵਿੱਚ ਇੱਕ ਚੀਜ਼ ਆਂਦੀ ਹੈ ਵਫਾਦਾਰੀ ਉਹ ਵਫਾਦਾਰੀ ਬੇਤੀ ਕਦੀ ਇਹ ਫਿੱਕ ਨਹੀਂ ਪਈ ਵੀ ਮੈਂ ਹ ਰ ਹੈ ਜੀ ਪੀ ਚਾ ਤੇ ਮੈਂ ਉਧਰ ਕੁਸਪਸ ਕਰਦਾ ਜਾਂ ਕਿਤੇ ਨਾ ਨਾ ਉਹਨਾਂ ਕਦੀ ਕੀਤੀ ਤੇ ਨਾ ਮੈਂ ਹੀ ਕਦੀ ਕੀਤੀ ਘਰ ਤੇ ਮਿਲੀਦਾ ਜਦੋਂ ਆਂਦੇ ਨੇ ਮੁਲਾਕਾਤ ਹੁੰਦੀ ਹੈ ਮੱਥਾ ਟੇਕੀਦਾ ਪਰ ਉਹ ਆਪਣੇ ਉੱਪਰ ਚੱਲ ਜਾਂਦੇ ਨੇ ਜੇ ਕੱਲ ਨੂੰ ਉਹਨਾਂ ਨੇ ਕਹਤਾ ਵੀ ਬਾਜਵਾ ਸਾਹਿਬ ਦੇ ਖਿਲਾਫ ਚੋਣ ਲੜਨੀ ਆ ਬੀਜੇਪੀ ਨੇ ਕਹਤਾ ਲੜੂਗੇ ਫਿਰ ਬਿਲਕੁਲ ਲੜਾਂਗੇ ਪੱਕੀ ਗੱਲ ਹੈ ਪਾਰਟੀ ਦੇਖੋ ਗੱਲ ਹੀ ਸਮਝਦੇ ਪਾਰਟੀ ਦਾ ਹੁਕਮ ਹੋਏ ਪਾਰਟੀ ਕਹਿੰਦੇ ਦੇਸ਼ ਤੋਂ ਬਾਅਦ ਪਾਰਟੀ ਸਾਰਿਆਂ ਨੂੰ ਪਿਆਰੀ ਹੁੰਦੀ ਭਰਾ ਨਹੀਂ ਪਿਆਰਾ ਨਹੀਂ ਭਰਾ ਭਰਾ ਮੰਨ ਲਈ ਤੁਹਾਡੀ ਗੱਲ ਪਰ ਉਹ ਜਦੋਂ ਕੋਈ ਇਹੋ ਜਿਹੇ ਹਾਲਾਤ ਅੱਬਲ ਤਾਂ ਰੱਬ ਨਾ ਕਰੇ ਤੇ ਜੇ ਹੋਏ ਤੇ ਫਿਰ ਪਾਰਟੀ ਦਾ ਜਿਹੜਾ ਉਹ ਬੀੜਾ ਉਹ ਸਿਰ ਚੁਕਣਾ ਪੈਣਾ ਇਹ ਚਲੋ ਇਹ ਚੀਜ਼ਾਂ ਉਹ ਕਰਨਾ ਤੇ ਕਾਲਪੁਰਖ ਨੇ ਪਤਾ ਨਹੀਂ ਕਿਹੜੇ ਕਿਹੜੇ ਟੈਸਟ ਬੰਦਾ ਜ਼ਿੰਦਗੀ ਚ ਲੈਂਦਾ ਤੇ ਟੈਸਟ ਚ ਕੋਸ਼ਿਸ਼ ਕਰਾਂਗੇ ਬਈ ਪਾਸ ਹੋਈਏ ਬਿਲਕੁਲ ਬਾਜਵਾ ਸਾਹਿਬ ਜਿੰਨਾ ਕੁ ਮੈਨੂੰ ਪਤਾ ਹਨਾ ਕਿਤੇ ਨਾ ਕਿਤੇ ਨਾ ਖੁਸ਼ ਵੀ ਸੀਗੇ ਵੱਡੇ ਬਾਜਵਾ ਸਾਹਿਬ ਤੁਹਾਡੇ ਇਧਰ ਰਾਜਨੀਤੀ ਚ ਆਉਣ ਤੋਂ ਇਹ ਗੱਲ ਸੀਗੀ ਜਾਂ ਨਹੀਂ ਨਹੀਂ ਇਹ ਗੱਲ ਕਹੀ ਜਾਂਦੀ ਹੈ ਰਾਜਨੀਤੀ ਵਿੱਚ ਮੇਰਾ ਹਾਂ ਤੇ ਨਹੀਂ 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 ਇਨ ਫੈਕਟ ਮੈਂ ਬਿਜ਼ਨਸ ਕਰਦਾ ਸੀ ਹੂੰ ਔਰ ਵੱਡੇ ਪ੍ਰਤਾਪ ਖੁਰੀ ਪੋਲਿਟਿਕ ਸੀ ਔਰ ਹਮੇਸ਼ਾ ਜਦੋਂ ਪੋਲਿਟਿਕਸ ਇਨ ਹੈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਤੇ ਅਸੀਂ ਇਹਨਾਂ ਦੇ ਨਾਲ ਐਜ਼ ਅ ਸਪੋਰਟਰ ਹੀ ਹੁੰਦੇ ਸੀ ਬਿਲਕੁਲ ਚੋੜਾ ਚੋੱਕੇ ਨਾਲ ਤੁਰਨਾ ਤੇ ਉਸ ਤੋਂ ਬਾਅਦ ਸਨ 1999 ਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪ੍ਰਧਾਨ ਬਣ ਕੇ ਆਂਦੇ ਨੇ ਤੇ ਕਾਂਗਰਸ ਦੇ ਤੇ ਉਦੋਂ ਇਹ ਜਦੋਂ ਦੌਰਾ ਕਰਦੇ ਨੇ ਜ਼ਿਲ੍ਹਿਆਂ ਦਾ ਤੇ ਇਹਨਾਂ ਨੂੰ ਸ਼ਿਰੀ ਅਰਗੁਬਿੰਦਪੁਰ ਏਰੀਆ ਚ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਇਹ ਪਤਾ ਲੱਗਾ ਵੀ ਉਹ 40 ਸਾਲਾਂ ਤੋਂ ਲਗਾਤਾਰ ਅਕਾਲੀ ਦਲ ਉਸ ਸੀਟ ਤੇ ਕਾਬਜ਼ ਹੈ ਬਿਲਕੁਲ ਤੇ ਉਸ ਤੋਂ ਪਹਿਲੇ ਮੇਰੇ ਫਾਦਰ ਸਰਦਾਰ ਸਤਨਾਮ ਸਿੰਘ ਬਾਜਵਾ 1962 ਵਿੱਚ ਪਹਿਲੀ ਵਾਰ ਐਮਐਲਏ ਕਾਂਗਰਸ ਦੀ ਟਿਕਟ ਤੇ ਸ਼ਿਰੀ ਅਰਗੁਬਿੰਦਪੁਰ ਤੋਂ ਬਣਿਆ ਸੀ ਜੀ ਤੋਂ ਉਹਨਾਂ ਨੇ ਕਿਹਾ ਵੀ ਹੁਣ ਕਿਉਂ ਨਹੀਂ ਕਾਂਗਰਸ ਆ ਸਕਦੀ ਤੇ ਸਾਡੇ ਉਹ ਜਿਹੜੇ ਇਲਾਕੇ ਨੇ ਸ਼੍ਰੀ ਹਰਗੋਬਿੰਦਪੁਰ ਬੜੇ ਪੱਕੇ ਕਟੜ ਅਕਾਲੀ ਪੰਥਕ ਇਲਾਕੇ ਨੇ ਔਰ ਉਹਦੇ ਵਿੱਚ ਇਹਨਾਂ ਨੂੰ ਇਹਨਾਂ ਨੇ ਜਦੋਂ ਇਨਫੋਰਮੇਸ਼ਨ ਕਲੈਕਟ ਕੀਤੀ ਤੇ ਇਹਨਾਂ ਨੇ ਪ੍ਰਤਾਪਪੁਰਾਣਾ ਗੱਲ ਕੀਤੀ ਕੈਪਟਨ ਸਾਹਿਬ ਨੇ ਵੀ ਆਪਣੇ ਪਰਿਵਾਰ ਦਾ ਇੱਕ ਬੰਦਾ ਤਾਂ ਜਿਹਨੂੰ ਅਸੀਂ ਇੱਥੇ ਸ਼੍ਰੀ ਹਰਗੋਬਿੰਦਪੁਰ ਤਿਆਰੀ ਕਰਨ ਲਈ ਲਾਈਏ ਤੇ ਪ੍ਰਤਾਪਪੁਰਾਣਾ ਨੇ ਜ਼ਿਕਰ ਕੀਤਾ ਵੀ ਜੀ ਸਾਡੇ ਤੇ ਮਦਰ ਨੇ ਅਸੀਂ ਲੇਡੀਜ਼ ਜਿਹੜੀਆਂ ਇਲੈਕਸ਼ਨ ਤੇ ਵਿੱਚ ਸਾਡੇ ਨਹੀਂ ਬਹੁਤਾ ਹਿੱਸਾ ਲੈਂਦੀਆਂ ਤੇ ਛੋਟਾ ਫਤਿਹ ਹੈ ਉਬੇਜ਼ ਨਿਸ ਕਰਦਾ ਤੇ ਸਾਡੇ ਕੋਲ ਕੋਈ ਇਹੋ ਜੀ ਕੋਈ ਗੱਲ ਨਹੀਂ ਪਰ ਜਿਹਨੂੰ ਪਾਰਟੀ ਇੱਥੇ ਖੜਾ ਕਰਿਆ ਸੀ ਉਹਦੀ ਮਦਦ ਕਰਾਂਗੇ ਨਾਲ ਉਹਨਾਂ ਕਹਿੰਦੇ ਗੱਲ ਨਹੀਂ ਬੰਨੀ ਤੁਸੀਂ ਆਪਣੇ ਪਰਿਵਾਰ ਤੋਂ ਖੈਰ ਉਹਨਾਂ ਦੀ ਗੱਲ ਕਰਨ ਤੇ ਪ੍ਰਤਾਪ ਹੁਰਾ ਨੇ ਇਹ ਘਰ ਦੇ ਵਿੱਚ ਸਲਾਹ ਕਰਕੇ ਕਹੀ ਵੀ ਫਤਿਹ ਤੂੰ ਸ਼੍ਰੀ ਹਰਗਵਿੰਦਪੁਰ ਤੋਂ ਤਿਆਰੀ ਕਰ ਜੀ ਤੇ ਮੈਂ ਉਦੋਂ ਇੱਕ ਗੱਲ ਸਾਰੇ ਪਰਿਵਾਰ 'ਚ ਕਹੀ ਮੈਂ ਕਿਹਾ ਮੈਨੂੰ ਨਾ ਇਸ ਬੰਨੇ ਕਰੋ ਕਿਉਂਕਿ ਦੋ ਦੋਵੇਂ ਭਰਾ ਜੇ ਅਸੀਂ ਉਧਰ ਲੱਗੇ ਤੇ ਉਜਾੜਾ ਬੜਾ ਹੋਊਗਾ ਕਮਾਈ ਕੌਣ ਕਰੂਗਾ ਤੇ ਉਹਨਾਂ ਦਾ ਇਹ ਸੀ ਵੀ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਜੇ ਕਿਹਾ ਹੈ ਪਾਰਟੀ ਦਾ ਪ੍ਰਧਾਨ ਆ ਤੇ ਆਪਾਂ ਨੂੰ ਉਸ ਗੱਲ ਤੇ ਪੂਰਾ ਉੱਤਰਨਾ ਚਾਹੀਦਾ ਹੈ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਮੈਂ ਕਿਹਾ ਫਿਰ ਮੇਰੀ ਇੱਕ ਗੱਲ ਸੁਣ ਲਓ ਮੈਂ ਜੇ ਲੋਕਾਂ ਤੇ ਗਿਆ ਤੇ ਮੈਂ ਲੋਕਾਂ ਨਾਲ ਇਹ ਕਹਾਂਗਾ ਨਾ ਵੀ ਮੈਂ ਉਥੋਂ ਇਲੈਕਸ਼ਨ ਲੜਨੀ ਹੈ ਜੀ ਮੈਂ ਇਹ ਤੇ ਨਹੀਂ ਕਵਾਂਗਾ ਵੀ ਮੈਂ ਉਹ ਆ ਤੁਹਾਨੂੰ ਮਿਲਣ ਲਈ ਤੇ ਮੇਰੇ ਨਾਲ ਚੱਲੋ ਤੇ ਲੋਕ ਕਿਉਂ ਕਾਲੀ ਦਲ ਨੂੰ ਛੱਡ ਕੇ ਉਧਰ ਆਣਗੇ ਬਿਲਕੁਲ ਤੇ ਫਿਰ ਕਹਿਣ ਲੱਗੇ ਵੀ ਠੀਕ ਐ ਕੋਈ ਗੱਲ ਨਹੀਂ ਤੇ ਮੈਂ ਕਿਹਾ ਵੀ ਫਿਰ ਮੈਨੂੰ ਤੁਸੀਂ ਪਾਰਟੀ ਟਿਕਟ ਦੇ ਚਾਹੇ ਨਾ ਦੇ ਇਲੈਕਸ਼ਨ ਫਿਰ ਮੈਂ ਲੜਾਂਗਾ ਤੇ ਫਿਰ ਮੈਨੂੰ ਕੱਲ ਨੂੰ ਨਾ ਕਿ ਉਹ ਵੀ ਤੂੰ ਮੇਰਾ ਆਖਾ ਨਹੀਂ ਮੰਨਿਆ ਤੇ ਹੁਣ ਆ ਕਰ ਲਾ ਉਹ ਕਰ ਲਾ ਕਿਉਂਕਿ ਮੇਰਾ ਇੱਕ ਜ਼ਿੰਦਗੀ 'ਚ ਇਹ ਇੱਕ ਮੇਰੀ ਨੇਚਰ ਐ ਵੀ ਮੈਂ ਜਿਹਦੇ ਨਾਲ ਖਲੋਣਾ ਨਾ ਜਿੰਨਾ ਜਿਹਨੂੰ ਵਚਨ ਦੇ ਦਿੱਤਾ ਉਹ ਦੁਨੀਆ ਈਦਰ ਦੀ ਉਧਰ ਹੋ ਜੇ ਨੁਕਸਾਨ ਹੋ ਜੇ ਜੋ ਮਰਜ਼ੀ ਹੋ ਜੇ ਮੈਂ ਉਸ ਤੋਂ ਕਦੀ ਪਿੱਛੇ ਨਹੀਂ ਹਟਿਆ ਤੇ ਇਹਨਾਂ ਨੇ ਉਸ ਵਕਤ ਇਹ ਸੋਚਿਆ ਵੀ ਜਜ਼ਬਾਤੀ ਹੋ ਕੇ ਗੱਲ ਕਰਦਾ ਤੇ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਤੂੰ ਤਗੜਾ ਹੋ ਤੇ ਆਪਾਂ ਇਲੈਕਸ਼ਨ ਜੋ ਵੀ ਆਪਾਂ ਜੋ ਵਾਦਾ ਕਰਾਂਗੇ ਉਹ ਕਰਾਂਗੇ 2002 ਦੀ ਇਲੈਕਸ਼ਨ ਆ ਗਈ ਉਹ ਟਿਕਟ ਜਿਹੜੀ ਸ਼੍ਰੀ ਹਰਗਵਿੰਦਪੁਰ ਦੀ ਸੀ ਉਹ ਸਾਡੇ ਅਲਾਈਅੰਸ ਕਾਂਗਰਸ ਦਾ ਔਰ ਸੀਪੀਆਈਐਮ ਦੇ ਅਲਾਈਅੰਸ ਉਹ ਸੀਪੀਆਈਐਮ ਨੂੰ 13 ਸੀਟਾਂ ਇਹਨਾਂ ਨੇ ਪੰਜਾਬ ਦਿੱਤੀਆਂ ਜਿਹਦੇ ਵਿੱਚੋਂ ਪਹਿਲੀ ਸੀਟ ਸ਼੍ਰੀ ਹਰਗੋਬਿੰਦਪੁਰ ਦੀ ਸੀ ਬਿਲਕੁਲ ਕਿਉਂਕਿ ਸੀਪੀਆਈ ਪਹਿਲਾਂ ਵੀ 99 ਵਿੱਚ ਜਿੱਤ ਚੁੱਕੀ ਸੀ 99 'ਚ ਉੱਥੋਂ ਜਿੱਤ ਚੁੱਕੇ ਸੀ ਟੀਰੋ ਵਾਲੀ ਤੇ ਮੈਂ ਉਦੋਂ ਆਜ਼ਾਦ ਕਾਗਜ਼ ਭਰਤੇ ਤੇ ਆਜ਼ਾਦ ਕਾਗਜ਼ ਭਰਤੇ ਤੇ ਇਹ ਮੈਨੂੰ ਲੱਭਦੇ ਫਿਰਨ ਇੱਕ ਕੈਪਟਨ ਸਾਹਿਬ ਵੀ ਫੋਨ ਕਰਵਾਨ ਪਰ ਰਤਿੰਦਰ ਚੈਲ ਕਰਨ ਹੋਰ ਕਰਨ ਵੀ ਉਹਨੂੰ ਸਮਝਾਓ ਵੀ ਕਾਗਜ਼ ਵਾਪਸ ਲਿਆਏ ਵੀ ਆਪਾਂ ਪਾਰਟੀ ਮੈਂ ਕਿਹਾ ਜੀ ਹੁਣ ਜੋ ਮੈਂ ਵਾਦਾ ਲੋਕਾਂ ਨਾਲ ਕੀਤਾ ਮੈਂ ਪਛਾਣ ਨਹੀਂ ਛੱਡ ਸਕਦਾ ਖੈਰ ਐਨੀਵੇ ਮੈਂ ਇਲੈਕਸ਼ਨ ਲੜੀ ਚਲੋ ਮੈਂ 16000 ਸਮਥਿੰਗ ਹਾਂ ਮੈਂ ਇਲੈਕਸ਼ਨ ਲੜੀ ਮੈਨੂੰ 16800 ਕਿਨੀ ਵੋਟ ਪਈ ਜੀ ਔਰ ਮੈਂ ਤਕਰੀਬਨ 6000 ਵੋਟ ਤੇ ਪਛਾ ਰਿਆ ਹਮ ਤੇ ਕੋਈ ਗੱਲ ਨਹੀਂ ਉਹ ਤੋਂ ਇਟ ਵਾਸ ਵੈਰੀ ਨੈਕ ਟੂ ਨੈਕ ਮੈਨ ਨੰਬਰ 2 ਤੇ ਮੇਰਾ ਕੰਟੈਸਟ ਸੀਗਾ ਜਿਹਦੇ ਵਿੱਚ ਮੈਨੂੰ ਯਾਦ ਹੈ ਵੀ ਇਹ ਜਿਹੜੇ ਡਾਕਟਰ ਆਪਣੇ ਹੈਗੇ ਨੇ ਅਕਾਲੀ ਦਲ ਦੇ ਚੀਮਾ ਜੀ ਹਮ ਇਹ ਵੀ ਉਦੋਂ ਇਲੈਕਸ਼ਨ ਆਜ਼ਾਦ ਲੜੇ ਸੀਗੇ ਤੇ ਇਹਨਾਂ ਨੂੰ 10000 ਵੋਟ ਪਈ ਸੀ 9000 ਸਮਥਿੰਗ ਦਲਜੀਤ ਸਿੰਘ ਠੀਮਾ ਦਲਜੀਤ ਸਿੰਘ ਠੀਮਾ ਜੀ ਤੋਂ ਅਸੀਂ ਇਕੱਠੇ ਉਥੋਂ ਸਿੱਧੀ ਹਰ ਗਵਿੰਦਪੁਰ ਤੋਂ ਨਿਕਲੇ ਤੇ 2007 ਵਿੱਚ ਇਹਨਾਂ ਨੇ ਫਿਰ ਮੈਨੂੰ ਕੈਂਡੀਡੇਟ ਮੈਨੂੰ ਪਾਰਟੀ 'ਚ ਵਾਪਸ ਲਿਆ ਪਹਿਲੇ ਪਾਰਟੀ 'ਚ ਇਹਨਾਂ ਨੇ ਐਕਸ਼ਨ ਲਿਆ ਮੇਰੇ ਤੇ ਫਿਰ ਪਾਰਟੀ ਜੇ ਨੇ ਵਾਪਸ ਲੈ ਕੇ ਤੇ ਮੈਨੂੰ ਡਿਕਲੇਅਰ ਕਰਤਾ ਵੀ ਅਗਲੀ ਇਲੈਕਸ਼ਨ ਇਥੋਂ ਫਤੇ ਜੰਗ ਬਾਜਵਾ ਲੜੂ। ਕੋਈ ਗੱਲ ਸੁਣਾਓ ਤੁਸੀਂ ਉਹ ਜਦੋਂ ਇਸੇ ਇਲੈਕਸ਼ਨ ਦੇ ਵਿੱਚ ਤੁਸੀਂ ਕਿਹਾ ਹਾਰ ਕੇ ਅਸੀਂ ਕੱਟਾਂ ਵੰਡਦੇ ਫਿਰਦੇ ਸੀ ਉਦੋਂ ਪਹਿਲਾਂ ਉਸੇ ਵਾਸਤੇ ਉਹ 2007 ਦੀ ਗੱਲ ਹੈ। ਅੱਛਾ ਉਹ 7 ਵਾਲੀ ਗੱਲ। ਉਹ 2007 ਜਦੋਂ ਟਿਕਟ ਮਿਲ ਗਈ। ਹਮ 7 ਤੇ 2007 ਦੀ ਹਾਂ ਕਾਂਗਰਸ ਦੀ ਟਿਕਟ ਮਿਲ ਗਈ ਤੇ ਮੈਂ ਰੈਲੀ ਕਰਾਈ। ਕਿਉਂਕਿ ਉਦੋਂ ਰੈਲੀ ਨਹੀਂ ਸੀ ਕੋਈ ਕਰਾਂਦਾ ਤੇ ਐਂਟੀ ਇਨਕੰਬੈਂਸੀ ਆ ਗਈ ਤੇ ਕੈਪਟਨ ਸਾਹਿਬ ਕਹਿੰਦੇ ਵੀ ਜ਼ਿਲ੍ਹੇ ਗੁਰਦਾਸਪੁਰ ਚ ਫਤੇ ਤੂੰ ਰੈਲੀ ਕਰਾਣੀ ਹੈ। ਜੀ। ਤੇ ਰੈਲੀ ਵੀ ਤਬੜ ਤੋੜ ਹੋਈ ਉਦੋਂ ਹੀ ਰੈਲੀ ਇਕਾਲੀ ਦਲ ਦੀ ਸੀਗੀ ਅ ਭੁਲੱਥ ਦੇ ਵਿੱਚ ਬੀਬੀ ਜਗੀਰਗੌਰ ਦੀ ਤੇ ਵਿੱਚ ਬਿਆਸ ਦਾ ਦਰਿਆ ਪੈਂਦਾ ਤੇ ਉਧਰੋਂ ਹੈਲੀਕਾਪਟਰ ਤੇ ਸੁਖਬੀਰ ਸਿੰਘ ਬਾਦਲ ਨੇ ਤਿੰਨ ਗੇੜੇ ਮਾਰੇ ਸਾਡੀ ਰੈਲੀ ਦੇ ਉੱਤੇ ਤੇ ਉਹਨੇ ਬਾਠ ਨੂੰ ਫੋਨ ਕਰਕੇ ਜਿਹੜਾ ਕੈਂਡੀਡੇਟ ਖੜਾ ਸੀ ਪਿਛਲੀ ਵਾਰ ਤਾਂ ਵੀ ਐਮਐਲਏ ਸੀ ਉਹਨੂੰ ਕਹਿਣ ਲੱਗਾ ਤੇਰਾ ਕੰਮ ਤੇ ਫਤਿਹ ਨੇ ਕਰਤਾ ਉਹਦੇ ਇੰਨੀ ਮੈਂ ਇੰਨੇ ਬੰਦੇ ਤੇ ਕਦੀ ਵੇਖਿਆ ਹੀ ਨਹੀਂ ਇੰਨੇ ਬੰਦੇ ਉਹਨੇ ਰੈਲੀ ਤੇ ਲੈ ਆਂਦੇ ਤੇ ਉਦੋਂ ਹੀ ਇੱਕ ਇੱਕ ਪਿੰਡ ਚੋਂ 8 8 9 9 ਟਰਾਲੀਆਂ ਬੰਦਿਆਂ ਦੀਆਂ ਕੱਡੀਆਂ ਸੀ ਹੂੰ ਤੇ ਚਲੋ ਉਹ ਸਾਡੀ ਇੱਕ ਨਲਾਈਕੀ ਵੀ ਸਮਝ ਲਓ ਇਹਨਾਂ ਇਕੱਠ ਦੇ ਵਿੱਚ ਉਹਨਾਂ ਨੇ ਇਅਰ ਮਾਰਕ ਕਰ ਲਏ ਬੰਦੇ ਕਿਹੜੇ ਕਿਹੜੇ ਆਏ ਕਿਹੜੇ ਕਿਹੜੇ ਕਾਲੀਆਂ ਦੇ ਬੰਦੇ ਇਧਰ ਨੂੰ ਆਏ ਜੀ ਤੇ ਉਹਨਾਂ ਮੈਂ ਉਹ ਇਲੈਕਸ਼ਨ ਜਿਹੜੀ ਸੀਗੀ 2300 ਵੋਟ 2400 ਵੋਟ ਤੇ ਰਹਿ ਗਿਆ ਜੀ ਤੇ ਉਹ ਰਹਿ ਗਏ ਤੇ ਸਰਕਾਰ ਬਣ ਗਈ ਅਕਾਲੀ ਦਲ ਦੀ ਸਰਕਾਰ ਅਕਾਲੀ ਦਲ ਦੀ ਬਣ ਗਈ 2007 ਦੇ ਵਿੱਚ ਤੇ ਉਧਰੋਂ ਸਾਡ ਕੋਲ ਕੋਈ ਜਿਹੜਾ ਅਸੀਂ ਨਾ ਸਪੋਰਟਸ ਕਲੱਬ ਬਣਾਏ ਸੀ ਤੇ ਅਸੀਂ ਉਹਨਾਂ ਨੂੰ ਕਿਟਾਂ ਵੇਟ ਟ੍ਰੇਨਿੰਗ ਟਰੈਕਸ ਸੂਟ ਇਹੋ ਸੀ ਤੇ ਮੈਂ ਸੋਚਿਆ ਵੀ ਇਹ ਖਰਾਬ ਉਵੇਂ ਹੀ ਹੋ ਜਣੇ ਤੇ ਅਸੀਂ ਆਪਣੇ ਬੰਦਿਆਂ ਨੂੰ ਪਿੰਡਾਂ 'ਚ ਆਪਣੇ ਕਲੱਬਾਂ ਨੂੰ ਦੇ ਦਿੱ ਗਏ ਜੀ ਤੇ ਮੈਸੇਜ ਲਾਤਾ ਤੇ ਜਦੋਂ ਮੈਸੇਜ ਲਾਇਆ ਤੇ ਉਦੋਂ ਇੱਕ ਬੜੀ ਇੰਟਰਸਟਿੰਗ ਗੱਲ ਹੋਈ ਇੱਕ ਸਾਡੇ ਨਾ ਬਲਾਕ ਸਮਤੀ ਦੇ ਮੈਂਬਰ ਸੀ ਅਵਤਾਰ ਸਿੰਘ ਬੋਝਾ ਬੋਝੇ ਪਿੰਡ ਦੇ ਸਰਪੰਚ ਸੀ ਤੇ ਬਲਾਕ ਸਮਤੀ ਦੇ ਮੈਂਬਰ ਸੀ ਤੇ ਉਹਨਾਂ ਦਾ ਇੱਕ ਨਾ 2006 ਦੇ ਵਿੱਚ ਵਿਜੀਲੈਂਸ ਦਾ ਕੇਸ ਸੀ ਸੇਵਾ ਸਿੰਘ ਜਥੇਦਾਰ ਸੇਵਾ ਸਿੰਘ ਸੇਖਵਾ ਤੇ ਹੋਇਆ ਜੀ ਤੇ ਉਹਦੇ ਵਿੱਚ ਉਹਨਾਂ ਦੀ ਗਵਾਹੀ ਸੀ ਹਮ ਤੇ ਗਵਾਹੀ ਉਹਨਾਂ ਨੇ ਦਿੱਤੀ ਠੋਕੇ ਤੇ ਗਵਾਹੀ ਦਿੱਤੀ ਤੇ ਸੇਵਾ ਸਿੰਘ ਸੇਖਵਾ ਦੇ ਮਨ ਦੇ ਵਿੱਚ ਇੱਕ ਬਹੁਤ ਵੱਡੀ ਇਹ ਆ ਗਈ ਵੀ ਕੋਈ ਨਹੀਂ ਸਾਡੀ ਵੰਨਦੇ ਸਾਨੂੰ ਇਲੈਕਸ਼ਨ ਜਿੱਤ ਲੈਣ ਤੇ ਫਿਰ ਇਹਨੂੰ ਚਖਾਵਾਂਗੇ ਮਜਾ ਹੂੰ ਤੇ ਜਦੋਂ ਇਲੈਕਸ਼ਨ ਜਿੱਤਦੇ ਆਂ ਹੀ 5-7 ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਝੂਠਾ ਕੇਸ ਬਣਾ ਕੇ ਚੌਂਕ ਮੇਤੇ ਥਾਣੇ ਵਿੱਚ ਉਹ ਮਜੀਠਾ ਪੁਲਿਸ ਸਟੇਸ਼ਨ 'ਤੇ ਲਿਆਂਦਾ ਸੀ ਜੀ ਤੇ ਅੰਮ੍ਰਿਤਸਰ ਰੂਰਲ ਏਰੀਆ ਦੇ ਵਿੱਚ ਉਹਨਾਂ ਨੇ ਉੱਥੇ ਕੇਸ ਉੱਤੇ ਦਰਜ ਕਰਾ ਕੇ ਤੇ ਉਹਨੂੰ ਕਿਤੋਂ ਇਨਫੋਰਮੇਸ਼ਨ ਮਿਲ ਗਈ ਅਵਤਾਰ ਸਿੰਘ ਨੂੰ ਕਿਉਂਕਿ ਉਹ ਘੁੰਮਣ ਫਿਰਨ ਵਾਲਾ ਬੰਦਾ ਸੀ ਜੀ ਤੇ ਉਹਦੀ ਚੰਗੀ ਸੀ ਲੋਕਾਂ 'ਚ ਉਹਦੀ ਪੈੜ ਤੇ ਉਹਨੇ ਮੈਨੂੰ ਟੈਲੀਫੋਨ ਕੀਤਾ ਮੈਨੂੰ ਕਹਿੰਦਾ ਭਾਜੀ ਮੈਨੂੰ ਪਤਾ ਲੱਗਾ ਵੀ ਉਹ ਇਦਾਂ ਕਰਕੇ ਜਥੇਦਾਰ ਸੇਵੇ ਨੇ ਪਰਚਾ ਕਰਾਤਾ ਤੇ ਉਹਨੇ ਕਿਹਾ ਇਹ ਉਹਨੂੰ ਡੀਐਸਪੀ ਨੂੰ ਵੀ ਇਹਨੂੰ ਨਾ ਗੱਡੀ 'ਚ ਬੰਨ ਕੇ ਤੇ ਇਹਨੂੰ ਧੂਕੇ ਲਿਆਣਾ ਤੇ ਇਹਨੂੰ ਇਹਨੂੰ ਦਸੀਏ ਵੀ ਗਵਾਹੀ ਕਿਦਾਂ ਦੇਈਦੀ ਹੈ ਜੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ avatars ਰਾਜ ਬਦਲ ਗਿਆ ਤੇ ਆਪਾਂ ਐ ਕਰ ਥੋੜਾ ਜਿਆ ਸਿਆਣਾਫ ਨਾਲ ਜਟਾਂ ਵਾਲੀ ਗੱਲ ਨਾ ਕਰੀ ਵੀ ਪਿੰਡ ਜਾ ਕੇ ਘਰ ਪੈ ਜੇ ਜੀ ਤੇ ਮੈਂ ਕਿਹਾ ਵੀ ਥੋੜਾ ਜਿਹਾ ਅੱਗੇ ਪਿੱਛੇ ਹੋ ਕੇ ਤੇ ਆਪਣਾ ਟਾਈਮ ਕੱਢ ਤੇ ਕੱਲ ਮਿਲਦੇ ਹਾਂ ਹਮ ਪਰ ਉਹਨੂੰ ਮੈਂ ਇੱਕ ਗੱਲ ਕਹੀ ਮੈਂ ਕਿਹਾ ਮੈਂ ਵੀ ਤੇਰੇ ਲਾਗੇ ਪਿੰਡਾਂ ਜੀ ਨਾ ਉਹ ਕਿਟਾ ਮਾਰਦਾ ਫਿਰਦਾ ਜੀ ਤੇ ਵੀ ਜਿਹੜਾ ਸਮਾਨ ਸੀ ਸਾਰਿਆਂ ਨੂੰ ਦੇ ਦਈਏ ਤੇ ਲੋਕ ਉਥੇ ਇਹ ਵੀ ਕਹਿਣ ਵੀ ਯਾਰ ਜਿੱਤ ਕੇ ਤੇ ਲੋਕ ਸਮਾਨ ਦੇ ਦੇ ਤੇ ਹਾਰ ਕੇ ਵੀ ਇਹ ਸਮਾਨ ਦੇਈ ਜਾ ਰਿਹਾ ਤੇ ਚਲੋ ਮੇਰੇ ਮਨ ਸੀ ਵੀ ਉਹ ਖਰਾਬ ਹੋਣਾ ਆਪਣੇ ਲੋਕਾਂ ਨੂੰ ਕਹੀ ਆਪਾਂ ਪਿਆਰ ਨਾਲ ਜੁੜਿਆ ਕੋਈ ਨਹੀਂ ਹਾਰ ਜਿੱਤ ਬਣੀ ਆ ਔਰ ਹੋਇਆ ਕੀ ਜੀ ਵੀ ਅਸੀਂ ਉੱਥੇ ਮੈਨੂੰ ਕੋਈ 8:45 50 ਮਿੰਟ ਦੇ ਵਿੱਚ ਫੋਨ ਆ ਗਿਆ ਤੇ ਫੋਨ ਬਿਲਕੁਲ ਹੀ ਹੌਲੀ ਹੌਲੀ ਵਿਸਪਰ ਕਰਕੇ ਉਹ ਕਰ ਰਿਹਾ ਹੈ ਵੀ ਭਾਜੀ ਪੁਲਿਸ ਪੈਗੀ ਹੈ ਤੇ ਬੰਦਾ ਕਹਿੰਦਾ 2250 ਆਇਆ ਤੇ ਕਹਿੰਦਾ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਮੈਂ ਫਲਾਣੀ ਜਗ੍ਹਾ ਤੇ ਇੱਥੇ ਬੈਠਾ ਮੇਰੇ ਦੋਸਤਾਂ ਘਰ ਆ ਅਮਰੀਕਾ ਰਹਿੰਦੇ ਸੀ ਉਹਨਾਂ ਦਾ ਘਰ ਸੀਗਾ ਜੀ ਤੇ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹੈ ਤੇ ਬਾਹਰ ਪੁਲਿਸ ਵਾਲੇ ਖੜੇ ਆ ਤੇ ਦਰਵਾਜ਼ੇ ਖੜਕਾਣ ਦੇ ਦੱਸੋ ਕੀ ਕਰਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਵਤਾਰ ਦਰਵਾਜ਼ਾ ਖੋਲੀ ਨਾ ਤੇ ਮੈਂ ਤੇਰੇ ਕੋ ਪੰਜਾ ਸੱਤਾ ਮਿੰਟਾ ਜੀ ਆ ਗਿਆ ਜੀ ਤੇ ਮੈਂ ਉੱਥੋਂ ਕਾਰ ਆਪਣੀ ਤੇ ਲੈ ਕੇ ਤੇ ਜਿੱਥੇ ਜਿਹੜੇ ਕਾਰ ਸੀ ਅਸੀਂ ਉੱਥੇ ਰਸ਼ ਬੜਾ ਸੀ ਪਿੰਡ ਸਾਰਾ ਇਕੱਠਾ ਹੋ ਗਿਆ ਪੁਲਸ ਇੰਨੀ ਆ ਗਈ ਆ ਪੁਲਸ ਇੰਨੀ ਆ ਗਈ ਪਿੰਡ ਲੋਕ ਇਕੱਠੇ ਹੋ ਗਏ ਪਤਾ ਉਹਨਾਂ ਨੂੰ ਲੱਗ ਗਿਆ ਵੀ ਸਰਪੰਚ ਨੂੰ ਪੁਲਿਸ ਪੁਲੀ ਫੜਨ ਆਇਆ ਪੁਲਸ ਬੈਗੀ ਜੀ ਤੇ ਉਦੋਂ ਉਨੇ ਦੇਰ ਤੇ ਮੈਂ ਨਾ ਡਰਾਈਵਰ ਨੂੰ ਕਿਹਾ ਮੈਂ ਕਿਹਾ ਗੱਲ ਸੁਣ ਗੱਲ ਇਹ ਆ ਵੀ ਪੁਲਿਸ ਹੁਣ ਆਈ ਹੈ ਤੇ ਆਈ ਇਸ ਰਾਦੇ ਨਾਲ ਵੀ ਉਹਨੂੰ ਲੈ ਕੇ ਜਾਣਾ ਹੂੰ ਤੇ ਮੈਂ ਨਾ ਉਹਨੂੰ ਇਸ਼ਾਰਾ ਕਰੂੰਗਾ ਤੇ ਉਹ ਗੱਡੀ ਚ ਭਾ ਕੇ ਤੇ ਗੱਡੀ ਲੈ ਜਾਈ ਹੂੰ ਤੇ ਵੇਖੀ ਜਾਏਗੀ ਜੋ ਹੋਏਗਾ ਤੇ ਉਹ ਨਾ ਜੀ ਉੱਥੇ ਜੋ ਤੋ ਗਿਆ ਤੇ ਉਹਨੂੰ ਅਜੇ ਕਮਰੇ ਚੋਂ ਕੱਢਿਆ ਉਹ ਪਾਕੀ ਦਾ ਮੜਾਸਾ ਜਿਹਾ ਮਾਰਦਾ ਆਇਆ ਹੂੰ ਤੇ ਮੈਂ ਡੀਐਸਪੀ ਨੂੰ ਪੁੱਛਿਆ ਮੈਂ ਕਿਹਾ ਵੀ ਕਿੱਧਰ ਹੂੰ ਕਹਿੰਦਾ ਜੀ ਰੈਸਟ ਕਰਨ ਆਇਆ ਜੀ ਮੈਂ ਕਹਾਂ ਜੀ ਕੋਈ ਅਰੈਸਟ ਵਾਰੰਟ ਹੂੰ ਕਹਿੰਦੇ ਜੀ ਨਹੀਂ ਨਹੀਂ ਅਰੈਸਟ ਵਾਰੰਟ ਦੀ ਸਾਨੂੰ ਲੋੜ ਨਹੀਂ ਮੈਂ ਕਿਹਾ ਫਿਰ ਇਦਾਂ ਨਹੀਂ ਜਾਣ ਦਿੰਦੇ ਜੀ ਇਦਾਂ ਮੈਂ ਕਿਹਾ ਡੀਐਸਪੀ ਸਾਹਿਬ ਕੋ ਤੱਕਾ ਵੀ ਤੁਸੀਂ ਸਾਡੇ ਪਿੰਡ ਸਰਪੰਚ ਐ ਬਲਾਕ ਸੰਤੀ ਦਾ ਮੈਂਬਰ ਐ ਕਿੱਦਾਂ ਲੈ ਜਾਓਗੇ ਹੂੰ ਤੇ ਇਨੇ ਜੇ ਚ ਮੇਰੀ ਉਹਨਾਂ ਦੀ ਮਾੜੀ ਮੋਟੀ ਗੱਲਬਾਤ ਹੋ ਰਹੀ ਸੀ ਤੇ ਉਹ ਮੇਰਾ ਇਸ਼ਾਰਾ ਵੇਖ ਰਿਹਾ ਸੀ ਡਰਾਈਵਰ ਹੂੰ ਤੇ ਉਹਨੇ ਜੇ ਚ ਮੈਂ ਡੀਐਸਪੀ ਦੇ ਮੋਢੇ ਤੇ ਹੱਥ ਰੱਖ ਕੇ ਮੈਂ ਕਿਹਾ ਯਾਰ ਇਧਰ ਆ ਆਪਾਂ ਗੱਲ ਤੇ ਕਰੀਏ ਹੂੰ ਤੇ ਮੈਂ ਉਹ ਇੱਕ ਨਲਕਾ ਸਾਹਿਬ ਮੈਂ ਕੋਨੇ ਜੇ ਚ ਲਿਜਾ ਕੇ ਮੈਂ ਕਿਹਾ ਦੱਸ ਕਿ ਨੂੰ ਤੇਰਾ ਭਾਰ ਕਿਦਾਂ ਮੈਂ ਪੂਰਾ ਕਰਾਂ ਇਹਨੂੰ ਲੈ ਕੇ ਨਹੀਂ ਜਾਣ ਦੇਣਾ ਜੀ ਕਹਦਾ ਨਹੀਂ ਨਹੀਂ ਬਾਦਸ਼ਾਹ ਬੀਤਾ ਨਾ ਕਰ ਉਹ ਤੇ ਬਹੁਤ ਇੱਥੇ ਬੜੀ ਮਹਤਾੜ ਹੋ ਜਾਣੀ ਇਹ ਤੇ ਬੰਦਾ ਤੇ ਅਸੀਂ ਲੈ ਕੇ ਜਾਣਾ ਜੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਗੱਲ ਇਹਦਾ ਐਸਐਸਪੀ ਨਾਲ ਕਿਹੜਾ ਐਸਐਸਪੀ ਉਹਨੇ ਨਾ ਲਿਆ ਤੇ ਮੈਂ ਨਾ ਫੋਨ ਲਾ ਲਿਆ ਤੇ ਮੈਂ ਉਸ ਕੋ ਕਹਾ ਮੈਂ ਐਸਐਸਪੀ ਸਾਹਿਬ ਇਹ ਤੇ ਤੱਕਾ ਤੇ ਉਹ ਐਸਐਸਪੀ ਨੂੰ ਐਕਚੁਅਲੀ ਬਹੁਤਾ ਪਤਾ ਨਹੀਂ ਸੀ ਕੇਸ ਬਾਰੇ ਜੀ ਤੇ ਕਹਿੰਦੇ ਬਾਦਸ਼ਾਹ ਮੈਨੂੰ ਪਤਾ ਨਹੀਂ ਤੇ ਕੌਣ ਮੈਂ ਕਿਹਾ ਡੀਐਸਪੀ ਨਾਲ ਗੱਲ ਕਰੂੰ ਅੱਜ ਮੈਂ ਡੀਐਸਪੀ ਨਾਲ ਗੱਲ ਕਰਦੋਂ ਉਹਨੇ ਜੇ ਤੇ ਰੌਲਾ ਪੈ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਜੀ ਤੇ ਸਰਪੰਚੂ ਦੀ ਗੱਡੀ ਚੋਂ ਨਿਕਲੇ ਉਹਨਾਂ ਗੱਡੀ ਭਜਾਈ ਤੇ ਉਹ ਲੈ ਕੇ ਤੇ ਮੈਨੂੰ ਕਹਿਣ ਲੱਗੇ ਬਾਆ ਜੀ ਸਾਹਿਬ ਤੁਸੀਂ ਬੜੀ ਮਾੜੀ ਕੀਤੀ ਐ ਜੀ ਬੰਦਾ ਭਜਾਤਾ ਮੈਂ ਕਿਹਾ ਡੀਐਸਪੀ ਸਾਹਿਬ ਮੈਂ ਤੇ ਤੁਹਾਡੇ ਨਾਲ ਗੱਲਾਂ ਕਰਨ ਡਿਆ ਜੀ ਵੀ ਮੈਂ ਉਹਨੂੰ ਬਾਹ ਫੜ ਕੇ ਭਜਾਇਆ ਤੁਹਾਡੀ ਪੁਲਿਸ ਹੀ ਨਿਕਮੀ ਐ ਜਿਹੜੀ ਨਹੀਂ ਇਹਨਾਂ ਫੜ ਸਕੀ ਮੇਰਾ ਇੱਥੇ ਕੀ ਕਸੂਰ ਐ ਜੀ ਲਓ ਜੀ ਉਹਨੇ ਚਿਰਚ ਬੜੀ ਉੱਥੇ ਵਾਇਰਲਸਾਂ ਖੜਕੀਆਂ ਜੀ ਗੱਡੀ ਐ ਇਸ ਨੰਬਰ ਦੀ ਭੱਜੀ ਦੀ ਫੜੋ ਹੂੰ ਤੇ ਉਹ ਅਸੀਂ ਵੀ ਉਥੋਂ ਕਿਸੇ ਦੂਜੀ ਗੱਡੀ ਕੇ ਦੀ ਫੜ ਕੇ ਤੇ ਮੈਂ ਕਾਦਿਆਂ ਨੂੰ ਆ ਗਿਆ ਤੇ ਮੈਨੂੰ ਐਸਐਸਪੀ ਬਟਾਲੇ ਹੁੰਦੇ ਸੀ ਮਿਸਟਰ ਆਰਨ ਡੋਕੇ ਜੀ ਡੋਕੇ ਸਾਹਿਬ ਦਾ ਫੋਨ ਆ ਗਿਆ ਵੀ ਬਾਆ ਸਾਹਿਬ ਇਹ ਕਿਆ ਕੀਆ ਆਪਨੇ ਮੈਂ ਕਹਾ ਵੀ ਡੋਕੇ ਸਾਹਿਬ ਕਿਆ ਕੀਆ ਮਨੇ ਮੇਰੇ ਆਦਮੀ ਕੋ ਅਗਰ ਪੁਲਿਸ ਧੱਕੇ ਸੇ ਲੈ ਕੇ ਜਾਣਾ ਚਾਹਤੀ ਹੈ ਤਾਂ ਫਿਰ ਮੈਂ ਚੂੜੀਆਂ ਪਹਿ ਲੈਤਾ ਹੂੰ ਫਿਰ ਸਿਆਸਤ ਕਿਸ ਚੀਜ਼ ਕੀ ਕਰਨੀ ਹੈ ਇਹ ਨਹੀਂ ਹੋ ਸਕਤਾ ਕਹਤੇ ਨਹੀਂ ਆਪਨੇ ਪੁਲਿਸ ਕੋ ਰੋਕਾਇਆ ਐਸੇ ਕੀਤਾ ਮੈਨੇ ਕ ਮੈਨੇ ਕੁਛ ਨਹੀਂ ਕੀਤਾ ਪਰ ਆਪ ਕੇਸ ਕਰਨਾ ਚਾਹ ਰਹੇ ਆ ਆਪਨੇ ਆਪਣੀ ਸਕਿਨ ਕੋ ਬਚਾਣਾ ਹੈ ਕੁਛ ਬਾਤ ਹੈ ਤੋ ਕਰ ਦੋ ਕੀ ਕਰੋਗੇ ਜੀ ਮੇਰ ਕੋ ਕਾਮ ਰੋਕਨੇ ਕੀ ਵਿਗਨ ਮੇਂ ਕਰੋਗੇ ਨਾ 353 ਕਾ ਕੇ 353 ਲੱਖ ਰੁਪਏ ਹੋਊਗਾ ਬਿਲਕੁਲ ਤੇ ਉਹਨੇ ਜੇ ਮੈ ਪਤਾ ਕਰ ਲਿਆ ਵੀ ਕਿੰਨੇ ਕ ਦਿਨ ਅੰਦਰ ਰਹਿਣਾ ਪੈਣਾ ਕੀ ਹਿਸਾਬ ਕਿਤਾਬ ਆ ਤਿਆਰੀ ਪੂਰੀ ਤਿਆਰੀ ਸੀ ਵੀ ਹੁਣ ਇਹ ਕੰਮ ਸਰਕਾਰ ਬਦਲ ਗਈ ਹੈ ਤੇ ਉਹਨਾਂ ਨੇ ਹਟਣਾ ਤੇ ਆ ਨਹੀਂ ਹੂੰ ਤੇ ਉਹਨੇ ਚਿਰ ਚ ਉਹਨਾ ਕੇਸ ਕਰਕੇ ਮੇਰੀ ਜਿਹੜੀ ਮਤ ਮੈਂ ਉਹਨੂੰ ਸਰਪੰਚ ਨੂੰ ਦਿਨਾ ਹ ਭਈ ਸਰਪੰਚ ਆ ਪਿੰਡ ਨਾ ਰਹੀਂ ਤੇ ਮੈਂ ਰਾਤ ਆ ਕੇ ਕੱਦੀਆ ਸੌ ਗਿਆ ਹ ਤੇ ਸੌ ਗਿਆ ਮੈਨੂੰ ਮੈਂ ਕਿਹਾ ਚੱਲ ਸਵੇਰੇ ਹੋਏਗੀ ਫਿਰ ਵੇਖਨੇ ਆ ਕਿ ਇਹਨਾਂ ਐਫ ਆਈ ਆਰ ਕੱਟੀ ਹੈ ਜਦੋਂ ਸਵੇਰ ਦੇ 6 7 ਵਜੇ ਤੇ ਉਹ ਮੇਰਾ ਮੁੰਡਾ ਨੌਕਰ ਸੀ ਉਹ ਕਹਿੰਦਾ ਕਹਿੰਦਾ ਭਾਜੀ ਬਾਹਰ ਪੁਲਿਸ ਬੜੀ ਕੋਠਿਆਂ ਤੇ ਚੜੀ ਬੈਠੀ ਥੱਬੇ ਸੱਜੇ ਮੇਰੇ ਉਹ ਇੱਕਦਮ ਖਣਕੀ ਮੈਂ ਕਿਹਾ ਉਹ ਮੈਂ ਕਿਹਾ ਇਹਨਾਂ ਰਾਤ ਪਰਚਾ ਘੱਟਦਾ ਲੱਗਦਾ ਹੂੰ ਚਲੋ ਮੈਂ ਅਜੇ ਉਹ ਮੈਂ ਵੇਖਿਆ ਤੇ ਦਰਵਾਜ਼ਾ ਵੱਡਾ ਗੇਟ ਖੋਲਿਆ ਬਾਹਰ ਪਰੇ ਸਾਡੇ ਦੋ ਤਿੰਨ ਗੇਟ ਨੇ ਫਿਰ ਜਿਹੜਾ ਸਿਕਿਉਰਿਟੀ ਕਰਕੇ ਅਸੀਂ ਥੋੜਾ ਜਿਹਾ ਲੈਨੇ ਤੇ ਉਹਦੇ ਕਰਕੇ ਜਦੋਂ ਇੱਕ ਐਸਪੀ ਤੇ ਦੋ ਤਿੰਨ ਡੀਐਸਪੀ ਇਦਾਂ ਕਰਕੇ ਜਦੋਂ ਆਏ ਤੇ ਮੈਂ ਕਿਹਾ ਆਓ ਆਜੋ 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 ਲੰਘਾਓ ਮੈਂ ਕਿਹਾ ਕਿਵੇਂ ਆਏ ਕਹਿੰਦੇ ਬਾਸ ਸਭ ਕੇਸ ਹੋਇਆ ਤੁਹਾਡੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਕੇਸ ਹੋਇਆ ਮੈਂ ਚਲੇ ਹੀ ਜਾਣਾ ਤੁਹਾਡੇ ਨਾਲ ਆਹ ਚਾਹ ਪੀ ਲਓ ਹੂੰ ਉਹਨਾਂ ਦੇ ਦਿਮਾਗ 'ਚ ਪਤਾ ਨਹੀਂ ਕਿ ਨਹੀਂ ਨਹੀਂ ਬਾਯਾ ਚਾਹ ਨਹੀਂ ਪੀਣੀ ਚਾਹ ਨਹੀਂ ਪੀਣੀ ਉਹਨਾਂ ਦਾ ਏਸੀ ਵੀ ਕਿਤੇ ਇੱਥੋਂ ਫੇਰਨਾ ਭੱਜ ਭੁੱਜ ਜਾਣ ਤੇ ਉਹਨੇ ਜਿੱਤੇ ਮੈਨੂੰ ਰਾਤ ਨਾ ਪਤਾ ਲੱਗਾ ਡਰਾਈਵਰ ਓਏ ਆਏ ਵਾਵਾ ਲੇਟ ਮੈਂ ਕਿਹਾ ਕਿੱਥੇ ਰਹਿ ਗਏ ਤਾਨੂੰ ਫਿਕਰ ਪੈ ਗਿਆ ਕਹਿੰਦਾ ਜੀ ਅਸੀਂ ਜਦੋਂ ਵਿੱਚੋਂ ਪਿੰਡਾਂ ਦੀਆਂ ਸੜਕਾਂ ਤੋਂ ਲੰਘੇ ਨਾ ਤੇ ਸਾਡੇ ਇੱਕ ਸਰਪੰਚ ਦੇ ਨਾ ਉਹ ਪਹਿਲੀ ਦੇ ਵਿੱਚ ਉਹ ਆਪਣਾ ਤੂੜੀ ਕੱਢ ਕੇ ਨਾ ਬੈਠੇ ਸੀ ਬਾਹਰ ਖੜੇ ਤੇ ਉਹਨੂੰ ਕਹਿੰਦਾ ਸਰਪੰਚਾ ਅਸੀਂ ਗੱਡੀ ਲੈਣੀ ਉਹਨਾਂ ਤੂੜੀ ਦੇ ਮੂਸਲ ਵਿੱਚ ਹੀ ਕਹਿੰਦਾ ਸੀ ਗੱਡੀ ਵਾੜਦੀ ਇਹ ਸਾਰੀ ਰਾਤ ਕਹਿੰਦਾ ਵੀ ਅਸੀਂ ਸ਼ਾਮ ਤੱਕ ਜਦੋਂ ਹਨੇਰਾ ਪੈ ਗਿਆ ਤੇ ਅਸੀਂ ਆ ਗਏ ਜੀ ਹੂੰ ਚਲੋ ਅਸੀਂ ਉਹ ਜਦੋਂ ਸਵੇਰੇ ਗੱਲ ਹੋਈ ਤੇ ਮੈਂ ਡਰਾਇੰਗ ਰੂਮ ਤੇ ਬੈਠਾ ਮੈਂ ਕਿਹਾ ਮਨਾ ਹੁਣ ਕੀ ਕਰੀਏ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਗੱਲ ਮੈਨੂੰ ਸੱਚੀ ਸੱਚੀ ਦੱਸੋ ਵੀ ਦਫਾ ਕੀ ਲਈ ਹੈ ਹੂੰ ਤੇ ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਪੇਣ ਬਈ ਉਹ ਦੱਸਣ ਤੇ ਆ ਨਾ ਤੇ ਮੈਂ ਕਿਹਾ 307 ਲਈ ਜੀ ਹੂੰ ਕਹਿੰਦੇ ਉਹਨੇ ਐਸਪੀ ਨਾਲ ਕੋ ਸਿਰ ਮਾਰਿਆ ਵੀ ਐਸੀ ਅਟੈਂਪਟ ਟੂ ਮਰਡਰ ਲਾਇਆ ਜੀ ਮੈਂ ਕਹਾਂ ਸੀ ਸਾਹਿਬ ਨਾ ਗੋਲੀ ਚੱਲੀ ਨਾ ਕਿਸੇ ਨੂੰ ਗਾਲ ਕੱਢੀ ਨਾ ਕਿਸੇ ਨੂੰ ਬਟਾ ਵਜਾ ਤੇ 307 ਕਾਦੀ ਲਾ ਦੇਣੀ ਜੇ ਹੂੰ ਕਹਿੰਦਾ ਜੀ ਸੰਤੋ ਪਤਾ ਨਹੀਂ ਪਰਚਾ ਦਰਜ ਹੋਇਆ ਹੀ ਤੇ ਤੁਹਾਨੂੰ ਲੈਣਾ ਹੈ ਹੂੰ ਮੈਂ ਉਹਨੇ ਜਿੱਦਣਾ ਮੇਰੇ ਕੁਦਰਤੀ ਮੈਂ ਫੋਨ ਦੇ ਵਿੱਚ ਸੋਚਿਆ 2 ਮਿੰਟ ਮੇਰੇ ਨਾ ਦਿਮਾਗ 'ਚ ਆਇਆ ਮੇਰ ਕੋ ਵੱਡੇ ਬਾਦਲ ਸਾਹਿਬ ਦਾ ਨੰਬਰ ਨੋਟਿਡ ਸੀ ਅਸੀਂ ਇੱਕ ਵਿਆਹ ਤੇ ਮਿਲੇ ਤੇ ਮੈਨੂੰ ਕਹਿੰਦੇ ਕਾਕਾ ਕਦੀ ਕਦੀ ਤੁਹਾਡੇ ਫਾਦਰ ਮੇਰੇ ਬڑے ਦੋਸ ਸੀ ਤੇ ਮੈਂ ਬਹੁਤ ਤੁਹਾਡੇ ਮਦਰ ਨੇ ਸਾਡੀ ਸੇਵਾ ਕੀਤੀ ਅਸੀਂ ਜਦੋਂ ਘਰ ਜਾਂਦਾ ਸੀ ਤੇ ਸਾਨੂੰ ਮਾਂ ਦੀ ਦਾਲ ਤੇ ਪਰੌਂਠੀਆਂ ਖਵਾਉਂਦੇ ਰਹੇ ਤੇ ਬੜਾ ਅਸੀਂ ਉੱਥੇ ਤੁਹਾਡੇ ਅਹੀਂ ਤੇ ਇੱਕ ਹੀ ਗੱਲ ਰਹੇ ਜੀ ਤੇ ਮੈਂ ਉਹਨਾਂ ਦਾ ਉਦੋਂ ਨੰਬਰ ਪਰਸਨਲ ਮੈਨੂੰ ਨੰਬਰ ਦਿੱਤਾ ਹੂੰ ਤੇ ਮੈਂ ਉੱਥੇ ਬੈਠਿਆ 7 ਵਜੇ ਮੈਂ ਨੰਬਰ ਖੜਕਾਤਾ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਉਹ ਤਾਂ ਸੀਐਮ ਬੜੇ ਸੀ ਹੂੰ ਮੈਂ ਉਹਨੇ ਤੇ ਕਿਸੇ ਉਸਸੀ ਨੂੰ ਫੋਨ ਚੁੱਕ ਲਿਆ ਤੇ ਮੈਨੂੰ ਕਹਿਣ ਲੱਗਿਆ ਵੀ ਹਾਂਜੀ ਮੈਂ ਕਿਹਾ ਵੀ ਮੈਂ ਫਤਿਹ ਸਿੰਘ ਬਾਜਵਾ ਬੋਲਦਾ ਤੇ ਭਾਈ ਜਾਨ ਨੂੰ ਬਾਦਲ ਸਾਹਿਬ ਨਾਲ ਗੱਲ ਕਰਨੀ ਸੀ ਜ਼ਰੂਰੀ ਬਾਲੀ ਜ਼ਰੂਰੀ ਹੈ ਹੂੰ ਕਹਿੰਦੇ ਜੀ ਉਹ ਮੀਟਿੰਗ 'ਚ ਬੈਠੇ ਨੇ ਤੇ 10 ਮਿੰਟ ਭਾਈ ਸਾਹਿਬ ਲੱਗਨੇ ਦੱਸਾਂ ਮਿੰਟ ਬਾਅਦ ਗੱਲ ਕਰਾਉ ਉਹ ਮੈਂ ਕਿਹਾ 7 ਵਜੇ ਕਿਹੜੀ ਮੀਟਿੰਗ ਹੁੰਦੀ ਹੈ ਵੇ ਮੈਨੂੰ ਮੈਨੂੰ ਇਹ ਸੀ ਵੀ ਐਵੇਂ ਟਾਲਮ ਟਾਲ ਰਿਹਾ ਹਾਂਜੀ ਪਰ ਜਦੋਂ ਜਦੋਂ ਮੈਂ ਉਹ ਗੱਲ ਕੀਤੀ ਨਾ ਤੇ ਉਹ ਐਸਪੀ ਤੇ ਡੀਐਸਪੀ ਨਾ ਇੱਕ ਦੂਜੇ ਦੇ ਮੂੰਹ ਵੇਖਣ ਲੱਪੇ ਵੀ ਅਸੀਂ ਤੇ ਫੜਨਾ ਹੈ ਤੇ ਸਿੱਧਾ ਚੀਫ ਮਿੰਿਸਟਰ ਨੂੰ ਫੋਨ ਲਾਤਾ ਅੱਛਾ ਐਸ ਲਕਵੁੱਡ ਹੈਬਿਟ ਤਿੰਨਾ ਚਾਰ ਮਿੰਟਾਂ ਬਾਅਦ ਮੈਨੂੰ ਵੱਡੇ ਬਾਦਲ ਸਾਹਿਬ ਦਾ ਫੋਨ ਆ ਗਿਆ ਹਾਂਜੀ ਕਾਕਾ ਜੀ ਕੀ ਹਾਲ ਹੈ ਮੈਂ ਕਿਹਾ ਜੀ ਬਿਲਕੁਲ ਠੀਕ ਹੰਕਲ ਬਿਲਕੁਲ ਠੀਕ ਹੈ ਮੈਂ ਕਿਹਾ ਅੰਕਲ ਮੁਬਾਰਕ ਹੋਏ ਮੁੱਖ ਮੰਤਰੀ ਬਣਨ ਦੀ ਹਾਂ ਇਹ ਵੀ ਮੁਬਾਰਕ ਹੋਏ ਵੀ ਪਹਿਲਾ ਪਰਚਾ ਤੁਸੀਂ ਆਪਣੇ ਪੁੱਤਰ ਤੇ ਦੇ ਦਿੱਤਾ ਹੂੰ ਕਹਿੰਦੇ ਕਾਕਾ ਮੈਂ ਸਮਝਿਆ ਨਹੀਂ ਮੈਂ ਕਹਿੰਦੀ ਉਹ ਮਦਰਸੀ ਮੈਂ ਕਹਿੰਦੀ ਆਹ ਗੱਲ ਬਾਤ ਹੋਈ ਇੱਕ ਮਿੰਟ ਹੀ ਲਾਇਆ ਤੇ ਸਮਝ ਗਿਆ ਗੱਲ ਨੂੰ ਤੇ ਮੈਂ ਕਹਾ ਸਰ ਗੱਲ ਇਹ ਆ ਵੀ ਪਹਿਲੀ ਗੱਲ ਤੇ ਪਰਚਾ ਬੰਦਾ ਹੀ ਨਹੀਂ ਕਿਉਂਕਿ ਮੈਂ ਨਾ ਤੇ ਭਜਾਇਆ ਜੀ ਪਰ ਜੇਕਰ ਇਹ ਦੱਸੋ ਵੀ ਮੈਂ ਆਪਣੇ ਸਰਪੰਚ ਨੂੰ ਡਿਫੈਂਡ ਨਹੀਂ ਕਰ ਸਕਦਾ ਤੇ ਮੈਂ ਸਿਆਸਤ ਮੈਨੂੰ ਕਰਨੀ ਚਾਹੀਦੀ ਹੂੰ ਤੇ ਮੈਨੂੰ ਕਹਿੰਦੇ ਨੇ ਠੀਕ ਹੈ ਕਾਕਾ ਜੀ ਪਰ ਕਾਨੂੰਨ ਨੂੰ ਆਪਣੇ ਹੱਥ ਚ ਕਿਉਂ ਲੈਣਾ ਸੀ ਮੈਜਿਕ ਕਾਨੂੰਨ ਤਾਂ ਲਿਆ ਹੀ ਨਹੀਂ ਕਾਨੂੰਨ ਤੇ ਮੇਰੇ ਤੇ ਥੋਪਤਾ ਹੂੰ ਤੇ ਉਹਨੇ ਜਿੱਥੇ ਕਹਿਣ ਲੱਗੇ ਦੱਸੋ ਮੈਂ ਕੀ ਕੀ ਚਾਹਦੇ ਤੁਸੀਂ ਮੈਂ ਕਿਹਾ ਤੁਸੀਂ ਐਸਐਸਪੀ ਨੂੰ ਫੋਨ ਕਰੋ ਹੂੰ ਵੀ ਜੋ ਜਾਇਜ਼ ਹੈ ਉਹ ਕਰ ਮੇਰੇ ਤੇ 300 ਅਟੈਂਪਟ ਟੂ ਮਰਡਰ ਦਾ ਇਹਨਾਂ ਨੇ ਪਰਚਾ ਕਰਤਾ ਜੀ ਕਹਿੰਦੇ ਇਹ ਤੇ ਗਲਤ ਗੱਲ ਹੈ ਹੂੰ ਤੇ ਕਹਿੰਦੇ ਚਲੋ ਕਾਕਾ ਜੀ ਮੈਂ ਹੁਣੇ ਕਰਤਾ ਐਗਜ਼ੈਕਟਲੀ ਫੋਨ ਰੱਖ ਕੇ ਡੇਢ ਦੋ ਮਿੰਟ ਤੇ ਮੈਨੂੰ ਐਸਐਸਪੀ ਦਾ ਫੋਨ ਆ ਗਿਆ ਹੂੰ ਡੋਕੇ ਸਾਹਿਬ ਜਿਹੜੇ ਰਾਤ ਨੂੰ ਕਾਫੀ ਹਵਾਜ਼ਾਰ ਲੱਗ ਰਹੇ ਸੀ ਤਸਵੀਰੇ ਉਹ ਪੁੱਛ ਲਾਪੇ ਬਾਜਵਾ ਜੀ ਕੀ ਗੱਲ ਹੋਈ ਹੈ ਤੇ ਆਉ ਮੈਂ ਤੁਹਾਡੇ ਕੋ ਘਰ ਆ ਰਿਹਾ ਹੂੰ ਲੋਕੇ ਸਾਹਿਬ ਨੇ ਡੀਐਸਪੀ ਦੇ ਆਫਿਸ ਫੇਰ ਉਹਨਾਂ ਨੇ ਕਹਿ ਕੇ ਉਹ ਉੱਥੇ ਆ ਜਾਓ ਉੱਥੇ ਗੱਲ ਕਰ ਲੈਣੇ ਤੇ ਉੱਥੇ ਇੰਸਪੈਕਟਰ ਦੀ ਡਿਊਟੀ ਲਈ ਜਿਹਨੇ ਪਰਚਾ ਕੀਤਾ ਸੀ ਵੀ ਇੰਸਪੈਕਟਰ ਸਾਹਿਬ ਇਹ ਪਰਚਾ ਜਿਹੜਾ ਹੈ ਇਹ 307 ਦਫਾ ਹਟਾਓ ਇਹ ਗਲਤ ਗੱਲ ਹੈ ਉਹ ਸਾਰਾ ਕੁਝ ਉਹਨਾਂ ਨੇ ਚੇਂਜ ਕਰ ਕਰਕੇ ਉੱਥੇ ਦਫਾ 353 ਰੈਂ ਦਿੱਤੀ ਤੇ ਸ਼ਾਮ ਨੂੰ ਉਹਨਾਂ ਨੇ ਮੈਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨ ਲਈ ਲੱਗੇ ਤੇ ਉਦੋਂ ਉਹਨਾਂ ਨੇ ਇਹ ਸੀ ਵੀ ਇਹਨੂੰ ਹਫ਼ਤਾ ਦੱਸ ਦੇ ਨੰਦਰ ਜਰੂਰ ਲਵਾਈਏ ਹੂੰ ਮੈਂ ਉੱਥੇ ਬਲੱਡ ਬੈਂਕ ਚ ਕਾਰਕੂਰ ਕੇ ਸਾਰਾ ਸਿਸਟਮ ਬਣਾ ਕੇ ਮੈਂ ਕਿਹਾ ਉਹ 에어 ਕੰਡੀਸ਼ਨ ਸੀ ਵੀ ਇੱਥੇ ਆ ਕੇ ਰਵਾਂਗੀ ਜੀ ਵੀ ਛੁੱਟੀ ਲੈ ਕੇ ਹਸਪਤਾਲ ਦੀ ਹੂੰ ਤੇ ਉਹਨੇ ਚ ਨੂੰ ਉੱਥੇ ਕੀ ਹੋਇਆ ਵੀ ਉਹ ਡਿਊਟੀ ਮੈਜਿਸਟ੍ਰੇਟ ਇਹਨਾਂ ਨੇ ਮੈਨੂੰ ਪੇਸ਼ ਕੀਤਾ 5:30 ਵੀ ਉੱਥੇ ਜ਼ਮਾਨਤ ਹੋਣੀ ਨਹੀਂ ਬਿਲਕੁਲ ਲੇਟ ਹੋ ਗਏ ਤੇ ਆਪੇ ਜਾਂ ਜੇਲ੍ਹ ਨੂੰ ਜਾਣਗੇ ਜਾਂ ਜਿੱਦਾਂ ਵੀ ਹੋਊਗਾ ਹਾਂਜੀ ਤੇ ਉਹਨੇ ਜਿਹਨੂੰ ਜਦੋਂ 5:30 ਮੈਨੂੰ ਪੇਸ਼ ਕੀਤਾ ਤੇ ਇੱਕ ਡਿਊਟੀ ਮੈਜਿਸਟਰੇਟ ਸੀ ਜਿਹੜੇ ਵੈਸੇ ਮੈਜਿਸਟਰੇਟ ਜਾਂ ਜੱਜ ਸੀ ਉਹ ਨਹੀਂ ਹੋ ਗਿਆ ਡਿਊਟੀ ਮੈਜਿਸਟਰੇਟ 5 ਵਜੇ ਤੋਂ ਬਾਅਦ ਲੱਗ ਗਏ ਜੀ ਤੇ ਸ਼ੀ ਵਾਸ ਸਮ ਲੇਡੀ ਤੇ ਮੈਂ ਉਹਨਾਂ ਨੂੰ ਜਦੋਂ ਵਕੀਲ ਨੇ ਗੱਲ ਕੀਤੀ ਉਹ ਸਰਕਾਰੀ ਵਕੀਲ 307 ਦੀ ਕਹਾਣੀ ਸ਼ੁਰੂ ਕਰਤੀ ਜੀ ਇਹਦਾ ਗੋਲੀ ਜੀ ਪਿਸਤੌਲ ਦੀ ਉਹ ਕਹਿੰਦੀ ਸਾਡਾ ਵਕੀਲ ਕਹਿਣ ਲੱਗਾ ਕਹਿੰਦੇ ਵੀ ਮੇ ਲਾਰਡ ਇਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੇ ਕੇਸ ਦੀ ਤੁਹਾਡੇ ਨਾਲ ਬਹਿਸ ਕਰ ਰਹੇ ਨੇ ਜੀ ਉਹ ਕਹਿੰਦੇ ਜੀ ਇਹਨਾਂ ਦੀ ਫਤਿਹ ਜੰਗ ਸਿੰਘ ਬਾਜਵਾ ਦੀ ਉਹ ਕਹਿੰਦੇ ਜੀ ਉਹਨਾਂ ਨੂੰ ਇਹ ਨਹੀਂ ਪਤਾ 353 307 ਕੇ ਹੋਰ ਦੀ ਚੁੱਕ ਲਿਆਏ ਨੇ ਅਪਲੀਕੇਸ਼ਨ ਹੂੰ ਤੋ ਬੜੀ ਉਹਦੇ ਲਈ ਕਨਫਿਊਜ਼ਿੰਗ ਥੈਟ ਵਕਸੀ ਸਰਕਾਰੀ ਵਕੀਲੀ ਹੂੰ ਮੈਂ ਇੱਕ ਮਿੰਟ ਮੈਂ ਕਹਿੰਦਾ ਮੈਡਮ ਮੈਂ ਇੱਕ ਮਿੰਟ ਗੱਲ ਕਰਨਾ ਚਾਹੁੰਦਾ ਮੈਂ ਮੈਡਮ ਦੇਖੋ ਬਿਲਕੁਲ ਵੰਡਾਟਾ ਪੋਲਿਟੀਕਲ ਵੰਡਾਟਾ ਨਾ ਮੇਰਾ ਪਿੰਡ ਕਿੱਥੇ ਇਹ ਕਿੱਥੇ ਭਾਜ ਉਹਨਾਂ ਕੋ ਗਿਆ 200 ਬੰਦੇ ਕੋ ਤੇ ਇਹ ਇਲਜ਼ਾਮ ਮੇਰੇ ਤੇ ਲਾਰੇ ਵੀ ਮੈਂ ਪਜਾ ਤੀ ਦੱਸੋ ਵੀ 200 ਪੁਲਿਸ ਵਾਲੇ ਬੰਦੇ ਕੋ ਮੈਂ ਇਕੱਲਾ ਭਜਾ ਸਕਦਾ ਜੀ ਕਹਿੰਦੇ ਉਹਨਾਂ ਇੱਕ ਵਾਰ ਮਿਹਰਬਾਨ ਵੇਖਿਆ ਕਹਿੰਦੇ bail guaranteed ਉਹ ਜਿਹੜੇ ਉਹ ਮੈਨੂੰ ਸੋਚਣ ਦੀ ਤਿਆਰੀ ਸੀ ਵੀ ਅੰਦਰ ਭੇਜਣਾ ਤੇ ਉਹ ਕਹਿੰਦੇ bail guaranteed ਜਦੋਂ bail guaranteed ਆਹੀਂ ਉਹਨੇ ਜੇ ਟੀਵੀ ਵਾਲੇ ਬਾਹਰ ਖੜੇ ਸੀ ਤੇ ਸਾਡਾ ਵੀ ਹੌਸਲਾ ਵੱਧ ਗਿਆ ਮੈਂ ਬਾਹਰ ਜਾ ਕੇ ਟੀਵੀ ਵਾਲੇ ਨਾਲ ਗੱਲ ਕਰਨ ਲੱਗਾ ਤੇ ਮੇਰੇ ਨਾਲ ਮੇ ਪੀਐਨ ਉਹ ਸੁਖਬਾਲ ਖੈਰਾ ਵੀ ਆ ਗਿਆ ਭਲਾ ਤੂੰ ਅੱਛਾ ਜੀ ਤੇ ਆਗੇ ਤੇ ਮੇਰੇ ਪੀਐਨ ਕਹਿੰਦੀ ਕਿ ਆ ਵੀ ਪਤਾ ਲੱਗਾ ਸੁਖਬੀਰ ਬਾਦਲ ਦਾ ਫੋਨ ਆ ਗਿਆ ਉਹਨੇ ਨੇ ਇਨਸਪੈਕਟਰ ਤੇ ਕਰਤਾ ਜੇ ਸਸਪੈਂਡ ਤੇ ਉਹਨੇ ਕਿਹਾ ਵੀ ਆਪਣੀ ਵਰਦੀ ਤੇ ਆਪਣੀ ਬੈਲਟ ਲਾ ਕੇ ਤੇ ਲਾਇਆ ਤੈਨੂੰ ਤੀ ਕਿੱਦਾਂ ਤੈਨੂੰ ਸੱਤ ਟਾਤੀ ਹਾਂ ਇਹਦਾ ਅਸੀਂ ਕਿਹਾ ਵੀ ਬਾਦਲ ਸਾਹਿਬ ਤੇ ਉਹ ਕਹਿੰਦਾ ਵੀ ਹੋਮ ਮਿਨਿਸਟਰ ਮੈਂ ਕਿ ਬਾਦਲ ਸਾਹਿਬ ਨੇ ਚਲੋ ਕਰ ਕਰਾ ਕੇ ਜਦੋਂ ਮੈਨੂੰ ਪਤਾ ਲੱਗਾ ਇਹ ਤਾਂ ਉਥੋਂ ਦਬੀੜਾਂ ਵਟੀਆਂ ਤੇ ਅਸੀਂ ਆ ਗਏ ਫਿਰ ਚੰ디ਗੜ੍ਹ ਇੱਥੇ ਆ ਕੇ ਫਿਰ ਬੇਲਬੂ ਲੱਲੀ ਹੂੰ ਤੋ ਇਹ ਜ਼ਿੰਦਗੀ ਦਾ ਇੱਕ ਮਾਜਵਾ ਸਾਹਿਬ ਦਾ ਫੋਨ ਬੜੀ ਵੱਡੀ ਮੈਂ ਮਜ਼ੇਦਾਰ ਗੱਲ ਭੁੱਲ ਗਿਆ ਸਵੇਰੇ ਮੈਨੂੰ ਨਾ ਜਦੋਂ ਪੁਲਿਸ ਵਾਲੇ ਉਥੋਂ ਆ ਕੇ ਤੇ ਗਏ ਤੇ ਮੈਨੂੰ ਫੋਨ ਆਇਆ ਪ੍ਰਤਾਪ ਹਰਾਂ ਦਾ ਮੈਨੂੰ ਕਹਿੰਦੇ ਓਏ ਟਰਮੇਂਦਰ ਬਨੰਦੀ ਕੀ ਲੋੜ ਸੀ ਹੈ ਪੂਲਰ ਪੱਥਰ ਵਾਂਗੂ ਤੂੰ ਇਹ ਤੇ ਪੁਲਿਸ ਨੂੰ ਉਹ ਕਦੀ ਪੁਲਿਸ ਨਾ ਵੀ ਇਹ ਕੰਮ ਕਰੀ ਦੇ ਨੇ ਉਹ ਮੈਂ ਕਿਹਾ ਉਹ ਗੱਲ ਗੱਲ ਧਰਮਿੰਦਰ ਦੀ ਨਹੀਂ ਮੈਂ ਕਿਹਾ ਨੇਤਾ ਜੀ ਇਹ ਉਹ ਬੰਦਾ ਹੈ ਜਿਸ ਬੰਦੇ ਨੇ ਆਪਣੇ ਕਹਿਣ ਤੇ ਗਵਾਹੀ ਦਿੱਤੀ ਸੀ ਤੇ ਮੈਂ ਕਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਮੈਂ ਅੱਜ ਉਥੇ ਲੱਗੇ ਪਿੰਡ ਝੋਕੇ ਮੈਂ ਛਾਡਾਂਾ ਤੇ ਜਿੱਦਾਂ ਆਮ ਲੀਡਰ ਕਰਦੇ ਨੇ ਵੀ ਕੋਈ ਨਹੀਂ ਚੱਲ ਤੂੰ ਆਇਆ ਤੇ ਮੈਂ ਕਿਹਾ ਵੀ ਫਿਰ ਲੋਕ ਮੇਰਾ ਕਿਉਂ ਚੱਲਣਗੇ ਬਿਲਕੁਲ ਮੈਂ ਕਿਹਾ ਤੁਸੀਂ ਇੱਕ ਮੇਰੀ ਗੱਲ ਯਾਦ ਰੱਖਿਓ ਇਸੇ ਧਰਮਿੰਦਰ ਬਣੇ ਨੇ ਮੈਨੂੰ ਜ਼ਿੰਦਗੀ ਦੀ ਗਾਂ ਲੈ ਕੇ ਜਾਣਾ ਤੁਸੀਂ ਅੱਜ ਯਕੀਨ ਕਰੋ ਮੈਨੂੰ 16-17 ਸਾਲ ਹੋ ਗਏ ਮੈਂ ਸ਼੍ਰੀ ਹਰਗੋਬਿੰਦਪੁਰ ਕਿਉਂਕਿ ਰਿਜ਼ਰਵ ਹੋ ਗਿਆ ਡੀਲਿਮਿਟੇਸ਼ਨ 2009 ਦੇ ਵਿੱਚ ਅੱਜ ਤੱਕ ਵੀ ਅੱਜ ਲੋਕਾਂ ਦੀ ਇੱਕੋ ਹੀ ਪ੍ਰੇਅਰ ਹੁੰਦੀ ਹੈ ਵੀ ਇਹ ਜਨਰਲ ਹੋ ਜਾਏ ਤੇ ਫਤਿਹ ਬਾਜਵਾ ਸਾਡਾ ਐਮਐਲਏ ਬਣ ਕੇ ਇੱਥੇ ਆਏ ਇਹ ਇੱਕ ਹੁੰਦੀ ਹੈ ਤਾਂ ਬਹੁਤ ਸਾਰੇ ਕਿਹੜਾ ਬੰਦਾ ਹੈ ਕਿਹੜਾ ਲੀਡਰ ਹੈ ਜਿਹੜਾ ਆਪਣੇ ਵਰਕਰਾਂ ਪਿੱਛੇ ਅਟੈਂਪਟ ਟੂ ਮਰਡਰ ਦੇ ਕੇਸ ਮਨਵਾਉਂਦਾ ਫਿਰ ਮੈਂ ਲੜੇ ਫਿਰ ਕਿੰਨਾ ਸਾਲ ਉਹ ਕੇਸ ਚੱਲਦੇ ਰਹਿ ਤੋ ਕਹਿ ਤੋ ਭਾਵਿਆ ਵੀ ਕਈ ਵਾਰ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਤੁਹਾਡਾ ਕੈਰੈਕਟਰ ਦਰਸਾਉਂਦੀਆਂ ਨੇ ਤੇ ਉਸ ਕੈਰੈਕਟਰ ਨਾਲ ਬੰਦੇ ਦੀ ਪੋਲਿਟੀਕਲ ਸਿਨੈਰੀਓ ਵੀ ਗਾਹ ਵਾਧਾ ਹੈ ਹੂੰ ਤੇ ਉਹ ਇੱਕ ਚੀਜ਼ ਅਜੇ ਤੱਕ ਹੈ ਵੀ ਜਿੱਥੇ ਫਤੇ ਨੇ ਲੱਟ ਢਾਤੀ ਉਹ ਪਛਾਣ ਹੀ ਹਟਦਾ ਜਿਹੜਾ ਮਰਜੀ ਜੋ ਮਰਜੀ ਹੁੰਦਾ ਹੈ ਕੋ ਕਹਿੰਦੇ ਨਾ ਮੱਝੇ ਵਾਲੇ ਮੱਝੇ ਵਾਲੇ ਭੇੜੇ ਵੀ ਗਾਣਾ ਵੀ ਐਸੇ ਇੱਕ ਕੈਪਟਨ ਦੀ ਸਾਰੀ ਮੱਝਾ ਬ੍ਰਿਗੇਡ ਆਹੋ ਬਿਲਕੁਲ ਬਿਲਕੁਲ ਸੋ ਗੱਲੇ ਆ ਵੀ ਜ਼ਿੰਦਗੀ ਦੇ ਵਿੱਚ ਬੜੇ ਇਹੋ ਜਿਹੇ ਚਰਨ ਹੋਏ ਔਰ ਇੱਕ ਇੱਕ ਇਨਸੀਡੈਂਟ ਵੀ ਮੈਂ ਥੋੜਾ ਦੱਸਣਾ ਚਾਹਨਾ ਵੀ 2006 ਦੀ ਗੱਲ ਆ ਤੇ 2006 7 ਦੀ ਇਲੈਕਸ਼ਨ ਸੀ ਤੇ ਕੈਪਟਨ ਸਾਹਿਬ ਮੇਰੇ ਹਲਕੇ ਦੇ ਵਿੱਚ ਇੱਕ 66kVA ਸਬਸਟੇਸ਼ਨ ਦਾ ਉਦਘਾਟਨ ਕਰਨ ਜਦੋਂ ਉਹ ਆਪਰੇਟ ਹੋ ਗਿਆ ਸੀ ਜਦੋਂ ਸਟਾ ਹੈਲੀਕਾਪਟਰ ਦਾ ਕ੍ਰੈਸ਼ ਹੋਇਆ ਸੀ ਉਹ ਮੈਨੂੰ ਅਜੇ ਤੱਕ ਯਾਦ ਹੈ ਬਈ ਜਦੋਂ ਹੈਲੀਕਾਪਟਰ ਕੋਈ ਤਕਰੀਬਨ 4-500 ਫੁੱਟ ਤੇ ਗਿਆ ਤੇ ਬਿਜਲੀ ਦੀ ਤਾਰਾਂ ਦੇ ਲਾਈਵ ਤਾਰਾਂ ਸੀ ਬਿਜਲੀ ਕੁਦਰਤੀ ਕਿਉਂਕਿ ਸਬਸਟੇਸ਼ਨ ਨਵਾਂ ਸੀ ਉਹ ਬਿਜਲੀ ਕੱਟੀ ਹੋਈ ਸੀ ਜੇ ਬਿਜਲੀ ਕਿਤੇ ਉਹਨਾਂ ਤਾਰਾਂ 'ਚ ਹੁੰਦੀ ਤੇ ਸ਼ਾਇਦ ਅਸੀਂ ਹਵਾ ਦੇ ਵਿੱਚ ਹੀ ਬਲਾਸਟ ਹੋ ਗਿਆ ਤੇ ਜਦੋਂ ਉਹ ਚੋਪਰ ਦੇ ਜਿਹੜੇ ਵਿੰਗ ਸੀਗੇ ਉਹ ਰੋਟਰ ਜਿਹੜੇ ਸੀ ਉਹ ਫਸ ਗਏ ਤਾਰਾਂ ਦੇ ਤੇ ਉਹ ਕੜ 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 ਦੀ ਆਵਾਜ਼ ਆਈ ਟੁੱਟਣ ਦੀ ਤੇ ਕੈਪਟਨ ਸਾਹਿਬ ਦੀ ਉਹ ਜਿਹੜਾ ਹੁੰਦਾ ਨਾ ਵੀ ਕੁਝ ਸਕਿੰਟਾਂ ਦਾ 8-10 ਸਕਿੰਟਾਂ ਦਾ ਜਿਹੜਾ ਉਹ ਸੀਨ ਸੀ ਕੈਪਟਨ ਨਮਿੰਦਰ ਸਿੰਘ ਉਹ ਰਾਨੇ ਪਾਇਲਟ ਨੂੰ ਪੁੱਛਿਆ ਵੀ ਪਾਇਲਟ ਵਾਟ ਹਾਸ ਹੈਪਨ ਉਹ ਕਹਿੰਦਾ ਸਰ ਬਿਜਲੀ ਦੀ ਤਾਰਾਂ ਚ ਨਾ ਆਪਣੇ ਰੋਟਰ ਫਸ ਕੇ ਤੇ ਟੁੱਟ ਗਏ ਤੇ ਉਹਨੇ ਚਿਰਤੀ ਕਿਉਂਕਿ ਟਾਈਮ ਇਹਨਾਂ ਤੇ ਹੈ ਨਹੀਂ ਸੀ ਕੈਪਟਨ ਸਾਹਿਬ ਨੇ ਆਪਣੇ ਹੱਥਾਂ ਰੱਖ ਕੇ ਨਾ ਤੇ ਮੱਥਾ ਅਗਲੀ ਸੀਟ ਨਾਲ ਲਾ ਕੇ ਤੇ ਜ਼ੋਰ ਨਾਲ ਮਗੇ ਉੱਥੇ ਪ੍ਰੈਸ ਕਰਕੇ ਬੈਗੇ ਨਾਲ ਚੌਧਰੀ ਜਗਜੀਤ ਸਿੰਘ ਜੀ ਨਾਲ ਪ੍ਰਤਾਪ ਜੀ ਬੈਠੇ ਸੀ ਮੈਂ ਉਹ ਤੋਂ ਪਿਛਲੀ ਸੀਟ ਮੁਸਤਾਫਾ ਉਧਵਾਈ ਦੀ ਸੀਗੇ ਜੀ ਤੇ ਅਸੀਂ ਉੱਥੇ ਬੈਠੇ ਨੌ ਜਾਨੇ ਸੀ ਟੋਟਲ ਅਸੀਂ ਚੌਪਰ ਤੇ ਉਹਨੇ ਚੇਹਰੇ ਦੇ ਵਿੱਚ ਮੇਰੇ ਵੱਲ ਪ੍ਰਤਾਪੁਰਾ ਨੇ ਮੇਰੇ ਵੱਲ ਵੇਖਿਆ ਤੇ ਮੈਨੂੰ ਇਹ ਕਰਕੇ ਉਹਨਾਂ ਨੇ ਹੱਥ ਕੀਤਾ ਵੀ ਗਏ ਤੇ ਦੋਵੇਂ ਭਰਾ ਦੋਵੇਂ ਚੌਪਰ 'ਚ ਤੇ ਇੱਕ ਅੱਛਾ ਸਾਡੇ ਸਾਰਾ ਪਰਿਵਾਰ ਉੱਥੇ ਰੈਲੀ ਸੀ ਰੈਲੀ ਖਤਾਖੱਚ ਭਰੀ 35-40 ਹਜ਼ਾਰ ਬੰਦਾ ਰੈਲੀ ਦੇ ਵਿੱਚ ਉਹ ਵੇਟ ਕਰ ਰਿਆ ਸੀ ਕਿਉਂਕਿ ਉਹ ਸਬਸਟੇਸ਼ਨ ਦੇ ਇਨੌਗੁਰੇਸ਼ਨ ਤੋਂ ਬਾਅਦ ਸਿੱਧਾ ਰੈਲੀ ਵਾਲੀ ਜਗ੍ਹਾ ਜਾਣਾ ਸੀ ਜੀ ਉੱਥੇ ਇੱਕ ਗੱਲ ਹੋਈ ਵੀ ਕੋਈ ਦਿਨ ਪਹਿਲੇ 15-20 ਦਿਨ ਪਹਿਲੇ ਅਕਾਲੀ ਦਲ ਵਾਲਿਆਂ ਦੀ ਇਦਾਂ ਹੀ ਪੋਲਿਟਿਕਲ ਰੈਲੀ ਹੋਈ ਤੇ ਕੈਪਟਨ ਬਾਠ ਨੇ ਕਰਾਈ ਤੇ ਉਹਦੇ ਵਿੱਚ ਨਾ ਉਹ ਉੱਥੇ ਕਿਉਂਕਿ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਦੀ ਤਪਸਥਾਨ ਹੈ ਸ੍ਰੀ ਹਰਗੋਬਿੰਦਪੁਰ ਸਾਹਿਬ ਤੇ ਉੱਥੇ ਉਹਨਾਂ ਮੱਥਾ ਨਾ ਟੇਕਿਆ ਤੇ ਮੈਂ ਕੈਪਟਨ ਸਾਹਿਬ ਨੂੰ ਕਿਹਾ ਵੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਕਹਿੰਦੇ ਆ ਪਰ ਉਹਨਾਂ ਨੇ ਉੱਥੇ ਮੱਥਾ ਵੀ ਨਹੀਂ ਟੇਕਿਆ ਆਪਣਾ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਤੇ ਕੈਪਟਨ ਸਾਹਿਬ ਆਪਾਂ ਜਦੋਂ ਰੈਲੀ ਤੇ ਜਾਣ ਤੋਂ ਪਹਿਲੇ ਮੱਥਾ ਟੇਕ ਕੇ ਜਾਣਾ ਪਹਿਲੇ ਤੇ ਮੁਸਤਫਾ आई जी सी कह लग पा यार ऐसे नहीं होता फतेह जी हुँ, ये चीफ मिनिस्टर है कोई आया आदमी नहीं जाके मत्था टेकने चले जाता वहां सिक्योरिटी का सारा प्रबंध होता है जी। तो कैप्टन साहब ने टोकता उन्हें कहा मुस्तफा फतेह ठीक कह रहे असि रहा अतो टेक के जावे वायरलैसा कह मैसेज ला दो सीधे गुरुद्वारा साहब आन सिद्धि पुलिस फोर्स जो भी है अफसर काम है मुस्तफा मेरे लड़ पिया अरे आपको पता नहीं होता आप अपनी बात करते हो ਮੈਂ ਮੁਸਫਾ ਨੂੰ ਕਹਾ ਮੈਂ ਕਹਾ ਪੰਥਕ ਇਲਾਕਾ ਹੈ ਤੇ ਪੰਥਕ ਇਲਾਕੇ ਚ ਉਹ ਕੰਮ ਕਰਨਾ ਜੋ ਲੋਕੀ ਚਾਹਦੇ ਨੇ ਜੀ ਤੇ ਚਲੋ ਜਦੋਂ ਚੌਪਰ ਡਿੱਗਿਆ ਤੇ ਸਾਰੇ ਚਲੋ ਸੈਟਅਪ ਪੱਗਾ ਪੁਗਨਾ ਖਿਲਰ ਗਿਆ ਬੁਰੇ ਹਾਲ ਤੇ ਬਾਹਰ ਨਿਕਲੇ ਜਦੋਂ ਚੌਪਰ ਤੋਂ ਤੇ ਮੈਨੂੰ ਅਜੇ ਤੱਕ ਯਾਦ ਹੈ ਵੀ ਉਹ ਇੱਕ ਨਾ ਕਮਾਂਡੋ ਵਾਲਾ ਮੁੰਡਾ ਸੀ ਕਹਿੰਦਾ ਜੀ ਸਰ ਸੱਟ ਤੇ ਨਹੀਂ ਲੱਗੀ ਹੂੰ ਤੇ ਪ੍ਰਤਾਪਪ uri ਕਹਿਣ ਲਗੇ ਨਹੀਂ ਸਾਨੂੰ ਤੇ ਪਿਆ ਫੁੱਲਾਂ ਨਾਲ ਹੀ ਥੱਲੇ ਡਿੱਗੇ ਆ ਤੂਹੀ ਬੱਜੀ ਹੈ ਸਾਟ ਦੇ ਲਗਦੀ ਲਗਦੀ ਹੈ ਬੂੰਦਲੇ ਪਏ ਆ ਢੇਰਾ ਹੋ ਗਿਆ ਅੱਖਾਂ ਅੱਗੇ ਤੇ ਚਲੋ ਖੈਰ ਅਸੀਂ ਮੇਰਾ ਉੱਥੇ ਆਪਣਾ ਰੈ residancy ਸ੍ਰੀ ਅਰਗਵੰਦਪੁਰ ਦਫਤਰ ਕਬ ਰੈ residenc چھوٹਾ ਜਿਹਾ ਬਣਾਇ ਦਿੱਤੀ ਜੀ ਤੇ ਉੱਥੇ ਮੈਂ 5 ਕਿ ਮਿੰਟ ਦੇ ਵਿੱਚ ਪੱਕ ਪੱਕ ਦੁਬਾਰਾ ਬੰਨ ਕੇ ਕਮੀਬ ਕਪੜੇ ਬਦਲ ਕੇ ਤੇ ਮੈਨੂੰ ਮੈਸੇਜ ਆ ਗਿਆ ਪਤਾ ਲੱਗ ਗਿਆ ਸਾਰੀ ਰੈਲੀਬਲੀ ਜਗਾ ਵੀ ਚੋਪਰ ਦਾ ਕ੍ਰੈਸ਼ ਹੋ ਗਿਆ ਤੇ ਘਰ ਵਾਲਿਆਂ ਨੂੰ ਤਾਂ ਮੱਥਾ ਪੈਰਾਂ ਦੀ ਪੈ ਗਈ ਪਹਿਲੇ ਉਹਨਾਂ ਨੇ ਪੁੱਛਿਆ ਵੀ ਸਭ ਠੀਕ ਠਾਕ ਹੋਣਾ ਕਹੇ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਚਾਓ ਤੇ ਜਦੋਂ ਮੈਂ ਸਟੇਜ ਤੇ ਪਹੁੰਚਿਆ ਕੈਪਟਨ ਸਾਹਿਬ ਕਹਿਣ ਲੱਗੇ ਫਤਿਹ ਤੂੰ ਚੱਲ ਆਹੀਂ 15 20 ਮਿੰਟ ਬਾਅਦ ਆਨੇ ਆ ਤੇ ਮੈਨੂੰ ਆਪਣੀ ਸਪੀਚ ਹੀ ਭੁੱਲ ਗਈ ਵੀ ਉਸ ਚੀਜ਼ ਦਾ ਇੰਪੈਕਟ ਇਹਦਾ ਸੀ ਆਫਟਰ ਆਲ ਕਿਉਂਕਿ ਬਾਅਦ ਵਿੱਚ ਹੀ ਕੈਪਟਨ ਸਾਹਿਬ ਨੇ ਜ਼ਿਕਰ ਕੀਤਾ ਵੀ ਜਾਨ ਮਸਾਂ ਬਚੀ ਹੈ ਨਾ ਜਾਨ ਮਸਾਂ ਬਚੀ ਹੈ ਫਿਰ ਉਹਨੇ ਕਿਹਾ ਵੀ ਇਹ ਲੱਖਾਂ ਚੋਂ ਚਾਪਰ ਦੇ ਕੋਈ ਲੰਬਾ ਚੌੜਾ ਤੇ ਹੁੰਦਾ ਨਹੀਂ ਹੁੰਦੀ ਤੇ ਫਾਈਬਰ ਦੀ ਸਾਰੀ ਬੋਡੀ ਹੈ ਤੇ ਇਹ ਕਦੀ ਇਹੋ ਜੇ ਕ੍ਰੈਸ਼ ਚ ਕੋਈ ਬਚਿਆ ਹੀ ਨਹੀਂ ਦੁਬਾਰਾ ਫਿਰ ਚੜੇ ਚਾਪਰ ਚ ਕਦੀ ਹਾਂ ਬਥੇ ਲਿਆ ਫਿਰ ਹਟੇ ਥੋੜਾ ਨਹੀਂ ਲੱਗਿਆ ਅੱਛਾ ਬੜੀ ਮੈਦਨ ਘਾ ਲਿਆ ਮੈਦਨ ਘਾ ਲਿਆ ਸਬਜੀਤ ਉਥੋਂ ਚਲੇ ਗਏ ਮੈਂ ਤਾਂ ਰਹਿ ਗਿਆ ਕਾਦੀ ਸ਼ਰੀ ਹਰਗਵਿੰਦ ਜੀ ਤੇ ਕੈਪਟਨ ਸਾਹਿਬ ਇਹਨਾਂ ਨੇ ਨਾ ਉਥੋਂ ਗੱਡੀਆਂ ਮੰਗਵਾਲੀਆਂ ਤੇ ਜਲੰਧਰ 에ਅਰ ਫੋਰਸ ਦਾ ਚਾਪਰ ਫੇਰ ਤਿਆਰ ਸੀ ਅੱਛਾ ਜੀ ਤੇ ਉਹ ਅਥੀਕ ਜੀ ਜੀ ਕਹਿੰਦਾ ਵੀ ਮੈਂ ਤਾਂ ਜਲੰਧਰੋਂ ਆਇਆ ਇਹਦਾ ਮੈਂ ਤਾਂ ਕੈਪਟਨ ਸਾਹਿਬ ਜਲੰਧਰੋਂ ਨੇ ਕਿਹਾ ਵੀ ਸਵੇਰੇ ਮੀਟਿੰਗ ਹੈ ਆਪਣੀ ਕੈਬਨਿਟ ਦੀ ਸਵੇਰੇ ਆਜੂਗਾ ਜੀ ਮੈਂ ਚੋਪਰ ਤੇ نیچے ਚੜਨਾ ਤੇ ਪ੍ਰਤਾਪਪੂਰੀ ਵੀ ਕਹਿਣ ਲੱਗੇ ਕਹਿੰਦੇ ਮੈਂ ਮਨ ਚ ਸੋਚਿਆ ਵੀ ਫੌਜੀ ਨੂੰ ਕੋ ਡਾਰੀਏ ਨਹੀਂ ਵੇਖੋ ਅਜੇ ਹੁਣ ਅਜੇ ਕ੍ਰੈਸ਼ ਹੋਇਆ ਫਿਰ ਚੋਪਰ ਤੇ ਜਾ ਵੇ ਚੜਿਆ ਹੂੰ ਕਿਤੇ ਫਿਰ ਮੈਂ ਨਾਲ ਜਾਣਾ ਸੀ ਫਿਰ ਆਈ ਤਾਂ ਚੜੇ ਚੁੜੇ ਗਿਆ ਪਰ ਦਿਲ ਨੂੰ ਤੱਕ ਤੱਕ ਹੁੰਦਾ ਰਿਹਾ ਪਰ ਇਹ ਕਿਸਮਤ ਦੀਆਂ ਗੱਲਾਂ ਹੁੰਦੀਆਂ ਜਦੋਂ ਕੋਈ ਮਾਰਾ ਹੀ ਨੇ ਰੱਖਣਾ ਹੋਏ ਸ਼ਾਇਦ ਮੈਂ ਇਹ ਸੋਚਦਾ ਵੀ ਕਿਉਂਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਵੀ ਆਪਾਂ 6 ਵੇ ਪਾਕੀ ਦੇ ਮੱਥਾ ਟੇਕੇ ਫਿਰ ਜਾਣਾ ਤੇ ਕੈਪਟਨ ਸਾਹਿਬ ਨੇ ਆਪਣੇ ਇੱਕ ਵਾਰ ਗੱਲ ਵੀ ਕਹੀ ਮੁਸਫੇ ਨੇ ਹਾਸੇ ਚ ਆਈ ਦੀ ਨੇ ਗੱਲ ਕੀਤੀ ਤੇ ਦੇਖ ਲੋ ਫੜੇ ਚੜਿਆ ਤੇ ਕ੍ਰੈਸ਼ ਹੋ ਗਿਆ ਅਈ ਉਹ ਅਮਰਸਰੋਂ ਪਹਿਲੇ ਚੰਦੀਗੜ੍ਹੋਂ ਆਏ ਅਬਰਸਰ ਅਮਰਸਾਰੀ ਕੀ ਰਲੀ ਸੋ ਉੱਥੋਂ ਸਾਡਿਕਾ ਜੀ ਤੇ ਕੈਪਟਨ ਸਾਹਿਬ ਕਹਿਣ ਲੱਗੇ ਕਹਿੰਦੇ ਵੀ ਕਮਲਿਆ ਫਤਿਹ ਚੜਿਆ ਤੇ ਅਸੀਂ ਬਚ ਗਏ ਹੂੰ ਵੀ ਜੇ ਇਹਨੇ ਗੁਰਦੁਆਰਾ ਸਾਹਿਬ ਦੀ ਮਹਾਰਾਜ ਦੀ ਗੱਲ ਕੀਤੀ ਤੇ ਅਸੀਂ ਸਾਰਿਆਂ ਮਨ ਬਣਾਇਆ ਵੀ ਨਹੀਂ ਉੱਥੇ ਜਾਣਾ ਹੂੰ ਤੇ ਛੇਵੇਂ ਪਾਸ਼ਾ ਨੇ ਸਾਨੂੰ ਹੱਥ ਦੇ ਕੇ ਰੱਖਿਆ ਜੀ ਤੇ ਉਹ ਇਸ ਗੱਲ ਤੇ ਇਹ ਕਈ ਵਾਰ ਜ਼ਿਕਰ ਹੋਇਆ ਹੂੰ ਇਹ ਕੈਪਟਨ ਸਾਹਿਬ ਕਹਿੰਦੇ ਕਹਿੰਦੇ ਮੈਂ ਆਪਣੀ ਬੁੱਕ 'ਚ ਵੀ ਲਿਖਾਂਗਾ ਇਸ ਕ੍ਰੈਸ਼ ਪਰੇ ਹੂੰ ਤੇ ਸੋ ਇਸ ਜ਼ਿੰਦਗੀ ਦੇ ਵਿੱਚ ਇਸ ਕਿਸਮ ਦੀਆਂ ਲਾਈਫ ਦੇ ਵਿੱਚ ਕਈ ਚੀਜ਼ ਐ ਉਹ ਜਿਹੜੀਆਂ ਤੁਹਾਡੇ ਨਾਲ ਇੱਕ ਛਾਪ ਛੱਡ ਜਾਂਦੀ ਹੈ ਯਾਦ ਰਹਿ ਜਾਂਦੀ ਹਾਂ ਯਾਦ ਰਹਿੰਦੀ ਔਰ ਤੁਸੀਂ ਕਈ ਵਾਰ ਉਹ ਸੋਚ ਕੇ ਇਹ ਚੀਜ਼ਾਂ ਤੁਹਾਡਾ ਮਨ ਵੀ ਕਰਦਾ ਵੀ ਕਿਤੇ ਨਾ ਕਿਤੇ ਇਹਨੂੰ ਲਿਖੀਏ ਤਾਂ ਕਿ ਭੁੱਲੀਏ ਨਾ ਤਾਂ ਇਹ ਚੀਜ਼ਾਂ ਅਜੇ ਤੱਕ ਜਿਹੜਾ ਧਰਮਿੰਦਰ ਵਾਰੀ ਗੱਲ ਆ ਤੇ ਜਾਂ ਜਾਂ ਚੌਪਰ ਵਾਲੀ ਗੱਲ ਹੈ ਇਹ ਅਜੇ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਇਸ ਤਰੀਕੇ ਦੀ ਗੱਲ ਆ ਭਾਈਓ ਸਾਹਿਬ ਹੱਥ ਦਿਖਾਓ ਤੁਹਾਡਾ ਹਾਂਜੀ ਐਂ ਹੱਥ ਤੇ ਘਾਇਓ ਤੁਹਾਡਾ ਐ ਕਰਕੇ ਆ ਨੱਕ ਪਾਇਆ ਹੋਇਆ ਨਾ ਮੈਂ ਨੱਕ ਵੇਖ ਰਿਹਾ ਇਹ ਸਿੱਧੂ ਸਾਹਿਬ ਨਾਲ ਰਿਸ਼ਤੇਦਾਰੀ ਤੋਂ ਬਾਅਦ ਪਾਇਆ ਕਿ ਇਹ ਪਹਿਲਾਂ ਦਾ ਪਾਇਆ ਹੋਇਆ ਹੈਗਾ ਨਹੀਂ ਨਹੀਂ ਰਿਸ਼ਤੇਦਾਰੀ ਥੋੜਾ ਸਾਡੀ ਕੋਈ ਵੈਸੇ ਪਿਆਰ ਹੈ ਸਾਡਾ ਉਹ ਛੋਟੇ ਭਰਾਵਾਂ ਵਰਗਾ ਨਹੀਂ ਰਿਸ਼ਤੇਦਾਰੀ ਪੈਣ ਜਾ ਰਹੀ ਹੈ ਨਾ ਰਿਸ਼ਤੇਦਾਰੀ ਸਿੱਧੂ ਸਾਹਿਬ ਨਾਲ ਨਹੀਂ ਨਹੀਂ ਇਹ ਇਹ ਐਵੇਂ ਲੋਕਾਂ ਦੀਆਂ ਗੱਲਾਂ ਜਿੰਨੇ ਮੂੰਹ ਨਹੀਂਆਂ ਗੱਲਾਂ ਇਹ ਐ ਐਕਚੁਅਲੀ ਇਹ ਜਿਹੜੇ ਕਈ ਬੰਦੇ ਜਿਹੜੇ ਬਲੀਵ ਕਰਦੇ ਨੇ ਹਮਮ ਐਸਟਰੋਲੋਜੀ ਦੇ ਵਿੱਚ ਤੇ ਉਹਨਾਂ ਨੇ ਕੇ ਇਹਨੇ ਕਿਹਾ ਵੀ ਜੀ ਤੁਸੀਂ ਉਹ ਨਗ ਪਾਓ ਤੇ ਚੰਗਾ ਹੋਊਗਾ ਤੇ ਚਲੋ ਪਾਲਜ ਜੀ ਕੀ ਹਰ ਜਿਆਦਾ ਪੋਲਿਟੀਕਲ ਬੰਦੇ ਇਹਨਾਂ ਚੀਜ਼ਾਂ ਦੇ ਵਿੱਚ ਬਲੀਵ ਕਰਦੇ ਆ ਮੈਂ ਸਮਝਦਾ ਮਰਾ ਵੋਟਾ ਕਰੀ ਗਈ ਹੈ ਜਦੋਂ ਵੇਖੋ ਜਿਹੜੀ ਚੀਜ਼ ਤੁਹਾਨੂੰ ਕਹਿੰਦੇ ਕਈ ਕਹਿੰਦਾ ਵੀ ਚੜਦੀ ਕਲਾ ਹੋਊਗੀ ਇਤੋਂ ਇਹ ਇਸ ਤੋਂ ਅਗਲੇ ਸਟੈਪ ਜਾਣਾ ਤਾਂ ਫਿਰ ਬੰਦਾ ਪਾ ਲਿੰਦਾ ਵੀ ਪੰਜ ਕੀ ਹਰਜ ਹੈ ਹਮ ਚਲੋ ਨਾ ਛੱਡੋ ਵੈਸੇ ਇੱਕ ਚੀਜ਼ ਮੈਂ ਹੋਰ ਨੋਟ ਕਰਦਾ ਜਿਆਦਾ ਕਈ ਪੋਲਿਟਿਸ਼ੀਅਨਸ ਹੁਣ ਤੱਕ ਸਾਰੇ ਕੁੜਤੇ ਪਜਾਮੀ ਜਿਆਦਾ ਪਾਉਂਦੇ ਆ ਚੂੜੇਦਾਰ ਪਜਾਮੀ ਕੈਪਟਨ ਸਾਹਿਬ ਨੇ ਪਾਉਣੀ ਸਿਖਾਈ ਹੈ ਜਾਂ ਪਹਿਲਾਂ ਬਜ਼ੁਰਗ ਪਾਉਂਦੇ ਸੀ ਜਾਂ ਉਹਵੇਂ ਜੀ ਮੇਰੇ ਫਾਦਰ ਪਾਉਂਦੇ ਸੀ ਤਾਂ ਪਾਉਣ ਲੱਗ ਪਏ ਹਾਂਜੀ 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 ਵੱਡੇ ਭਾਈ ਸਾਹਿਬ ਵੀ ਪਾਉਂਦੇ ਆ ਇਹ ਇਦਾਂ ਵੀ ਤੁਸੀਂ ਕਿਸੇ ਨਾ ਕਿਸੇ ਨੂੰ ਤੇ ਆਪਣਾ ਰੋਲ ਮਾਡਲ ਵੇਖਦੇ ਹੋ ਬਿਲਕੁਲ ਤੇ ਅਸੀਂ ਆਪਣੇ ਬਜ਼ੁਰਗਾਂ ਨੂੰ ਹਮੇਸ਼ਾ ਦੇਖਿਆ ਉਹ ਚੂੜੀਦਾਰ ਪਜਾਮਾ ਪ ਤੋ ਇਹ ਨਹੀਂ ਵੀ ਕਿਸੇ ਨੂੰ ਵੇਖ ਕੇ ਇਦਾਂ ਕੀਤਾ ਪਰ ਉਹ ਕਿਉਂਕਿ ਆਪਣੇ ਜਿਹੜੇ ਪਿੰਨੀਆਂ ਦੀ ਬੰਤਰ ਹੁੰਦੀ ਹੈ ਉਹ ਹਰ ਚੀਜ਼ ਪਤਲੀ ਪਿੰਨੀਆਂ ਵਾਲਿਆਂ ਨੂੰ ਨਹੀਂ ਜੱਜਦਾ ਤੇ ਉਹ ਫਿਰ ਲੋਕ ਖੁੱਲਾ ਪਜਾਮਾ ਵੀ ਪਾ ਲੈਂਦੇ ਨੇ ਸੋ ਮੈਨੂੰ ਚੰਗਾ ਲੱਗਾ ਤੇ ਮੈਂ ਹਮੇਸ਼ਾ ਉਹੀ ਰੱਖਿਆ ਖੁੱਲਾ ਪਜਾਮਾ ਪਾਇਆ ਹੀ ਨਹੀਂ ਹਮ ਸ਼ੁਰੂ ਤੋਂ ਹਾਂਜੀ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਸ਼ੁਰੂ ਤੋਂ ਕਿਤੇ ਜਵਾਨੀ ਕਾਲਜ ਕਾਲਜ ਪੜਦੇ ਆ ਕਿਤੇ ਸਰਵਾਰ ਪਾ ਲਈ ਹੋਏ ਜਾਂ ਖੁੱਲਾ ਪਜਾਮਾ ਪਾ ਲਿਆ ਮੈਂ ਉਹ ਕਹਿੰਦਾ ਬਟ ਪੋਲਿਟਿਕਲ ਪੋਲਿਟਿਕਸ ਚਾਂ ਤੋਂ ਬਾਅਦ ਇਹ ਮੈਂ ਮੇਰਾ ਜਿਹੜਾ ਯੂਨੀਫਾਰਮ ਹੈ ਮੇਰੀ ਜਿਹੜੀ ਹੈਗੀ ਹੈ ਚਿੱਟੇ ਕੁਰਤੇ ਪਜਾਮੇ ਚੂੜੀਦਾਰ ਪਜਾਮਾ ਵੱਡੇ ਭਾਈ ਬਾਸਾ ਸਾਹਿਬ ਵੀ ਇਹੀ ਪਾਉਂਦੇ ਆ ਸੇਮ ਉਹ ਵੀ ਪਾਉਂਦੇ ਨੇ ਹਾਂਜੀ ਹਾਂਜੀ ਉਹ ਵੀ ਇਹੀ ਪਾਉਂਦੇ ਆ ਤੋ ਇਹ ਜ਼ਿੰਦਗੀ ਦੇ ਇਹ ਪਹਿਲੂ ਨੇ ਜ਼ਿੰਦਗੀ ਚ ਬਹੁਤ ਕੁਝ ਸਿੱਖਿਆ ਜ਼ਿੰਦਗੀ ਚ ਬੜੀ ਕੈਪਟਨ ਸਾਹਿਬ ਤੋਂ ਕੀ ਕੀ ਸਿੱਖਿਆ ਉਹ ਕੈਪਟਨ ਸਾਹਿਬ ਸਾਹਿਬ ਨੇੜੇ ਰਹੇ ਉਹਨਾਂ ਦੇ ਕੈਪਟਨ ਸਾਹਿਬ ਕੋ ਇੱਕ ਚੀਜ਼ ਤੇ ਹੈ ਗਿਆ ਵੀ ਉਹ ਬੰਦਾ ਦੀ ਵਸਟ ਨੋਲੇਜ ਹੈ ਫੌਜ ਬਾਰੇ ਇੰਟਰਸਟ ਹੈ ਹਿਸ ਫਰਸਟ ਲਵ ਇਜ਼ ਆਰਮੀ ਔਰ ਸੈਕੰਡਲੀ ਜਿੰਨਾ ਪੰਜਾਬ ਬਾਰੇ ਸ਼ਾਇਦ ਉਹਨਾਂ ਨੂੰ ਪਤਾ ਹੈ ਕਿਸੇ ਹਿਸਟੋਰੀਅਨ ਨੂੰ ਵੀ ਨਹੀਂ ਪਤਾ ਹੋਊਗਾ ਮੈਂ ਇੱਕ ਵਾਰ ਪਟਿਆਲੇ ਮੋਤੀਬਾਗ ਚਲਾ ਗਿਆ ਉਹ ਇਹਨਾਂ ਲੰਚ ਤੇ ਬੁਲਾਇਆ ਸੀ ਪੁਰਾਣੀ ਗੱਲ ਹੋ ਗਈ 2000 ਇਹ ਉਦੋਂ ਚੀਫ ਮਿਨਿਸਟਰ ਸ਼ਾਇਦ 2008 ਦੀ ਗੱਲ ਹੈ ਤੇ ਇਹਨਾਂ ਨੇ ਉੱਥੇ ਮੈਨੂੰ ਜਦੋਂ ਇਹ ਲਾਇਬ੍ਰੇਰੀ 'ਚ ਬਿਠੇ ਸੀ ਤੇ ਮੈਂ ਦੇਖਿਆ ਜਿੰਨਾ ਇਹ ਕੰਦ ਹੈ ਨਾ ਇਹ ਤੁਹਾਡੀ ਇਸ ਕੰਦ ਜਿੰਨਾ ਵੱਡਾ ਨਕਸ਼ਾ ਲੱਗਾ ਸੀ ਪੰਜਾਬ ਦਾ ਹੂੰ ਤੇ ਲੱਗਾ ਸੀ ਪੁਰਾਣਾ ਅਫਗਾਨਿਸਤਾਨ ਦੇ ਵੇਲੇ ਜਦੋਂ ਖਾਈਬਰ ਦੇ ਵਿੱਚ ਆਪਣਾ ਝੰਡਾ ਜਿਹੜਾ ਖਾਲਸਿਆਂ ਦਾ ਝੂਲਦਾ ਸੀ ਤੂੰ ਵਿਖਾਇਆ ਗਿਆ ਸੀ ਵੀ ਖਾਲਸਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਐਕਚੁਅਲੀ ਉਹ ਪਰ ਜਿਹੜਾ ਪੂਰਾ ਮੈਪ ਲੱਗਾ ਸੀ ਤੇ ਮੈਂ ਕੈਪਟਨ ਸਾਹਿਬ ਨੂੰ ਪੁੱਛਿਆ ਮੈਂ ਕੈਪਟਨ ਸਾਹਿਬ ਆਪ ਇੱਡਾ ਵੱਡਾ ਤੁਸੀਂ ਪੰਜਾਬ ਦਾ ਇਲਾਇਆ ਤੇ ਆਪਾਂ ਨੂੰ ਪੂਰੀ ਇਹਦੀ ਨੋਲਿਜ ਹੈ ਜੀ ਜੀ ਕਹਿੰਦੇ ਫਿਰ ਇੱਕ ਮਿੰਟ ਇਹਨਾਂ ਨੇ ਹੀ ਟਕ ਅਬਾਊਟ ਹਾਫ ਅਨ ਆਵਰ ਮੈਨੂੰ ਐਕਸਪਲੇਨ ਕਰਦੇ ਇੱਕ ਇੱਕ ਚੀਜ਼ ਹਮ ਇਹ ਕਿਦਾਂ ਮਹਾਰਾਜਾ ਰਣਜੀਤ ਸਿੰਘ ਦਾ ਹਰੀ ਸਿੰਘ ਨਲਵੇ ਦਾ ਉੱਥੇ ਰਾਜ ਹੋਇਆ ਹਮ ਕਿਸ ਤਰੀਕੇ ਨਾਲ ਇਹ ਆਪਾਂ ਕਹਿੰਦੇ ਸੀ ਵੀ ਦੋ ਅਮਰੀਕਾ ਰਸ਼ੀਆ ਫੇਲ ਹੋ ਗਏ ਅਫਗਾਨਿਸਤਾਨ ਦੇ ਵਿੱਚ ਕੈਪਚਰ ਕਰਨ ਨੂੰ ਪਰ ਖਾਲਸਿਆਂ ਨੇ ਇੱਥੇ ਆਪਣਾ ਝੰਡਾ ਲਹਿਰਾਇਆ ਔਰ ਉਹਦਾ ਕਾਰਨ ਕੀ ਸੀ ਫਿਰ ਉਹਨਾਂ ਦੱਸਿਆ ਵੀ ਜਿਹੜੀ ਇਹ ਅਸੀਂ ਛੋਟੀ ਆਰਮੀ ਨਾਲ ਜਿਹੜੇ ਅਸੀਂ ਕਰਦੇ ਆ ਨਾ ਐਮਬੁਸ਼ ਕਰਦੇ ਆ ਉਹਨੂੰ ਕਮਾਂਡੋ ਟਾਈਪ ਤੁਸੀਂ ਹਮਲੇ ਕਰਦੇ ਹੋ ਇਹ ਜਿਹੜਾ ਸੀ ਇਹ ਮਹਾਰਾਜਾ ਰਣਜੀਤ ਹਰੀ ਸਿੰਘ ਨਲਵੇ ਨੇ ਕੀਤਾ ਸੀ ਕੰਮ ਸ਼ੁਰੂ ਕਿਉਂਕਿ ਫੋਰਸ ਇੰਨੀ ਜ਼ਿਆਦਾ ਨਹੀਂ ਸੀ ਜਿੰਨੀ ਮੁਸਲਮਾਨਾਂ ਦੀ ਫੋਰਸ ਸੀ ਕੀ ਤੇ ਇਹਨਾਂ ਨੇ ਫਿਰ ਛੋਟੀ ਛੋਟੀਆਂ ਟੁਕੜੀਆਂ ਨਾਲ ਉਹਨਾਂ ਨੂੰ ਕਰਨਾ ਫਿਰ ਉਹਨਾਂ ਦੱਸਿਆ ਵੀ ਰਾਜ ਕਿਵੇਂ ਕੀਤਾ ਕਹਿੰਦੇ ਸੀ ਵੀ ਜਿਹੜਾ ਸਾਡੀ ਫੌਜ ਸੀ ਉਹ ਉਚਾਈ ਦੇ ਵਿੱਚ ਇੰਨੀ ਕਾਮਯਾਬ ਨਹੀਂ ਸੀ ਜਿੰਨੀ ਕਿ ਮੈਦਾਨ ਜਦੋਂ ਪੈਰ ਲੈਵਲ ਹੁੰਦਾ ਸੀ ਉੱਥੇ ਜਿਹੜੀ ਇਹ ਤਗੜੇ ਸੀ ਉਸ ਚੀਜ਼ ਦੇ ਵਿੱਚ ਫਿਰ ਨਾ ਕਹਿੰਦੇ ਸੀ ਵੀ ਸਾਡੀ ਖਾਲਸਾ ਫੌਜ ਦੇ ਉਹਨਾਂ ਨੂੰ ਉੱਥੋਂ ਉਕਸਾਣਾ ਹੂੰ ਉੱਥੋਂ ਘੋੜੇ ਉੱਥੋਂ ਵਾਰ ਕਰਕੇ ਤੇ ਥੱਲੇ ਫਿਰ ਭਜਨਾ ਉਧਰ ਨੂੰ ਤੇ ਮੈਦਾਨ 'ਚ ਲੈ ਕੇ ਆਉਣਾ ਜੀ ਤੇ ਉਥੇ ਫਿਰ ਹਰੀ ਸਿੰਘ ਨਲਵੇ ਨੇ ਆਪਣੇ ਤੇਵਰ ਬਖਾਨੇ ਤੇ ਸਭ ਕੁਝ ਕਰਨਾ ਤੇ ਤਾਂ ਕਹਿੰਦੇ ਵੀ ਖਾਲਸਿਆਂ ਦਾ ਰਾਜ ਤੇ ਹਰੀ ਸਿੰਘ ਨਲਵੇ ਦਾ ਨਾਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਐਵੇਂ ਨਹੀਂ ਕਹਿੰਦੇ ਜਦੋਂ ਵੀ ਸਰਕਾਰਾਂ ਬੰਦੀਆਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਜਿਆ ਕਰਨਾ ਹੁਣ ਤੇ ਵੇਖੋ ਨਾ ਜਦੋਂ ਹਿੰਦੁਸਤਾਨ ਦੀ ਵਡ ਹੋਈ ਹੈ ਸਿਮਰਜੀਤ ਹਿੰਦੁਸਤਾਨ ਦੀ ਵਡ ਥੋੜੋ ਹੀ ਪੰਜਾਬ ਦੋ ਟੁਕੜਿਆਂ 'ਚ ਵੰਡਿਆ ਗਿਆ ਬਿਲਕੁਲ ਕੁਝ ਵੈਸਟ ਬੰਗਾਲ ਬੰਗਾਲ ਕੁਝ ਵਡਿਆ ਗਿਆ ਤੇ ਯਾ ਪੰਜਾਬ ਵਡਿਆ ਗਿਆ ਤੁਸੀਂ ਦੇਖੋ ਅੱਜ ਵੀ ਪੰਜਾਬ ਦਾ ਮੇਜਰ ਹਿੱਸਾ ਪਾਕਿਸਤਾਨ ਦੇ ਵਿੱਚ ਹੈ ਬਿਲਕੁਲ ਤੁਸੀਂ ਅੱਜ ਵੀ ਜਦੋਂ ਪਾਕਿਸਤਾਨ ਦਾ ਵਜ਼ੀਰ ਆਜ਼ਮ ਬੰਦਾ ਹੈ ਪ੍ਰਾਈਮ ਮਿਨਿਸਟਰ ਬੰਦਾ ਹੈ ਉਹ ਪੰਜਾਬ ਤੋਂ ਬੰਦਾ ਹੈ ਹੋਰ ਕਿਹੇ ਜਗ੍ਹਾ ਤੋਂ ਨਹੀਂ ਬੰਦਾ ਇੱਕ ਭੁੱਟੋ ਸੀ ਜਿਹੜਾ ਬਾਰੋਂ ਬਣਿਆ ਸੀ ਨਹੀਂ ਤਾਂ ਨਾਰਮਲੀ ਸਾਰੇ ਪੰਜਾਬ ਤੋਂ ਬੰਦੇ ਨੇ ਉਹਦਾ ਕਾਰਨ ਇਹ ਵੀ ਜਿਹੜਾ ਸਾਰੇ ਨਾਲ ਵੱਡਾ ਜਿੱਦਾਂ ਸਾਡੇ ਯੂਪੀ ਹੈ ਪਾੜ ਦੇਬਿਟ ਇੰਡੀਆ ਵੀ ਯੂਪੀ ਇਹ ਵੱਡਾ ਇੱਕ ਜ਼ਿਲ੍ਹਾ ਹੈ ਵੱਡੀ ਸਟੇਟ ਵੱਡੀ ਸਟੇਟ ਹੈ ਇਸ ਕਰਕੇ ਇਸੇ ਤਰੀਕੇ ਨਾਲ ਅੱਜ ਵੀ ਪੰਜਾਬ ਜਿਹੜਾ ਹੈ ਨਾ ਉਹ ਲਾਹੌਰ ਤੋਂ ਅੱਗੇ ਜਿਹੜਾ ਪੰਜਾਬ ਚੱਲਦਾ ਹੈ ਉਸ ਉਹੀ ਪੰਜਾਬ ਹੈ ਵੇਖ ਕੇ ਜਦੋਂ ਆਈਦਾ ਤੇ ਫਿਰ ਪਤਾ ਲੱਗਦਾ ਵੀ ਅਸਲ ਪੰਜਾਬ ਸਾਡੇ ਨਾਲ ਜਿਹੜੀ ਵੰਡ ਹੋਈ ਹੈ ਨਾ ਜਿਹੜੀਆਂ ਤਾਰਾਂ ਲੱਗੀਆਂ ਦੂਜੇ ਤਿਜੇ ਹੋਏ ਇਹ ਕਈ ਵਾਰ ਦੁੱਖ ਲੱਗਦਾ ਵੀ ਆਪਣੇ ਉਸ ਵਕਤ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਕੀ ਸੋਚ ਕੇ ਹਿੰਦੁਸਤਾਨ ਦੇ ਟੁਕੜੇ ਕੀਤੇ ਤੇ ਕੀ ਅੰਗਰੇਜ਼ਾਂ ਨੇ ਕਿਸ ਉਹਨਾਂ ਨੂੰ ਆਪਣੇ ਜਾਲ ਚ ਫਸਾਇਆ ਵੀ ਛੱਡਿਆ ਵੀ ਜਿਉ ਛੱਡ ਕੇ ਗਏ ਹਿੰਦੁਸਤਾਨ ਨੂੰ ਤੇ ਇਹੋ ਜੀ ਚਲਾਕੀ ਨਾਲ ਛੱਡ ਕੇ ਗਏ ਵੀ ਇਹਦੇ ਟੁਕੜੇ ਕਰ ਦਿਓ ਥੋਡੀਆਂ ਉਧਰ ਵੀ ਹੈਗੀਆਂ ਹਨਾ ਰਿਸ਼ਤੇਦਾਰੀਆਂ ਬਾਜਵਾਜ਼ ਜਟਾ ਦੇ ਵਿੱਚ ਨੇ ਇਹ ਜੱਟ ਤਾਂ ਰਾਜਪੂਤਾਂ ਤੋਂ ਹੀ ਆਏ ਫਿਰ ਕੋਈ ਸਿੱਖ ਬਣ ਗਏ ਤੇ ਕੋਈ ਮੁਸਲਮਾਨ ਬਣ ਗਏ ਉਹ ਬਹੁਤ ਸਾਰੀਆਂ ਜਾਤਾਂ ਜਿਹੜੀਆਂ ਨੇ ਬਾਜਵੇ ਨੇ ਸਿੱਧੂ ਨੇ ਬਾਠ ਨੇ ਇਹ ਸਾਈ ਨੇ ਇਹ ਬਹੁਤ ਸਾਰੀਆਂ ਜਾਤਾਂ ਉੱਤਰ ਪਾਕਿਸਤਾਨ ਦੇ ਵਿੱਚ ਵੀ ਬਰਾਬਰ ਦੀਆਂ ਹੀ ਨੇ ਜੀ ਜੀ ਆਹਦੀ ਆਹਦੀ ਉੱਥੇ ਬਹੁਤ ਸਾਰੇ ਜਦੋਂ ਅਸੀਂ ਇੱਕ ਦੋ ਵਾਰ ਮੌਕਾ ਮਿਲਿਆ ਹੈ ਪਾਕਿਸਤਾਨ ਲਾਹੌਰ ਜਾਂਦਾ ਜੀ ਸਾਡੇ ਨਾ ਕਾਦੀਆਂ ਤੋਂ ਅਹਿਮਦੀਆਜ਼ ਨੇ ਹਮ ਦੈਮਦੀਆਜ਼ ਦਾ ਮੱਕਾ ਮਦੀਨਾ ਕਾਦੀਆਂ ਹਾਂਜੀ ਤੇ ਉੱਥੋਂ ਦੇ ਪਹਿਲੇ ਜਿਹੜੇ ਫੋਰਨ ਮਨਿਸਟਰ ਸੀ ਉਹ ਚੌਧਰੀ ਸਰ ਜ਼ਫਰੁਲਲਾ ਖਾਨ ਸਾਹਿਬ ਸੀ ਜੀ ਕਾਧੀਆਂ ਤੋਂ ਸੀ ਤੇ ਜਦੋਂ ਜੁਆਇੰਟ ਇੰਡੀਆ ਪਹਿਲੇ ਸੀਗੇ ਉਹਦੇ ਵਿੱਚ ਰੇਲਵੇ ਮਨਿਸਟਰ ਸੀ ਤੇ ਕਾਧੀਆਂ ਰੇਲਵੇ ਲਾਈਨ ਵੀ ਉਹ ਲੈ ਕੇ ਆਏ ਤੇ ਕਾਧੀਆਂ ਹੀ ਖਤਮ ਹੋ ਗਈ ਜੀ ਸੋ ਇਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਪਾਕਿਸਤਾਨ ਵੱਲੋਂ ਜਦੋਂ ਵੰਡ ਹੋ ਰਹੀ ਸੀ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਚੌਧਰੀ ਸਰ ਜ਼ਫਰੁਲਲਾ ਖਾਨ ਔਰ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਨਹਿਰੂ ਜੀ ਤੇ ਪਟੇਲ ਸਾਹਿਬ ਤੇ ਇਸ ਕਰਕੇ ਕਈ ਵਾਰ ਇਹ ਸੋਚੀਦਾ ਵੀ ਉਸ ਵਕਤ ਕੀ ਆਪਣੇ ਲੀਡਰ ਉਸ ਜਾਲ ਚ ਫਸ ਗਏ ਕੀ ਜਾਂ ਉਹਨਾਂ ਦੇ ਮਫਾਦ ਆਪਣੇ ਇਹੋ ਜਿਹੇ ਇੰਟਰਸਟ ਆ ਗਏ ਵੀ ਦੇਸ਼ ਦੇ ਦੋ ਟੁਕੜੇ ਕਰ ਦੋ ਵੀ ਆਪਣੀਆਂ ਸਰਕਾਰਾਂ ਬਣਾ ਲਓ ਯਾ ਆਪਣੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਰੜਕਦੀਆਂ ਅੱਜ ਕਿਤੇ ਨੇ ਤੇ ਕਿਤੇ ਅੱਜ ਇੰਡੀਆ ਜਿੰਨਾ ਤਗੜਾ ਹੈ ਇਹ ਤੁਸੀਂ ਇਮੇਜਿਨ ਕਰੋ ਜੇ ਇਕੱਠੇ ਹੁੰਦੇ ਤੇ ਕਿੰਨੇ ਹੋਰ ਤਗੜੇ ਹੁੰਦੇ ਹਮ ਇੰਡੀਆ ਕਿਹੜੇ ਦੀ ਗੱਲ ਕਰ ਰਹੇ ਹਾਂ ਅੜੀਆ ਭਾਰਤ ਦੀ ਗੱਲ ਕਰ ਰਹੇ ਹਾਂ ਕਿ ਇੰਡੀਆ ਭਾਰਤ ਇੰਡੀਆ ਗੱਠ ਜੋੜ ਦੀ ਗੱਲ ਕਰ ਰਹੇ ਹਾਂ ਚਲੋ ਗੱਠ ਜੋੜ ਦਾ ਨਾਮ ਬਣਿਆ ਨਹੀਂ ਨਾ ਇੰਡੀਆ ਬਣਦਾ ਅਸੀਂ ਤੇ ਉਸ ਇੰਡੀਆ ਦੀ ਗੱਲ ਕਰਦੇ ਆ ਵੀ ਜਿਹੜੇ ਇੰਡੀਆ ਦੇ ਵਿੱਚ ਅਸੀਂ ਤੁਸੀਂ ਸਾਰੇ ਰਹਿੰਦੇ ਆ ਹ ਨਹੀਂ ਹੁਣ ਬੀਜੇਪੀ ਵਾਲੇ ਕਹਿੰਦੇ ਨਾ ਵੀ ਜਿਹੜੇ ਹਿਸਾਬ ਨਾਲ ਕਹਿੰਦੇ ਭਾਰਤ ਕਹਿਣਾ ਦੋਸਤਾਨ ਕਹਿਣਾ ਤੇ ਭਾਰਤ ਕਹਿਣਾ ਇੰਡੀਆ ਦਾ ਫਿਰ ਉਹਨਾਂ ਨੇ ਰੱਖ ਲੈਣਾ ਚਲੋ ਇਹ ਤੇ ਪੋਲੀਟੀਕਲ ਗੱਲਾਂ ਹੋ ਗਈਆਂ ਸੋਚਾਂ ਨੇ ਗੱਲਾਂ ਨੇ ਵੀ ਹਰ ਵਾਰ ਉਹ ਸਮਝਦੇ ਇੰਡੀਆ ਦਾ ਨਾਮ ਲੰਗਾ ਤੇ ਐ ਲੱਗੇਗਾ ਵੀ ਉਹਨਾਂ ਦੀ ਗੱਲ ਕਰ ਰਹੇ ਹੋ ਹਮ ਤੇ ਚਲੋ ਆਪਣੇ ਦੇਸ਼ ਨੂੰ ਤੇ ਬੰਦਾ ਚੰਗੇ ਭਾਰਤ ਕਹਿੰਦੇ ਨੇ ਪਹਿਲੇ ਪੁਰਾਣਾ ਵੀ ਭਾਰਤ ਹੀ ਕਹਿੰਦੇ ਸੀ ਜੀ 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 ਸੋਚ ਹੈ ਬਾਜਵਾ ਸਾਹਿਬ ਸ਼ੌਕ ਕੀ ਆ ਤੁਹਾਡੇ ਸ਼ੌਕ ਐਵੇਂ ਆਈ ਵਾਸ ਆਈ ਵਾਸ ਅ ਵੈਰੀ ਕੀਨ ਗੋਲਫਰ ਮੈਂ ਗੋਲਫ ਖੇਡਦਾ ਹੁਣ ਜਾਣੇ ਹੋ ਸਪੋਰਟਸਮੈਨ ਰਿਹਾ ਹੁਣ ਟਾਈਮ ਨਹੀਂ ਲੱਗਦਾ ਦੇਖੋ ਗੋਲਫ ਇਹ ਕਿਹੋ ਜੀ ਸਪੋਰਟ ਹੈ ਵੀ ਜਿਹੜੀ ਤੁਹਾਨੂੰ ਪੂਰਾ ਪੂਰਾ ਦਿਨ ਦਾ ਜਾਂ ਖਰਾਬ ਕਰ ਦਿੰਦੀ ਹੈ ਹਾਂ ਖਰਾਬ ਕਰਦਾ ਹੈ ਇਹ ਤੋਂ ਪਹਿਲੇ ਮੈਂ ਜਦੋਂ ਮੈਂ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਸੀ ਕਬੱਡੀ ਖੇਡਦੇ ਰਹੇ ਤੁਸੀਂ ਵੀ ਖੇਡਦੇ ਰਹੇ ਹਾਂਜੀ 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 ਮੈਂ ਨੈਸ਼ਨਲ ਖੇਡਿਆ ਜੀ ਅੱਛਾ ਜੀ ਔਰ ਜਿੱਤੇ ਪੰਜਾਬ ਦੀ ਟੀਮ ਜਿੱਤਦੀ ਕਿਹੜੇ ਕਿਹੜੇ ਸਾਲ ਚ ਇਹ ਅਸੀਂ ਸਕੂਲ ਵੱਲੋਂ ਜਦੋਂ ਬॉयਜ਼ ਬॉयਜ਼ ਦੀ ਨਾ ਨਾਪੇ ਨਹੀਂ 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 90 ਤੋਂ 10th ਦੇ ਵਿੱਚ ਮੈਂ ਆ ਗਿਆ ਕਾਦੀਆ ਜੀ ਸਕੂਲ ਦੇ ਵਿੱਚ ਕਈ ਇਹ ਤੁਹਾਨੂੰ ਪਤਾ ਵੀ ਜੱਟਾਂ ਦੇ ਮੁੰਡੇ ਕਿਤੇ ਨੇ ਕਿਤੇ ਤੇ ਪੱਗੇ ਲੈ ਹੀ ਹੁੰਦੇ ਨੇ ਤੇ ਬਜ਼ੁਰਗ ਉਦੋਂ ਗੁੱਸੇ ਦੇ ਵਿੱਚ ਆ ਕੇ ਉਹ ਤੋਂ ਮਨਿਸਟਰ ਸੀ ਇਹਨਾਂ ਨੇ ਕਿਹਾ ਚੱਲ ਕੱਢ ਕੇ ਤੈਨੂੰ ਦਸੀਏ ਵੀ ਮੈਨੂੰ ਪੁੱਛਦਾ ਪੱਕਾ ਕਾਕਾ ਤੇ ਤੁਹਾਰੇ 90 ਤੋਂ ਵੀ ਹੁਣ ਕਿੱਥੇ ਪੜਨਾ ਹੈ ਹਾਂਜੀ ਮੈਂ ਕਿਹਾ ਜੀ ਮਸੂਲੀ ਪਾ ਦਿਓ ਸਿਰ ਮਾਰ ਕੇ ਕਹਿੰਦੇ ਨਹੀਂ ਇੱਕ ਖਾਲਸਾ ਸਕੂਲ ਕਰਦੀ ਹੈਗਾ ਤੈਨੂੰ ਪਤਾ ਲੱਗੂ ਵੀ ਪੁੱਤ ਪਿਓ ਕਿਦਾਂ ਪਿਆ ਔਖੇ ਪੜਾਉਂਦੇ ਐ ਤੇ ਚੱਲ ਉੱਥੇ ਜਾ ਕੇ ਤੈਨੂੰ ਤੇ ਟਪੜਾ ਨੇ ਬਣਾ ਤੇ ਚਲੋ ਉਹ ਵੀ ਬੜੀ ਇੰਟਰਸਟਿੰਗ ਸਟੋਰੀ ਉਥੋਂ ਆਏ ਜੀ ਤੇ ਇੱਥੇ ਸਾਡੀ ਟੀਮ ਹੁੰਦੀ ਸੀ ਸਾਡੇ ਖਾਲਸਾ ਸਕੂਲ ਦੀ ਲਗਾਤਾਰ 8-9 ਸਾਲ ਹੋ ਗਏ ਸੀ ਪਹਿਲੇ ਜ਼ਿਲ੍ਹਾ ਜਿੱਤਦੇ ਹੁੰਦੇ ਸੀ ਹੂੰ ਤੇ ਮੇਰਾ ਭਾਰਪੂਰ ਵੱਧ ਗਿਆ ਘਰ ਆਏ ਮੱਖਣ ਮੁੱਖਣ ਖਾਦੇ ਜੀ ਤੇ ਉਹਨਾਂ ਨੇ ਸਕੂਲ ਦੇ ਇਹ ਮੈਨੇਜਰ ਸੀ ਫਾਦਰ ਜੀ ਤੇ ਇਹਨਾਂ ਨੇ ਪ੍ਰਿੰਸੀਪਲ ਨੂੰ ਬੁਲਾਇਆ ਉਹ ਕਹਿੰਦੇ ਗੱਲ ਸੁਣੋ ਇਹ ਇਹ ਪੜ੍ਹਾਈ ਦੇ ਨਾਲ ਨਾਲ ਇਹਦੀ ਵਰਜੇਸ਼ਵੀ ਕਰਾਓ ਇਹਨੂੰ ਕਿ ਟੀਮ ਟੂਮ ਦੇ ਵਿੱਚ ਖੜਾਓ ਉਹਨਾਂ ਕਹਿੰਦੇ ਸਾਡੀ ਕਬੱਡੀ ਦੀ ਟੀਮ ਇਹ ਕਹਿੰਦੇ ਫਿਰ ਇਹਨੂੰ ਕਬੱਡੀ ਚ ਪਾਓ ਹੂੰ ਤੇ ਐਂ ਨੰਗੇ ਪੈਰੀ ਭੱਜੀਦਾ ਸੀ ਤੇ ਨੰਗੇ ਪੈਰੀ ਜਿਹੜੀ ਉਹ ਪੈਰ ਦੀ ਤਲੀ ਹੈ ਨਾ ਜੀ ਇਹਦੇ ਮੇਰੇ ਤਿੰਨ ਤਿੰਨ ਵਾਰ ਥਲੋ ਤਲੀਆਂ ਉੱਡੀਆਂ ਨੇ ਤੇ ਇਹ ਮਾਸ ਆਇਆ ਹੂੰ ਤੇ ਕਿਉਂਕਿ ਛਾਲੇ ਪੈ ਜਾਣੇ ਉਹਨੇ ਫਿਰ ਤਲੀ ਫਿਰ ਪਰ ਛੱਡਿਆ ਨਹੀਂ ਇੱਕ ਏਦਾਂ ਸੀ ਵੀ ਜਦੋਂ ਮੈਂ ਪਹਿਲੇ ਡਿਸਟ੍ਰਿਕਟ ਖੇਡਿਆ ਤੇ ਡਿਸਟ੍ਰਿਕਟ ਵਾਲੇ ਜਿਹੜੇ ਦੂਜੇ ਬਾਹਰੋਂ ਆਏ ਸੀ ਨਾ ਕੋਚ ਵਗੈਰਾ ਕਹਿੰਦੇ ਕਹਿੰਦੇ ਯਾਰ ਬੰਦਾ ਬਾਹਰੋਂ ਪਾਇਆ ਜਾਂਦਾ ਯਾਰ ਬੜੀ ਸੀ ਤੇ ਟੈਕਨੀਕ ਦੇ ਨਾਲ ਫਿਰ ਅਸੀਂ ਹੌਲੀ ਹੌਲੀ ਉਹਦੇ ਵਿੱਚ ਵੱਧ ਕੇ ਫਿਰ ਪਹਿਲੇ ਡਿਸਟ੍ਰਿਕਟ ਵੱਲੋਂ ਪੰਜਾਬ ਸੇ ਲੈ ਕੇ ਆਪਣੇ ਸਟੇਟ ਖੇਡੇ ਸਟੇਟ ਤੋਂ ਬਾਅਦ ਫਿਰ ਨੈਸ਼ਨਲ ਸਾਡੀ ਤਰਵਿੰਦਰਮ ਹੋਈ ਬॉयਜ਼ ਦੀ ਸੀਗੀ ਉਹ ਹੀ ਜਿੱਤੇ ਪੰਜਾਬ ਜਿੱਤਿਆ ਤੇ ਫਿਰ ਉਸ ਤੋਂ ਬਾਅਦ ਕਾਲਜ ਆ ਕੇ ਉਹ ਤੇ ਉਹਦਾ ਟਿਨਿਓਰ 2 ਸਾਲ ਦਾ ਹੀ ਸੀ ਅੱਛਾ ਮੈਂ ਸ਼ੌਂਕ ਪੁੱਛ ਰਿਹਾ ਸੀਗਾ ਸ਼ੌਂਕ ਕੀ ਕੀ ਹੈ ਹਨਾ ਤੁਸੀਂ ਸ਼ੌਕ ਰਾਈਫਲ ਐਸੋਸੀਏਸ਼ਨ ਦੇ ਵੀ ਘੁੰਮਣ ਫਿਰ ਹਾਂ ਹਾਂ ਦੇ ਰਹੇ ਹਾਂ ਐ ਐਥਲੈਟਿਕਸ ਦਾ ਮਾਝੇ ਹੋਂ ਵੀ ਚੀਫ ਪੈਟਰਨ ਆ ਪੰਜਾਬ ਦਾ ਜੀ 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 ਤੇ ਪਾਰਟੀ ਹੁਣ ਪੰਜਾਬ ਦੇ ਸਾਰੇ ਮੈਨੂੰ ਕਹਿੰਦੇ ਸੀ ਇਲੈਕਸ਼ਨ ਲੜੋ ਮੈਂ ਕਿਹਾ ਮੈਂ ਇਲੈਕਸ਼ਨ ਨਹੀਂ ਲੜਨੀ ਯੂਨੀਨਮਸ ਕਰੋਗੇ ਆਈ ਵੁੱਡ ਲਾਈਕ ਜਿੰਨੂ ਵੀ ਕਰੋ ਇਲੈਕਸ਼ਨ ਨਾ ਕਰੋ ਯੂਨੀਨਮਸਲੀ ਇਲੈਕਟ ਕਰੋ ਜਿਹੜਾ ਬੰਦਾ ਸਪੋਰਟਲੀ ਕੋਈ ਕਰ ਸਕਦਾ ਐ ਐਥਲੈਟਿਕਸਲੀ ਕਰ ਸਕਦਾ ਐ ਐਥਲੈਟਿਕਸ ਹੋਣ ਦੀ ਅਗਾਹ ਵੱਧ ਚੁੱਕੀ ਹੈ ਵੀ ਤੁਹਾਨੂੰ ਟਰੈਕ ਚਾਹੀਦੇ ਨੇ ਸਿੰਥੈਟਿਕ ਟਰੈਕ ਚਾਹੀਦੇ ਨੇ ਜਿਹੜੀ ਵੀ ਅੱਜ ਕਿਤੇ ਸੈਂਟਰ ਤੇ ਤੇ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਤੇ ਮੈਂ ਮੰਤਰੀ ਕੋ ਜਾ ਕੇ ਕਹਿ ਸਕਦਾ ਨਾ ਵੀ ਪੰਜਾਬ ਦੇ ਦੋ ਸਾਡੇ ਸਿੰਥੈਟਿਕ ਟਰੈਕ ਲਵਾ ਦਿਓ ਜੀ ਤੇ ਉਹ ਇੰਨਾ ਫਾਇਦਾ ਤੇ ਲੋਕਾਂ ਲੈਣਾ ਚਾਹੀਦਾ ਪਰ ਮੈਂ ਵੇਖਿਆ ਲੋਕ ਜ਼ਿਆਦਾ ਆਪਣੀ ਪੋਜੀਸ਼ਨਾਂ ਨੂੰ ਦੇਖਦੇ ਨੇ ਇਹ ਸਿਰਫ ਉਹਨਾਂ ਚੀਜ਼ਾਂ ਦਾ ਲਾਹਾ ਲੈਂਦੇ ਨੇ ਕੰਮ ਨਹੀਂ ਕਰਦੇ ਸ਼ੂਟਿੰਗ 'ਚ ਹੈਗਾ ਇੰਟਰਸਟ 온 ਟਰੈਪ ਜਾਂ ਸਕੀਟ ਕਿਹਦੇ ਨੂੰ ਕੁਝ ਨਹੀਂ ਸ਼ੂਟਿੰਗ ਦਾ ਮੈਂ ਮੈਂਬਰ ਹੈਗਾ ਰਾਈਫਲ ਐਸੋਸੀਏਸ਼ਨ ਦਾ ਮੈਨੂੰ ਇੰਟਰਸਟ ਬਹੁਤ ਹੈ ਪਰ ਇੰਨਾ ਮੌਕਾ ਨਹੀਂ ਮਿਲਿਆ ਵੀ ਮੈਂ ਕੰਪੀਟੀਸ਼ਨ ਦੇ ਵਿੱਚ ਕਦੇ ਉਂ ਚਲਾਉਂ ਉਹਨਾਂ ਨੂੰ ਸ਼ੌਂਕ ਨੂੰ ਵੈਸੇ ਉਹ ਤਾਂ ਬਾਦੂ ਕੀ ਖੇਡਦੇ ਹੋ ਟਰੈਪ ਕਿ ਸਕੀਟ ਨਹੀਂ ਟਰੈਪ ਟਰੈਪਸ ਹੁ ਕਹਿੰਦਾ ਹਾਂ ਸਕੀਟ ਮਾਰਿਆ ਜਿਹੜਾ ਤਾਂ ਅਹ ਇਦਾਂ ਵੀ ਗਨ ਕਿੱਡ ਯੂਜ਼ ਕਰਦੇ ਹੋ गन ਮੇਰੇ ਕੋਲ 36 ਹੈ ਬਰੂਨੋ ਦੀ ਤੇ ਮੇਰੇ ਕੋਲ 12 ਬੋਰ ਹੈਡਰ ਬਹੁਤ ਹੈ ਅੰਡਰਓਵਰ ਨਹੀਂ ਮੇਰੇ ਕੋਲ ਦੋ ਡਬਲ ਪੈਰਲ ਸਾਈਡ ਬਾਈ ਸਾਈਡ ਤੇ ਉਹ ਅੰਡਰਓਵਰ ਤੇ ਫਿਰ ਜੇ ਤਾਂ ਤੁਹਾਡਾ ਸ਼ੌਕ ਸ਼ੂਟਿੰਗ ਚਾਹੀਦਾ ਨਾ ਫਿਰ ਉਹਦੇ ਲਈ ਤੁਹਾਨੂੰ ਚਾਹੀਦੀ ਹੈ ਵੈਪਨ ਦਾ ਸ਼ੌਕ ਰਿਹਾ ਸ਼ੁਰੂ ਤੋਂ ਫਾਦਰ ਦੀ 36 ਕਾਰਬਾਈਨ ਮੇਰੇ ਕੋਲ ਹੈ ਜਿਹੜੀ ਛੋਟੀ ਦੀ ਪ੍ਰਿਪਟਡ ਬੋਰ ਤੇ ਸੋ ਵੈਪਨ ਤੇ ਤੁਹਾਨੂੰ ਪਤਾ ਹੈ ਇਹ ਜਟਾਂ ਦਾ ਗਹਿਣਾ ਹੁੰਦਾ ਹੈ ਹਾਂ ਜਟਾਂ ਦੇ ਗਹਿਣੇ ਨੂੰ ਇਹ ਇਹ ਅਸਲੇ ਨੂੰ ਆਪਣਾ ਗਹਿਣਾ ਹੀ ਸਮਝਦੇ ਨੇ ਸੋ ਗਹਿਣੇ ਜਿਹੜੇ ਚੰਗੇ ਰੱਖੀਦੇ ਨੇ ਹਾਂ ਇਹ ਸ਼ੌਕ ਸ਼ੌਕ ਖੇਡਾਂ ਦਾ ਬਹੁਤ ਰਿਆ ਸ਼ੌਕ ਘੁੰਮਣ ਫਿਰਨ ਦਾ ਬਹੁਤ ਰਿਆ ਹੁਣ ਘੁੰਮਦੇ ਹਾਂ ਬਿਲਕੁਲ ਜਿੱਦੇ ਕਿਤੇ ਕਿਤੇ ਟਰੈਕਿੰਗ ਜਾਣਾ ਹੈ ਕਿਤੇ ਚੰਗੀ ਜਗ੍ਹਾ ਹੈ ਟਰੈਕਿੰਗ ਕਰ ਲੈਨੇ ਹੁਣ ਬਾਬਾ ਸੀਤ ਹੋ ਗਈ ਨਾ ਹੁਣ ਤਾਂ ਸੇਤ ਜਿੰਨੀ ਮਰਜ਼ੀ ਹੋ ਜੇ ਪਰ ਜਿਹੜੇ ਸ਼ੌਕ ਨੇ ਨਾ ਤੇ ਟਰੈਕਿੰਗ ਉਹ ਬਾਕਾਇਦਾ ਉਹਦਾ ਹੀ ਰੱਖੀਦੇ ਨੇ ਠੀਕ ਹੈ ਭਾਰਵੰਦ ਨਾਲ ਸਾਸੂ ਥੋੜਾ ਚੜਦਾ ਪਰ ਸ਼ੌਕ ਨਹੀਂ ਮਰਦੇ ਸੋ ਇਹਦੇ ਨਾਲ ਇਹ ਹੈ ਵੀ ਫੈਮਿਲੀ ਦੇ ਨਾਲ ਟਾਈਮ ਬਤਾਈਦਾ ਬੱਚਾ ਕਿਉਂਕਿ ਇਹੋ ਹੀ ਜ਼ਿੰਦਗੀ ਦਾ ਇੱਕ سرمਾਇਆ ਨੇ ਤੇ ਤੁਹਾਡੀ ਔਲਾਦ ਚੰਗੀ ਹੋ ਜੇ ਲੋਕ ਸਾਡੀ ਸਭ ਦੀ ਜ਼ਿੰਦਗੀ ਸਾਡੀ ਸਫਲ ਹੋਗੀ ਭਾਈ ਸਾਹਿਬ ਤੁਸੀਂ ਹੋਸਟਲ ਚ ਰਹੇ ਹੋ ਹਨਾ ਨਾਬੇ ਪੜਦੇ ਰਹੇ ਹੋ ਸ਼ਰਾਰਤਾਂ ਸ਼ਰੂਰ ਤਾਂ ਕੀਤੀਆਂ ਫਿਰ ਉੱਥੇ ਜਿਵੇਂ ਕੋਈ ਯਾਦ ਆ ਤਾਂ ਦੱਸੋ ਸ਼ਰਾਰਤਾਂ ਇਹ ਸੀ ਵੀ ਸਾਡੇ ਨਾ ਨਾਬੇ ਸਕੂਲ ਜਿਹੜਾ ਸਾਡਾ ਹੋਸਟਲ ਸੀ ਉਹਦੇ ਪਿੱਛੇ ਅਮਰੂਦਾਂ ਦਾ ਬਾਗ ਹੁੰਦਾ ਹੈ ਤੇ ਉੱਥੇ ਰਾਤ ਮੁੰਡਿਆਂ ਨੂੰ ਅੱਜ ਅਜੇ ਭੁੱਖ-ਭੁੱਖ ਤੇ ਨੌਜਵਾਨ ਭੱਜੇ ਖੇਡਦੇ ਰਹਿੰਦੀ ਸੀ ਤੇ ਰਾਤ ਸ਼ਰਾਰਤ ਸੁਜਣੀ ਵੀ ਹੁੰਣਾ 8 ਵਜੇ ਬਾਗ ਦੇ ਵਿੱਚ ਜਾਣਾ ਤੇ ਅਮਰੂਦ ਤੋੜਨੇ ਤੇ ਫਿਰ ਉਥੋਂ ਅਮਰੂਦ ਤੋੜਨੇ ਅਮਰੂਦ ਤੋੜ ਕੇ ਫਿਰ ਉਹ ਬਾਗ ਜਿਹੜੇ ਜਿਹੜੇ ਬਾਗ ਲਿਆ ਹੁੰਦਾ ਸੀ ਉਹ ਆ ਕੇ ਪ੍ਰਿੰਸੀਪਲ ਨੂੰ ਉਹਨੇ ਸ਼ਿਕਾਇਤ ਲਾਣੀ ਵੀ ਮੁੰਡਿਆਂ ਨੂੰ ਰੋਕੋ ਜੀ ਸਕੂਲ ਦੇ ਪਿਛਲੇ ਨਾਲ ਹੀ ਪਿੱਛੇ ਸਾਡੇ ਉਹ ਥੀਏਟਰ ਹੁੰਦਾ ਸੀ ਜੀ ਫਿਲਮਾਂ ਦਾ ਬੜਾ ਸ਼ੌਕ ਹੁੰਦਾ ਹੈ ਹੂੰ ਰਾਤ ਨੂੰ ਵੱਡੇ ਪ੍ਰਤਾਪਪੁਰਾ ਨੂੰ ਬੜਾ ਸ਼ੌਕ ਸੀ ਖਾਣ ਪੀਣ ਦਾ ਤੇ ਬੰਕ ਕਰਨਾ ਰਾਤ ਕੱ데 ਟੱਪਣੀ ਤੇ ਕਿਤੇ ਰੈਸਟੋਰੈਂਟ ਚਲ ਜਣਾ ਕਿਤੇ ਫਿਲਮ ਵੀ ਵੇਖਣੀ ਸੋ ਇਹ ਚੀਜ਼ਾਂ ਏ ਜਿਹੜੀਆਂ ਨੇ ਨਾ ਇਹ ਚੀਜ਼ਾਂ ਤੁਹਾਡੇ ਨਾਲ ਸ਼ਰਾਰਤਾ ਤੇ ਫਿਰ ਚਲਦੀ ਗਈ ਨੇ ਲਾਈਫ ਦੇ ਵਿੱਚ ਜਿਹੜੇ ਨਾਲ ਦੇ ਸੀਗੇ ਯਾਰ ਦੋਸਤ ਮਿਲਦੇ ਹੁਣ ਜਿਹੜੇ ਨਾਬੇ ਪੜ੍ਹਦੇ ਸੀ ਹਾਂਜੀ ਹਾਂਜੀ ਸਾਡਾ ਸਾਡਾ ਗਰੁੱਪ ਹੈ ਅੱਛਾ ਜੀ ਸਾਡੇ ਅਸੀਂ ਹੁਣ ਵੀ ਮਹੀਨੇ ਚ ਇੱਕ ਵਾਰ ਮਿਲੀਦਾ ਪੂਰਾ ਦਿਨ ਇਕੱਠੇ ਬਤਾਈਦਾ ਖਾਣਾ ਖਾਈਦਾ ਤੇ ਜਿਹੜੀਆਂ ਪੁਰਾਣੀਆਂ ਗੱਲਾਂ ਉਹ ਚੇਤੇ ਵੀ ਕਰੀਦੀਆਂ ਔਰ ਖਾਸ ਕਰਕੇ ਸਾਡੇ ਨਾਬੇ ਸਕੂਲ ਦੇ ਇਹ ਇੰਡੀਆ ਦੇ 4 ਤੋਂ 5 ਜਰਨਲ ਵੀ ਹੋਏ ਨੇ ਜਰਨਲ ਮਤਲਬ ਜਿਹੜੇ ਫੁੱਲ ਫਲੇਜ ਚੀਫ ਆਫ ਦ ਆਰਮੀ ਸਟਾਫ ਜੀ ਉਹਨਾਂ ਦੇ ਵਿੱਚ ਸੋ ਸਕੂਲ ਬੇਸਿਕਲੀ ਇਹ ਰੂਰਲ ਕਨ ਰੂਰਲ ਪਬਲਿਕ ਸਕੂਲ ਬਣਾਇਆ ਸੀ ਸਰ ਪ੍ਰਤਾਪ ਸਿੰਘ ਕੈਰੋ ਜੀ ਬੇਸੀ ਜਿਹੜੇ ਪਿੰਡੂ ਮੁੰਡੇ ਨੇ ਉਹ ਕਨਵੈਂਟ ਸਕੂਲਾਂ ਤੇ ਨਾ ਜਾਉਂ ਉਹ ਇੱਥੇ ਪਿੰਡਾਂ ਦੇ ਮੁੰਡੇ ਪੜਨ ਤੇ ਇੱਥੇ ਗਾਹ ਬਦਲ ਤੇ ਤਕਰੀਬਨ ਇਹਨੂੰ ਅਸੀਂ ਆਪਣਾ ਆਰਮੀ ਸਕੂਲ ਹੀ ਸਮਝ ਕੇ ਚੱਲਦੇ ਸੀ ਫੌਜੀ ਜਿਆਦਾ ਐ ਇੱਥੋਂ ਡਿਵੈਲਪ ਹੋਏ ਨੇ ਫੌਜੀ ਪੋਲਿਟਿਕਸ ਕਾਫੀ ਚੰਗਾ ਸਕੂਲ ਮੰਨਿਆ ਜਾਂਦਾ ਰਿਹਾ ਹੁਣ ਵੀ ਹੁਣ ਵੀ ਘੋਟਸਵਾਰੀ ਤੇ ਤੁਸੀਂ ਦੇਖ ਲਓ ਮੇਰੇ ਕੋਲ ਪੰਜਾਬ ਪਬਲਿਕ ਸਕੂਲ ਦੇ ਪੰਜਾਬ ਦੀ ਜਿੰਨੀਆਂ ਵੀ ਟੀਮ ਉੱਥੇ ਤੁਹਾਨੂੰ ਨਾਬੇ ਦੇ ਨੌਜਵਾਨ ਬੱਚੇ ਮੁੰਡੇ ਕੁੜੀਆਂ ਮਿਲਗੇ ਜੀ ਜੀ ਔਰ ਮੈਨੂੰ ਅੱਜ ਮੈਂ ਜੀ ਖਬਰ ਪੜ ਰਿਆ ਸੀ ਜਿਹੜਾ ਇੱਕ ਕੁਐਸਚਨਰੀ ਦੇ ਵਿੱਚ 골ਡ ਮੈਡਲ ਲਿਆ ਹੈ ਇੰਡੀਆ ਨੇ ਚਾਈਨਾ ਦੇ ਵਿੱਚ ਤੋ ਇਹੋ ਜਿਹੇ ਬੱਚੇ ਤੁਸੀਂ ਮੇਰੀ ਗੱਲ ਅੱਜ ਯਾਦ ਰੱਖਿਓ ਇਹ ਨਾਬੇ ਦੀ ਜਿਹੜੀ ਅਗਲੀ ਕੋਈ ਟੀਮ ਇੰਡੀਆ ਦੀ ਬਣੇਗੀ ਉਹਦੇ ਵਿੱਚ ਆਣਗੇ ਔਰ ਇਹ 골ਡ ਮੈਡਲ ਲੈਣਗੇ ਭਾਈਓ ਸਾਹਿਬ ਫੜਮਾ ਫੜਮਾ ਕਿਹੜੀਆਂ ਵਹਿੰਦੇ ਸੀ ਉਹਨਾਂ ਦਿਨਾਂ ਚ ਕਿਹੜੀਆਂ ਵੇਖੀਆਂ ਫਿਰ ਛਾਲਾਂ ਮਾਰ ਮੁਰਕੇ ਕੰਧਾਂ ਟੱਪ ਕੇ ਦੇਖੋ ਫਿਲਮਾਂ ਤੇ ਉਦੋਂ ਜਦੋਂ ਤੇ ਹੁੰਦੇ ਹੈ ਨਾ ਸਤਵੀ ਤੋਂ ਥੱਲੇ ਉਦੋਂ ਸਾਡਾ ਫੇਵਰੇਟ ਐਕਟਰ ਹੁੰਦਾ ਸੀ ਦਾਰਾ ਸਿੰਘ ਹਾਂ ਉਹਨੇ ਪਲਵਾਨੀ ਦੇ ਡਾਲੇ ਢੂਲੇ ਕੱਢਨੇ ਪਟਾਤੇ ਮੋਰ ਬਗਏ ਹੋਣੇ ਤੇ ਫਿਰ ਇਹ ਹੀ ਕਰਨਾ ਵੀ ਦਾਰਾ ਸਿੰਘ ਬਣ ਕੇ ਹੂੰ ਤੇ ਫਿਰ ਐਕਸਰਸਾਈਜ਼ ਕਰਕੇ ਡਾਲੇ ਢੂਲੇ ਵੀ ਹੋਦਾ ਕੱਢਨੇ ਤੇ ਕਹਿਣਾ ਵੀ ਹੈ ਦਾਰਾ ਸਿੰਘ ਵਰਗੇ ਹੂੰ ਤੇ ਜਦੋਂ ਸਤਵੀ ਤੋਂ ਉੱਤੇ ਗਿਆ ਹੂੰ ਫਿਰ ਸਾਡਾ ਉਹ ਹੀ ਮੈਨ ਸੀ ਧਰਮਿੰਦਰ ਜੀ ਫਿਰ ਧਰਮਿੰਦਰ ਨੂੰ ਈ ਚੰਗੇ ਲੱਗੇ ਫਿਰ ਜਦੋਂ ਕਾਲਜ ਆਏ ਮਪਾਪ ਜੀ ਆਂਦੇ ਸੀ ਆ ਤਰਮਿੰਦਰ ਨਾ ਪੈ ਫਿਰ ਜਦੋਂ ਜਦੋਂ ਤੁਸੀਂ ਕਾਲਜ ਤੋਂ ਬਾਹਰ ਆਏ ਕਾਲਜ ਦੇ ਟਾਈਮ ਤੇ ਆ ਗਏ ਉਦੋਂ ਅੰਗਰੇਜ਼ੀ ਪਿਕਚਰਾਂ ਹੁੰਦੀਆਂ ਸੀ ਵਿੱਚ ਅੱਧੀ ਘੜੇ ਉਦੋਂ ਹੁਣ ਆ ਵੀ ਅੰਗਰੇਜ਼ੀ ਪਿਕਚਰ ਵੇਖਣੀ ਹੂੰ ਤੋ ਇਹਦਾ ਜ਼ਿੰਦਗੀ ਦੇ ਸਮੇਂ-ਸਮੇਂ ਦੇ ਨਾਲ ਤੁਹਾਡੇ ਸ਼ੌਕ ਵੀ ਬਦਲਦੇ ਨੇ ਪਿਕਚਰਾਂ ਦੇ ਇੰਟਰਸਟ ਵੀ ਬਦਲਦੇ ਨੇ ਅੱਜ ਕੱਲ ਮੈਂ ਨਹੀਂ ਹੁਣ ਹੁਣ ਮੈਂ ਵੇਖੀਦੀ ਹੈ ਘਟੋ ਘਟ ਹਫਤੇ 'ਚ ਕਦੀ ਦੋ ਫਿਲਮਾਂ netflix ਤੇ ਅਚਾ netflix ਹਾਂ ਥੀਏਟਰ ਦੇ ਵਿੱਚ ਜਾਣ ਦਾ ਮੌਕਾ ਘੱਟ ਮਿਲਦਾ ਹੈ ਤੇ ਜਦੋਂ ਸ਼ਾਮ ਨੂੰ ਤੁਸੀਂ ਥੋੜੇ ਰਿਲੈਕਸਡ ਹੋਵੋ ਉਦੋਂ netflix ਤੇ ਵੇਖ ਲਈਦੀ ਕੋਈ ਚੰਗੀ ਕਿਉਂਕਿ ਮੇਰਾ ਜਿਹੜਾ ਛੋਟਾ ਬੇਟਾ ਉਹ ਫਿਲਮ ਇੰਡਸਟਰੀ ਜੀ ਜੀ ਐਕਟਰ ਹੈ ਤੋ ਉਹ ਥੋੜਾ ਜਿਆ ਉਹ ਵੀ ਅਪਡੇਟ ਰਹਿੰਦਾ ਉਹ ਫਿਰ ਕਹਿ ਦਿੰਦਾ ਜੜਾ ਫਲਾਨੀ ਪਿਕਚਰ ਜ਼ਰੂਰ ਵੇਖਿਓ ਜੀ ਤੇ ਫਿਰ ਉਸ ਬਾਅਦ ਨੇ ਕੋਈ ਪਿਕਚਰ ਵੇਖ ਕੇ ਫਿਰ ਆਪਣਾ ਰਾਏ ਦੇਦੀ ਦੀ ਵੀ ਠੀਕ ਹੈ ਬੇਟਾ ਚੋਰ ਚੱਗੀ ਉਹ ਪੰਜਾਬੀ ਗਾਣੇ ਵੀ ਗਾਣ ਲੱਪਿਆ ਹੁਣ ਉਹਨੂੰ ਇਹ ਸ਼ੌਕ ਇਟਸ ਅ ਗੁੱਡ ਥਿੰਗ ਬੰਦੇ ਨੂੰ ਆਪਣੇ ਅੰਦਰ ਜਿਹੜਾ ਲੁਕਿਆ ਹੋਇਆ ਵਿਅਕਤੀ ਨੇ ਤੁਹਾਡੇ ਅੰਦਰ ਇੱਕ ਪੂਰਾ ਬੰਦਾ ਲੁਕਿਆ ਹੁੰਦਾ ਉਹ ਜਿੰਨੀ ਦੇ ਤੁਸੀਂ ਉਹਨੂੰ ਐਕਸਪ੍ਰੈਸ ਨਹੀਂ ਕਰਦੇ ਉਨੀ ਦੇ ਤੁਸੀਂ ਯੂ ਡੋਟ ਇੰਜੋਏ ਯਰ ਲਾਈਫ ਜੀ ਤਾਂ ਮੈਂ ਤੇ ਮਿਸ਼ਨ ਨੂੰ ਕਹਾਂ ਵੀ ਆਪਣੀ ਲਾਈਫ ਦੇ ਵਿੱਚ ਆਪਣੇ ਆਪ ਨੂੰ ਐਕਸਪ੍ਰੈਸ ਕਰੋ ਵਾਟਐਵਰ ਯੂ ਆਰ ਚੰਗਾ ਮਾੜਾ ਗਾਣਾ ਲੋਕਾਂ ਨੇ ਪਸੰਦ ਕਰਨਾ ਤੁਸੀਂ ਆਪਣੇ ਮੰਦੀ ਰੀਤ ਜਰੂਰ ਪੱਕੀ ਕਰੋ ਸੋ ਲੱਗਾ ਹੋਇਆ ਜੀ ਬਾਈਬਾ ਸਭ ਜਿਵੇਂ ਤੁਸੀਂ ਕੈਪਟਨ ਸਾਹਿਬ ਦੀ ਗੱਲ ਕਰ ਰਹੇ ਸੀ ਤੁਸੀਂ ਕਾਫੀ ਨੇੜੇ ਉਹਨਾਂ ਦੇ ਹਨ ਤੇ ਕਿਤਾਬਾਂ ਕਿਤੂਬਾਂ ਵੀ ਪੜ੍ਹਨ ਦਾ ਸ਼ੌਂਕ ਹੈਗਾ ਕੈਪਟਨ ਸਾਹਿਬ ਤਾਂ ਕਾਫੀ ਪੜ੍ਹਦੇ ਰਹਿੰਦੇ ਆ ਨਹੀਂ ਐਜ਼ ਅ ਮੈਟਰ ਆਫ ਫੈਕਟ ਮੈਂ ਤੁਹਾਨੂੰ ਗਲਤ ਨਹੀਂ ਕਹਿਣਾ ਕਿਤਾਬ ਪੜ੍ਹਨ ਦੀ ਕੋਸ਼ਿਸ਼ ਕਰੀਦੀ ਪਰ ਪਹਿਲੇ 5-6 ਸਵਿਆਂ ਤੋਂ ਬਾਅਦ ਬੰਦ ਕਰ ਛੱਡੀ ਦੀ ਹੈ ਸ਼ੌਕ ਨਹੀਂ ਉਹ ਸ਼ੌਕ ਨਹੀਂ ਹੈ ਆ ਬਾਕੀ ਨਿਊਜ਼ਪੇਪਰ magazines ਇਹ ਚੀਜ਼ਾਂ ਜ਼ਰੂਰ ਪੜੀਦੀਆਂ ਨੇ ਪਰ ਜਿੱਥੇ ਤੁਸੀਂ ਕਹੋ ਵੀ ਵੱਡੀ ਕੋਈ ਬੁੱਕ ਹੈ ਨਾਵਲ ਹੈ ਉਹ ਉਹ ਔਖੀ ਲੱਗਦੀ ਸਮਝੋ ਇੰਨਾ ਸ਼ੌਕ ਨਹੀਂ ਹੈ ਤੇ ਚੰਗੀਆਂ magazines ਜ਼ਰੂਰ ਅਪ ਟੂ ਡੇਟ ਰਹੀਦਾ politically ਸਾਰੇ ਕੀ ਕੀ ਹੋ ਰਿਹਾ ਹੈ ਅੱਛਾ ਸ케ਜੂਲ ਕਿੰਨਾ ਰੋਜ਼ ਦਾ ਹਾਂਜੀ ਰੋਜ਼ ਦਾ ਸ케ਜੂਲ ਕਿੰਨਾ ਰੋਜ਼ ਦਾ ਸ케ਜੂਲ ਇਹ ਹੈ ਵੀ ਰਾਤੀ ਸੌਂਦਾ 1 ਵਜੇ 1.5 ਵਜੇ ਤੇ ਮੈਂ ਕਿ ਡੇਢ ਵਜੇ ਇੱਕ ਵਜੇ ਤੋਂ ਪਹਿਲੇ ਤੇ ਕਦੀ ਸੁੱਤਾ ਹੀ ਨਹੀਂ ਨੀਂਦ ਹੀ ਨੀਂਦ ਆਦੀ ਤੇ ਸਵੇਰੇ ਉਠੀ ਦਾ ਫਿਰ 7:30 ਵਜੇ ਹੂੰ ਉੱਠ ਕੇ ਬਸ ਉਹ ਚਾਹ ਪੀਤੀ ਅਖਬਾਰਾਂ ਪੜ੍ਹੀਆਂ ਉਹ ਤੋਂ ਬਾਅਦ ਐ ਸਾਈਕਲਿੰਗ ਜਿਹੜੀ ਹੈਗੀ ਹੈ ਉਹ ਅੱਧਾ ਘੰਟਾ ਘਰ ਹੀ ਕਰਨੀ ਹੈ ਜੀ ਉਹ ਘਰ ਸਾਈਕਲ ਤੇ ਲੈ ਕੇ ਥੋੜੇ ਬਹੁਤੇ ਐਂਗੂਂਗ ਚੱਲਦੇ ਰਹਿਣ ਲਾਈਟ ਵੇਟਸ ਕਰਨੇ ਨੇ ਤੇ ਉਹ ਵੀ ਹੋਰ ਭਾਰ ਵਧਿਆ ਜਿੱਦਾਂ ਤੁਸੀਂ ਕਹਿਆ ਵੀ ਤੁਹਾਡਾ ਭਾਰ ਵਧਿਆ ਜੀ ਜੀ ਤੇ ਡਾਈਟੀਸ਼ਨ ਕਹਿਣ ਲੱਗੀ ਵੀ ਬਾਹ ਸਾਹਿਬ ਉਮਰ ਦੇ ਨਾਲ ਆਪਣਾ ਭਾਰ ਘਟਾਓ ਨਹੀਂ ਤੇ ਇਹ ਹਾਰਟ ਤੇ ਤੁਹਾਡੇ ਵੇਅ ਕਰੇਗਾ ਹੂੰ ਤੇ ਫਿਰ ਉਸ ਤੋਂ ਬਾਅਦ ਵੇਟ ਘਟਾਉਣ ਵੱਲ ਵੀ ਹੁਣ ਹੂੰ ਤੁਰਿਆ ਕੰਮ ਵੀ ਅਸੀਂ 30 ਕਿਲੋ ਭਾਰ ਘਟਾਣਾ ਹੂੰ ਸੋ ਜਦੋਂ ਚਾਰ ਪੰਜ ਮਹੀਨੇ ਦੇ ਵਿੱਚ ਘਟਾਵਾਂਗੇ ਪਰ ਮੂੰਹ ਨੂੰ ਜੰਦਰਾ ਮਾਰਨਾ ਪੈਣਾ ਇਟਸ ਵੈਰੀ ਡਿਫਿਕਲਟ ਬਾਤਾਂ ਬੜੀ ਛੇਤੀ ਹੈ ਘਟਦਾ ਬੜਾ ਔਖਾ ਤੇ ਪਰ ਇਹ ਆ ਵੀ ਬੰਦਾ ਤੁਹਾਨੂੰ ਕੀ ਕਹਿੰਦੇ ਆਪਣੇ ਡਿਸਪਲਿਨ ਸਹੀ ਰੱਖਣਾ ਖਾਣੇ ਖੁੰਨੇ ਫਿਰ ਉਹ ਜਾਂ ਹੋਊਗੀ ਕੀ ਫੇਵਰੇਟ ਕੀ ਹੈ ਡਿਸ਼ ਕਿਹੜੀ ਹੈ ਫੇਵਰੇਟ ਫੇਵਰੇਟ ਹੁਣ ਕਿਹੜੀ ਕਿਹੜੀ ਦੱਸਾਂ ਨਹੀਂ ਆਪਾਂ ਮੰਗਾ ਲੈਨੇ ਇੱਥੇ ਨੇੜੀ ਆਪਾਂ ਦੇਖੋ ਇੱਕ ਤਾਂ आई एम नॉट अ वेरी कीन नॉन वेजिटेर बट मेनू आई लाइक फिश एंड देन बटन ते ਜਿਹੜਾ ਕੈਪਟਨ ਸਾਹਿਬ ਬਣਾਉਂਦੇ ਹੁੰਦੇ ਜਿਹੜਾ ਕੈਪਟਨ ਸਾਹਿਬ ਬਣਾ ਲਾ ਕੇ ਉਹਨਾਂ ਕੋਲ ਤੇ ਇੰਡੀਆ ਇੰਡੀਆ ਐਡੇ ਐਡੇ ਮੀਨੂਸ ਐਡੇ ਐਡੇ ਵੱਡੇ ਡਿਸ਼ਸ ਨੂੰ ਬਣਾਉਣ ਲਈ ਦੇਖਾ 6-7 ਕਿਤਾਬਾਂ ਸੀ ਜਿਹੜੀਆਂ ਉਹਨਾਂ ਦੀ ਆਪਣੀਆਂ ਜਿਹੜੇ ਉਹਨਾਂ ਦੇ ਆਪਣੇ ਇੱਕ ਮੀਨੂ ਜਿਹੜੀਆਂ ਉਹਨਾਂ ਦੀਆਂ ਹਾਂ ਜਿਹੜੀਆਂ ਮੈਨੂੰ ਯਾ ਤੇ ਵੀ ਅਸੀਂ ਡੋਚੀ ਉਹਨਾਂ ਦੇ ਫਾਰਮ ਤੇ ਗਏ ਅੱਛਾ ਜੀ ਡੋਚੀ ਹੈ ਸੋਲਰ ਦੇ ਲਾਗੇ ਹਾਂਜੀ ਉੱਥੇ ਗਏ ਤੇ 7-8 ਫੈਮਿਲੀ ਸੀ ਤੇ 3-4 ਦਿਨ ਦਾ ਪ੍ਰੋਗਰਾਮ ਬਣਾਇਆ ਤੇ 3-4 ਦਿਨ ਰਾਂਗੇ ਮਤਲਬ ਤੇ ਅਸੀਂ ਵੀ ਇਕੱਠੇ ਰਾਂਗੇ ਫੈਮਿलीज ਯੂ ਕਮ ਟੂ ਨੋ ਈਚ ਅਦਰ ਤੇ ਉੱਥੇ ਇੱਕ ਦਿਨ ਸ਼ਾਮ ਨੂੰ ਪਹਿਲੀ ਕਿ ਦੂਜੀ ਸ਼ਾਮ ਰਾਤ ਨੂੰ ਉਹਨਾਂ ਨੇ ਸਵੇਰੇ ਡਿਸ਼ ਬਣਾਣੀ ਸ਼ੁਰੂ ਹੋਣਾ ਕਿ ਆ ਵੀ ਸ਼ਾਮ ਨੂੰ ਇਹ ਖਾਣੀ ਹੈ ਸਵੇਰੇ ਉਹਨਾਂ ਨੇ ਪਹਿਲੇ ਇਹ ਉਹ ਬਣਾਇਆ ਉਹਦਾ ਚਿਕਨ ਜਿਹੜਾ ਬਰੀਆਨੀ ਦਾ ਸਾਰਾ ਸਾਬਕਤਾਬ ਲਿਆ ਤੇ ਫਿਰ ਉਥੇ ਵਿੱਚ ਮਟਨ ਰੱਖਿਆ ਫਿਰ ਉਤੇ ਬਰੀਆਨੀ ਚਾਵਲ ਪਾਏ ਫਿਰ ਉਤੇ ਈ ਲੇਅਰ ਡਰਾਈ ਫਰੂਟਸ ਦੀ ਪਾਈ ਤੇ ਫਿਰ ਉਹਦੇ ਉੱਤੇ ਕੁਝ ਉਹਨਾਂ ਨੇ ਨਿਕੜ ਸੁੱਕੜ ਜਿਆ ਪਾਇਆ ਆਪ ਹੀ ਬਣਾਇਆ ਕੈਪਟਨ ਸਾਹਿਬ ਨੇ ਆਪ ਆਪ ਉਹਨੂੰ ਤਾਂ ਫਿਰ ਉਹ ਰੱਖ ਦਿੰਦੇ ਆ ਕੁਝੇ ਬੰਦ ਕਰਕੇ ਨਾ ਜਿੰਦਾ ਪੁਰਾਣੇ ਮਿੱਟੀ ਦੇ ਕੁਜੇ ਆ ਦੇ ਵਿੱਚ ਮਿੱਟੀ ਦੇ ਤੇ ਨਹੀਂ ਸੀ ਤੇ ਪਤੀਲੇ ਸੀ ਵੱਡੇ ਤੇ ਉਹ ਰੱਖ ਦੇਣਾ ਉਹ ਹੋ ਗਿਆ ਤੁਹਾਡਾ ਬਰੀਆਨੀ ਬਣਾ ਕ ਦੂਜੇ ਬਨੇ ਆ ਜਣਾ ਉਹਨਾਂ ਨੇ ਮਟਰ ਨਹੀਂ ਚਿਕਨ ਜੀ ਪੂਰੇ ਮੈਂ ਕਿ ਕੋਈ ਛੋਟਾ ਪਤੀਲਾ ਨਹੀਂ ਸੀ ਬਣਾਉਂਦਾ ਹਮ ਮਿਨੀਮਮ ਸਾਈਜ਼ ਆ ਮੇ ਜਿਹੜਾ ਘੱਟੋ ਘੱਟ ਪਤੀਲਾ ਹੋਊਗਾ ਇਹ ਤੋਂ ਵੱਡਾ ਹੀ ਉਹ ਛੋਟਾ ਨਹੀਂ ਹਮ ਉਹਦੇ ਵਿੱਚ ਮੀਟ ਸੁੱਟ ਲੈਣਾ ਤੇ ਉਹਨੂੰ ਪੋਂਦੇ ਰਹਿਣਾ ਔਰ ਯਕੀਨ ਮੰਨੇ ਹੋ ਉਂਗਲਾ ਖਾ ਜਾਣ ਵਾਲਾ ਉਹ ਬਣਾਦੇ ਸੀ ਚੀਜ਼ਾਂ ਲਪੇਟੀਆਂ ਹਮ ਔਰ ਇਫੈਕਟ ਹੈ ਸ਼ੌਕ ਖਾਣ ਦਾ ਵੀ ਹੂੰ ਐ ਉਸੇ ਨੂੰ ਹੁੰਦਾ ਜਿਹੜਾ ਬਣਾਉਂਦਾ ਹੈ ਹੂੰ ਜਿਹੜਾ ਬੰਦਾ ਖਾਂਦਾ ਨਾ ਉਹਨੂੰ ਬਣਾਉਂਦਾ ਵੀ ਸ਼ੌਕ ਹੁੰਦਾ ਜੀ ਪ੍ਰਤਾਪੁਰਾ ਨੂੰ ਵੀ ਖਾਂਦਾ ਸ਼ੌਕ ਹੈ ਬਣਾਦੇ ਵੀ ਨੇ ਹੂੰ ਮੈਨੂੰ ਪਤਾ ਨਹੀਂ ਵੀ ਕਰਦੇ ਨੇ ਕਾਲਜ ਕਾਲਜ ਦੇ ਦਿਨਾਂ ਤੋਂ ਬਾਅਦ ਟਰਾਈ ਕਰਦੇ ਨੇ ਨੇ ਅਪਰਾਤ ਤੁਸੀਂ ਕਰਦੇ ਹੋ ਐਸੀ ਕੁਕਿੰਗ ਨਹੀਂ ਮੈਨੂੰ ਇੰਟਰਸਟ ਨਹੀਂ ਐਂ ਤੇ ਖਾਣ ਵਾਲਿਆ ਜਿਹੜੀ ਇਹ ਪਲੇਟਾਂ ਸਾਫ਼ ਕਰਦੀਆਂ ਨੇ ਉਹ ਕਰ ਲਈਂਦੀਆਂ ਤੇ ਖਾਣਦੇ ਵੀ ਹਾਂ ਉਹ ਉਹ ਚੱਕਰ ਰੱਖਿਆ ਮੈਨੂੰ ਬਣਾਉਂਦਾ ਸ਼ੌਕ ਨਹੀਂ ਕਾਂ ਦਾ ਜ਼ਰੂਰ ਆਗਾ ਵਾਈਸੋ ਮੈਂ ਬਣਾ ਲਈ ਬਣਾ ਲਈ ਕਰਦੀ ਜੀ ਰੱਖੀ ਐ ਆਪੇ ਬਣਾਏਗੀ ਆਏ ਹਾਂ ਕੇ ਬਾਦਰ ਰੱਖਿਆ ਹੈ ਬਾਦਰ ਰੱਖਿਆ ਉਹ ਉਹ ਬਣਾਉਂਦਾ ਕਿ ਵਾਈਫ ਵੀਵਾ ਕੁਦ ਦਿੰਦੇ ਆ ਬਣਾ ਕੇ ਦੇਖੋ ਇੱਕ ਮੈਂ ਤਾਂ ਦੱਸਾਂ ਹੂੰ ਇਹ ਕਹਿੰਦੇ ਨੇ ਹੂੰ ਔਰ ਇਹ ਗੱਲ ਦੇ ਵਿੱਚ ਮੈਂ ਸਚਾਈ ਮਾਨਣਾ ਜੀ ਜਿਹੜੀ ਔਰਤ ਹੁੰਦੀ ਹੈ ਨਾ ਘਰ ਦੇ ਉਹ ਬੰਦੇ ਜਿਹੜਾ ਤੁਸੀਂ ਬਣਾ ਰਹੇ ਹੋ ਸਬਜ਼ੀ ਦਾਲ ਕੁਝ ਵੀ ਇੱਕ ਕੱਚੀ ਮਾਰ ਦੇਣਾ ਹੂੰ ਉਹ ਕਹਿੰਦੇ ਉਹਦਾ ਸਵਾਦ ਬਰਬਾਦ ਹੋ ਜਾਂਦਾ ਹੈ ਉਹ ਪੁੱਛ ਕਿਉਂ ਕਿਵੇਂ ਕਹਿੰਦੇ ਇੱਕ ਮਾਂ ਜਿਹੜੀ ਹੁੰਦੀ ਹੈ ਉਹਦਾ ਪਿਆਰ ਪੁੱਤ ਲਈ ਵੀ ਮੇਰੇ ਪੁੱਤਰ ਨੇ ਖਾਣੀ ਹੈ ਜਾਂ ਮੇਰੇ ਹਸਬੰਦ ਨੇ ਖਾਣੀ ਹੈ ਉਹਨੇ ਉਹਨੇ ਉਹਦੀ ਸਫਾਈ ਉਹਦਾ ਹਰ ਚੀਜ਼ ਵੇਖਣੀ ਹੈ ਵੀ ਮੈਂ ਜੇ ਦੇਸੀ ਕਿਉ ਬਣਾ ਤੇ ਮੈਂ ਲਾਜਵਾਬ ਜੀ ਜਦੋਂ ਹੋਰ ਫਿਰ ਉਹ ਨੌਕਰ ਆ ਜਾਂਦੇ ਨੇ ਤੇ ਫਿਰ ਉਹ ਖਾਣਾ ਤੇ ਜ਼ਰੂਰ ਬੱਧਾ ਪਰ ਉਹ ਸਵਾਦ ਨਹੀਂ ਹੁੰਦਾ ਜਿਹੜਾ ਇੱਕ ਔਰਤ ਦੇ ਕਿਚਨ ਦੇ ਵਿੱਚ ਆਪ ਉੱਤੇ ਰਹਿੰਦੇ ਬੰਦੇ ਤੇ ਜਿਹੜਾ ਬੰਦਾ ਸੋ ਇਹ ਗੱਲ ਪੱਕੀ ਹੈ ਵੀ ਉਹ ਅਜੇ ਤੱਕ ਮੈਂ ਲੱਕੀ ਵੀ ਮੇਰੀ ਵਾਈਫ ਜਿਹੜੀ ਹੈ ਉਹ ਕਿਚਨ ਦੇ ਵਿੱਚ ਪੂਰਾ ਔਰ ਜੇ ਕੋਈ ਗੈਸਟ ਆ ਜਾਂਦੇ ਨੇ ਚਾਹੇ 50 ਬੰਦੇ ਆ ਜਾਣ 50 ਫੈਮਲੀਜ਼ ਆ ਜਾਣ ਬਟ ਸ਼ੀ ਆਲਵੇਸ ਪ੍ਰੇਫਰ ਵੀ ਮੈਂ ਖਾਣਾ ਜਿਹੜਾ ਆਪਣੇ ਸਭ ਨੇ ਬਣਾਵਾ ਤੇ ਆਪ ਨਹੀਂ ਬਣਾਣਾ ਤੇ ਔਰ ਉਹਨੂੰ ਸੁਪਰਵਾਈਜ਼ ਕਰਕੇ ਖਵਾਉਣ ਦਾ ਸ਼ੌਕ ਬਹੁਤ ਹੈ ਜਿਹੜੀ ਵੀ ਸ਼ੀ ਇਜ਼ ਅ ਗੁੱਡ ਹੋਸਟੈਸ ਇਹ ਜਿਹੜੀ ਚੀਜ਼ ਹੈ ਨਾ ਇਹ ਇਹ ਸਿੱਖੀ ਹੈ ਤੁਹਾ ਕੋ ਹਮ ਵਾਹ ਵਾਹ ਤਰੀਫਾਂ ਕਰਦੀਆਂ ਮੈਡਮ ਹੋ ਜਾਣਗੇ ਇੰਪ੍ਰੈਸਿਵ ਮੈਂ ਕਹ ਮੈਡਮ ਅੱਜ ਬਾਗੂ ਬਾਗ ਹੋਏਗੀ ਥੋੜੀ ਲਵ ਮੈਰੇਜ ਹੋਈ ਹੈ ਹਨਾ ਹਾਂ ਮੇਰੀ ਲਵ ਮੈਰੇਜ ਹੈ ਹਮ ਲਵ ਇੱਕ ਵਾਰੀ ਹੋਇਆ ਜ਼ਿੰਦਗੀ ਚ ਇਹ ਬੜੀਆਂ ਸ਼ਰਾਰਤ ਵਾਲੀਆਂ ਗੱਲਾਂ ਜਿਹੜੀਆਂ ਨੇ ਇਹ ਇਹ ਇੱਕ ਵਾਰੀ ਉਹਨਾਂ ਕਰਕੇ ਦੀ ਗੱਲ ਕਰੀ ਗਈ ਪੱਕੀ ਗੱਲ ਹੈ ਪੱਕੀ ਗੱਲ ਹੈ ਪੱਕੀ ਗੱਲ ਨੇ ਕਈ ਵਾਰੀ ਬੰਦੇ ਦਾ ਦਿਲ ਦੁਲ ਵੀ ਟੁੱਟਦਾ ਦਿਲ ਦੁਲ ਟੁੱਟਿਆ ਨਹੀਂ ਏ ਦੇ ਮਜ਼ਬੂਤ ਦਿਲ ਇਹ ਟੁੱਟਣ ਵਾਲੀ ਗੱਲ ਨਹੀਂ ਮਾਝੀ ਵਾਲਿਆਂ ਦੀ ਮਾਝੀ ਵਾਲਿਆਂ ਦੇ ਦਿਲ ਮਜ਼ਬੂਤ ਦੇ ਦੇ ਲਈ ਇੱਕ ਵਾਰ ਲਾਇਆ ਬਸ ਉੱਥੇ ਹੀ ਦੇ ਤਾ ਹੂੰ ਉੱਥੇ ਮੁਕਾਤੀ ਗੱਲ ਹੂੰ ਮਿਲੇ ਕਿੱਥੇ ਸੀ ਪਹਿਲੀ ਦੀ ਐ ਮਿਲੇ ਤਾਂ ਐ ਇੱਥੇ ਜਾਂਦੇ ਸੀ ਬਚਪਨ ਤੋਂ ਅੱਛਾ ਹਾਂ ਉਹਨਾਂ ਦੀ ਯਾਰ ਵੀ ਕਿਨੇ ਜਦੋਂ 6 6 7 7 ਸਾਲ ਦੇ ਉਦੋਂ ਤੋਂ ਤਾਂ ਜਾਂਦੇ ਸੀ ਐ ਕਿਵੇਂ ਗਵਾਂਢੀ ਸੀ ਅੱਛਾ ਗਵਾਂਢੀ ਸੀ ਹਾਂ ਗਵਾਂਢੀ ਅਨਲੈ ਬੱਚੇ ਜੀ ਉਦੋਂ ਕੀ ਹੁੰਦਾ ਵੀ ਜਦੋਂ ਕਾਲਜ ਕੁੜੀ ਲਿਦੇ ਹਾਂ ਬਾਕੀ ਜਦੋਂ ਪਹਿਲੇ ਫਰੈਂਸੀ ਜਦੋਂ ਕਾਲਜ ਪੜ੍ਹਨਾ ਸ਼ੁਰੂ ਹੋਇਆ ਫਿਰ ਕਾਲਜ ਤੋਂ ਜਦੋਂ ਲਾਜ਼ੇ ਸੀ ਉਦੋਂ ਥੋੜੀ ਜੀ ਫਿਰਦੇ ਦਾ ਬੰਦੇ ਦੀ ਤੁਸੀਂ ਨਾਲ ਪੜ੍ਹਦੇ ਸੀਗੇ ਨਹੀਂ ਨਹੀਂ ਪੜ੍ਹਦੇ ਵੀ ਅਟ ਸੀ ਪਰ ਮਿਲਦੇ ਮਿਲਦੇ ਰਹਿੰਦੇ ਸੀ ਜਸ ਬੀਗ ਨੇਬਰਸ ਤੇ ਫਿਰ ਉਹਦਾ ਜਾਣ ਪਛਾਨ ਛੁੱਟੀਆਂ 'ਚ ਅਗੇ ਪਿੱਛੇ ਜੀ ਗੇੜਾ ਗੁੜਾ ਅਪਰੋਚ ਤੁਸੀਂ ਕੀਤਾ ਸੀ ਉਹਨਾਂ ਨੇ ਕੀਤਾ ਸੀ ਨਹੀਂ ਅਪਰੋਚ ਤਾਂ ਦੋਵੇਂ ਬਣੇ ਹੁੰਦਾ ਹੈ ਨੇ ਪਹਿਲਾਂ ਨੇ ਪਹਿਲਾਂ ਚਿੱਠੀ ਤੁਸੀਂ ਫੜਾਈ ਸੀ ਕਿ ਉਹਨਾਂ ਨੇ ਫੜਾਈ ਸੀ ਐਂ ਪੁੱਛਦੇ ਇਹ ਤਾਂ ਮੈਨੂੰ ਚੇਤਾ ਨਹੀਂ ਕਿ ਮੈਂ ਤਾਂ ਉਹਨਾਂ ਦਾ ਇੱਕ ਇੱਕ ਬੰਨੇ ਬੜਾਈਏ ਪਹਿਲ ਤੇ ਸ਼ਾਇਦ ਮੈਂ ਹੀ ਕੀਤੀ ਹੋ ਅੱਛਾ ਹਾਂ ਹਾਂ ਕਰਨੀ ਪੈਂਦੀ ਹੈ ਲਾਈਫ ਇਜ਼ 올 ਬਾਊਟ ਫਿਰ ਜਦੋਂ ਤੁਸੀਂ ਘਰੇ ਦੱਸਿਆ ਫਿਰ ਕਰਦਿਆਂ ਦਾ ਰਿਐਕਸ਼ਨ ਕੀ ਸੀ ਖਾਸ ਕਰ ਬਾਜੀਵਾ ਸਾਹਿਬ ਦਾ ਕੀ ਰਿਐਕਸ਼ਨ ਪ੍ਰਤਾਪ ਜੀ ਦਾ ਏ ਦੂਗੀਆਂ ਗੱਲਾਂ ਨੇ ਉਹ ਫੇਰ ਕਿਦੀ ਗੱਲ ਕਰਦੇ ਉਹਨਾਂ ਕਾ ਦੱਸ ਦੋ ਬੜਾ ਆਪਾਂ ਨਹੀਂ ਬੋਲਦੇ ਨਹੀਂ ਨਹੀਂ ਰਿਐਕਸ਼ਨ ਠੀਕ ਸੀ ਪੋਜ਼ਿਟਿਵ ਯਾ ਰਿਐਕਸ਼ਨ ਠੀਕ ਸੀ ਗੱਲਾਂ ਗੁਣੋਂ ਨਹੀਂ ਪਹਿਲਾਂ ਘਰੋਂ ਪਈਆਂ ਕੇਰਾਂਗੇ ਅਗਰ ਤਾਂ ਪੈਂਦੀਆਂ ਹੀ ਆ ਨਹੀਂ ਨਹੀਂ ਹੂੰ ਉਹ ਜਦੋਂ ਇੱਕ ਦੂਜੇ ਨਾਲ ਤੁਸੀਂ ਪੜੇ-ਪੜੇ ਹੋ ਨਾ ਹੂੰ ਸੌਖਾ ਜਾਂਦਾ ਤੇ ਇਹ ਇਹਦਾ ਪਤਾ ਹੁੰਦਾ ਨਾ ਹਰ ਚੀਜ਼ ਦਾ ਬੰਦਾ ਫੇਰ ਗੱਲ ਉਹਨੀ ਕੀ ਕਰਦਾ ਵੀ ਪੜਦੇ ਜੀ ਰਹੇ ਪਹਿਲਾਂ ਕਿਸੇ ਨੇ ਤੁਹਾਡੇ ਤੋਂ ਪਹਿਲਾਂ ਕਿਸੇ ਨੇ ਲਵ ਮੈਰੀ ਜ ਕਰਾਈ ਸੀ ਫੈਮਿਲੀ 'ਚ ਇਹ ਲੈ ਸਾਡੇ ਬਜ਼ੁਰਗ ਵੇਖੋ ਨਾ ਤੇ ਨਹੀਂ ਨਹੀਂ ਇੱਥੇ ਜਿਹੜੀਆਂ ਮੈਰਿਜਸ ਹੁੰਦੀਆਂ ਜੀ ਉਦੋਂ ਦੇ ਤੁਹਾਨੂੰ ਪਤਾ ਵੀ ਉਹ ਬਜ਼ੁਰਗ ਜਿਹੜੇ ਪੁਰਾਣੇ ਜਾਂਦੇ ਹੁੰਦੇ ਉਹ ਹੀ ਇਹ ਰੁਪਈਆ ਇੱਕ ਹੱਥ ਚ ਮੋਰੀ ਵਾਲਾ ਰੁਪਈਆ ਦੇ ਉਹ ਹੀ ਬਣਾ ਦਿੰਦੇ ਹੁੰਦੇ ਸੀ ਪੈ ਤੇ ਕੰਮ ਹੋ ਗਿਆ ਸੀ ਅਜੇ ਤੂੰ ਥੋੜਾ ਵਿਆਹ ਕਦੋਂ ਹੋਇਆ ਸੀ ਕਿੰਨੇ ਸਾਲ ਦੇ ਸੀਗੀ ਤੁਸੀਂ ਜਦੋਂ ਵਿਆਹ ਹੋਇਆ 9085 ਜੋ ਹੈ ਤੇ 58 ਦਾ ਬਰਥ ਹੈ ਨਾ ਤੁਹਾਡਾ 58 ਦਾ ਮੈਂ ਕਿਹਾ 26 27 28 ਸਾਲ ਦਾ ਹੋਗਾ ਉਦੋਂ ਪਹਿਲਾਂ ਰਿਸ਼ਤੇ ਰਿਸ਼ਤੇ ਆਏ ਹੋਣਗੇ ਘਰ ਦੇ ਨੇ ਕਿਹਾ ਹੋਣਾ ਕਰਦੇ ਆ ਕਿ ਨਹੀਂ ਉਹ ਦੇਖੋ ਰਿਸ਼ਤੇ ਤੇ ਜਦੋਂ ਮੁੰਡਾ ਜਵਾਨ ਹੁੰਦਾ ਹੈ ਪੰਜੀਆਂ ਕਿ ਤਾ ਹੋ ਜਾਂਦਾ ਹੈ ਲੜਕੀ ਹੋਏ ਤੋਂ ਵੀ ਆ ਜੀ ਘਰ ਦੇ ਲੱਭਣ ਲੱਪੇਦੇ ਨੇ ਮੁੰਡਾ ਪੰਜੀਆਂ ਕਿ ਤਾ ਹੋਏ ਤੋਂ ਫਿਕਰ ਸ਼ੁਰੂ ਹੋ ਜਾਂਦਾ ਹੁੰਦਾ ਪਰ ਐਡੀ ਕਾਲੀ ਕਰਦੇ ਆ ਨੂੰ ਵੀ ਨਹੀਂ ਸੀ ਅਗਲੇ ਕਹਿੰਦੇ ਸੀ ਬੱਚੇ ਸੈਟਲ ਹੋਣਗੇ ਆਪ ਕਮਾਨ ਦੇਖੋ ਜ਼ਿੰਦਗੀ ਦੇ ਵਿੱਚ ਇੱਕ ਗੱਲ ਮੈਂ ਦੱਸਾਂ ਕਾਮਯਾਬ ਹੋਈ ਹੈ ਜਿਹੜਾ ਆਪਣੀ ਔਲਾਦ ਨੂੰ ਕੰਮ ਤੇ ਲਾਵੇ ਹੂੰ ਤੇ ਵਿਆਹ ਉਦੋਂ ਕਰੇ ਜਦੋਂ ਕਮਾਈ ਕਰੇ ਹੂੰ ਬੱਚਾ ਵਿਆਹ ਹੋਏ ਤੇ ਮਾਪੇ ਆਪ ਕੋ ਪੈਸੇ ਮੰਗੇ ਉਹ ਗੱਲ ਨਹੀਂ ਬੰਦੀ ਆਪ ਕਮਾਈ ਕਰਨ ਥੋੜੀ ਕਰ ਲੈਣ ਬੌਧੀ ਕਰ ਲੈਣ ਪਰ ਉਹਦਾ ਇੰਟਰਸਟ ਉਦੋਂ ਬਣੂਗਾ ਜਦੋਂ ਉਹ ਗ੍ਰਹਿਸਤੀ ਵਿੱਚ ਵੱਜ ਜਾਂਦਾ ਹੂੰ ਤੇ ਗ੍ਰਹਿਸਤੀ ਵਿੱਚ ਵੱਜ ਕੇ ਫਿਰ ਕੰਮ ਚੱਲਦਾ ਹੈ ਠੀਕ ਹੈ ਮੈਂ ਤਾਂ ਇੱਕ ਕੱਲ ਦੇ ਵਿੱਚ ਬਲੀਵ ਕਰਦਾ ਆਪ ਵੀ ਬੱਚਿਆਂ ਨੂੰ ਕਹਿਆ ਕਮਾਈ ਕਰੋ ਬੇਟਾ ਜਿੱਦਣ ਕਮਾਈ ਕਰ ਲਓ ਉਦੋਂ ਵਿਆਹ ਕਰਨਾ ਹੂੰ ਇਹ ਗੁਰਮਾਰਾਇ ਦੀ ਕਿਰਪਾ ਰਿਸ਼ਤੇ ਜਿੱਥੇ ਉਹਨਾਂ ਦਾ ਆਪਣਾ ਮਨ ਠੀਕ ਲੱਗਾ ਰਿਸ਼ਤੇ ਚੰਗੇ ਪਰਿਵਾਰਾਂ ਦੇ ਜੋੜਦੇ ਨੇ ਜੀ ਤਾਂ ਅਸੀਂ ਵੀ ਚਾਹਦੇ ਹਾਂ ਵੀ ਸਾਨੂੰ ਰਿਸ਼ਤਾ ਵੀ ਉਹ ਮਿਲੇ ਜਿਹੜਾ ਕੋਈ 100 200 ਬੰਦਾ ਕਿਤੇ ਆਏ ਰੋਟੀ ਪਾਣੀ ਤੇ ਉਹ ਕਹਿੰਨ ਵੀ ਆਓ ਜੀ ਆਏ ਨੇ ਸਰਦਾਰ ਜੀ ਵੀ ਲਾਓ ਜਰਾ ਹੁਣ ਪ੍ਰਸ਼ਾਦੇ ਤੋਂ ਬਾਵਾ ਜਿਹੜੀਆਂ ਨੇ ਬਾਵਾ ਬਣ ਹਾਂ ਇਹ ਹਮੇਸ਼ਾ ਮਨ ਦੀ ਇੱਕ ਤਮੰਨਾ ਹੈ ਬਾਕੀ ਕਿਸਮਤ ਦੀਆਂ ਗੱਲਾਂ ਤੇ ਜਿੱਦਾਂ ਬੱਚਿਆਂ ਨੂੰ ਕੋਈ ਚੰਗਾ ਲੱਗੇ ਜਿੱਦਾਂ ਉਹਨਾਂ ਦੇ ਮਨ ਦੀ ਆਪਣੀ ਉਸ ਦਿਨ ਤੂ ਕਹ ਲੈਣਾ ਆਪਾਂ ਨੂੰ ਕੋਈ ਇਤਰਾਜ਼ ਨਹੀਂ। ਬਾਈਓ ਸਾਹਿਬ ਕਿ ਮੈਂ ਨਾ ਮਰਾਣਾ ਗਰਜੀਤ ਹੋਰਾਂ ਕੋਲ ਵੀ ਬੈਠਾ ਮੈਂ ਕਿਹਾ ਤੁਸੀਂ ਦਿਨੋਂ ਦਿਨ ਜਵਾਨ ਜਵਾਨ ਹੁੰਨੇ ਹੋ ਤੁਸੀਂ ਮੈਨੂੰ ਐ ਦੱਸੋ ਕਿਹੜੇ ਬਿਊਟੀ ਪ੍ਰੋਡਕਟ ਵਰਤਦੇ ਹੋ ਮਤਲਬ ਚਿਹਰੇ ਤੇ ਗਲੋ ਬਹੁਤ ਆ ਉਹ ਐਕਚੁਅਲੀ ਕੀ ਹੈ ਇਹ ਕੁਦਰਤੀ ਗੱਲ ਹੁੰਦੀ ਹੈ। ਤੇ ਇਹ ਫਿਕਰਫਕਾ ਘੱਟ ਰੱਖਿਆ। ਮੈਂ ਸਮਝਣਾ ਵੀ ਜਿਹੜੀ ਜਿਹੜਾ ਫਿਕਰ ਹੁੰਦਾ ਨਾ ਉਹ ਤੁਹਾਡੇ ਮੂੰਹ ਤੇ ਦਰਸਾਂਦਾ ਹੈ ਹਮੇਸ਼ਾ। ਤੇ ਜਿਹੜਾ ਬੰਦਾ ਥੋੜਾ ਜਿਆ ਰਿਲੈਕਸਡ ਹੋਵੇ ਬੜੇ ਬੜੇ ਇਹ ਨਹੀਂ ਹੈ ਬੜੇ ਬੜੇ ਇਮਤਿਹਾਨ ਆਦੇ ਨੇ ਬੜੇ ਬੜੇ ਤੁਹਾਨੂੰ ਸਾਹਮਣੇ ਕਰਨੇ ਪੈਂਦੇ ਨੇ ਪਰ ਜੇ ਤੁਸੀਂ ਬਾਕਡਾਊਨ ਹੋ ਜਾਉਂਦਾ ਵੀ ਹਾਏ ਰੱਬਾ ਇਹ ਕੀ ਹੋਇਆ ਤੇ ਫਿਰ ਤੁਹਾਨੂੰ ਉਹ ਚੀਜ਼ ਢਾ ਲੈਂਦੀ ਹੈ ਤੇ ਜੇ ਤੁਸੀਂ ਉਹਨੂੰ ਇਸ ਪਾਰਟ ਆਫ ਲਾਈਫ ਕਹੋ ਵੀ ਠੀਕ ਹੈ ਵੀ ਦੇਖੋ ਆਮ ਜਿਹੜਾ ਜੱਟਾਂ ਦੇ ਜਦੋਂ ਤੁਸੀਂ ਅਸੀਂ ਵਾਈ ਕਰਦੇ ਆ ਵਾਈਆਂ ਦੇ ਵਿੱਚੋਂ ਪਰਿਵਾਰ ਨਿਕਲੇ ਆ ਜੀ ਤੇ ਐ ਤਾਨੂੰ ਜਦੋਂ ਵੀ ਕੋਈ ਕੰਮ ਦਾ ਹੁੰਦਾ ਹੈ ਨਾ ਕਿਤੇ ਘਾਟਾ ਵੀ ਪੈ ਜੇ ਤੇ ਤੁਹਾਡੇ ਮਨ 'ਚ ਹੁੰਦੀ ਵੀ ਯਾਰ ਹੈਗੇ 50 ਕਿਲੇ ਖਾਣ ਲਈ ਕਿਤੇ ਨਹੀਂ ਭੁੱਖੇ ਰਹਿੰਦੇ ਕਿਤੇ ਨਹੀਂ ਉਹ ਤੁਹਾਡੀ ਇੱਕ ਜਿਹੜੀ ਪਿੱਛੇ ਤੁਹਾਡੇ ਹੁੰਦਾ ਨਾ ਤੁਹਾਨੂੰ ਕੰਫਰਟ ਲੈਵਲ ਉਹ ਕੰਫਰਟ ਲੈਵਲ ਹਮੇਸ਼ਾ ਤੁਹਾਨੂੰ ਫਿਰ ਰਿਸਕ ਲੈਣ ਤੇ ਵੀ ਤੁਸੀਂ ਪਰਵਾਹ ਨਹੀਂ ਹਾਂ ਹਾਂ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਰਹੀ ਹੈ ਜੀ ਹੱਤੀ ਸਭ ਕੁਝ ਬਣਾਇਆ ਜੀ ਮੈਨੂੰ ਅਜੇ ਤੱਕ ਯਾਦ ਆਹੀ ਜਦੋਂ ਕਾਲਜ ਬਾਅਦ ਦੇ ਮੰਦੇ ਇੱਕ ਰੀਤ ਹੁੰਦੀ ਸੀ ਆ ਚੰਡੀਗੜ੍ਹ 'ਚ ਕੋਈ ਕਨਾਲਕ ਦੀ ਕੋਠੀ ਹੋਏਗੀ ਤੇ ਨਜ਼ਾਰਾ ਆਜੂ ਕਿਉਂਕਿ ਉਹ ਤੋਂ ਵਿਹਣੀ ਸੀ ਪਹਿਲੇ ਬਜ਼ੁਰਗ ਚਾਹੇ ਤਿੰਨ ਵਾਰ ਮਨਿਸਟਰ ਵੀ ਰਹੇ ਪਰ ਕਦੀ ਨਹੀਂ ਸੀ ਕਦੀ ਸੋਚਿਆ ਨਹੀਂ ਸੀ ਹਲਕਿਆਂ ਜੀ ਰਹੇ ਉੱਥੇ ਹੀ ਰਹੇ ਆਪਣੇ ਤੇ ਕਿਉਂਕਿ ਆ ਕੰਮ ਨਹੀਂ ਸੀ ਆ ਵਿਆਹ ਬਣਾ ਲਓ ਉਹ ਬਣਾ ਲਓ ਕੰਟੈਂਟਡ ਸੀ ਵੀ ਲੋਕ ਸੇਵਾ ਕਰਨੀ ਇੱਥੋਂ ਤੱਕ ਰਹਣਾ ਲੋਕਾਂ ਦੇ ਵਿੱਚ ਇਹ ਨਾ ਹੋਵੇ ਵੀ ਸੇਵਾ ਕਰਦੇ ਤੇ ਉਸ ਤੋਂ ਬਾਅਦ ਆਪਾਂ ਜਦੋਂ ਕਾਲਜ ਪੜ੍ਹ ਲਿਆ ਸਭ ਕੁਝ ਔਰ ਮੈਂ ਅਮਰੀਕਾ ਤੋਂ 89 ਚ ਵਾਪਸ ਆਇਆ 88 ਚ 89 ਚ ਚੰਡੀਗੜ੍ਹ ਪਹਿਲੀ ਕੋਠੀ ਆਪਾਂ ਲਈ ਨੌ ਸੈਕਟਰ ਜਿੱਥੇ ਮੈਂ ਹੋਣ ਰਹਿਣਾ ਉਸ ਤੋਂ ਚਾਰ ਪੰਜ ਸਾਲਾਂ ਬਾਅਦ ਫਿਰ ਪ੍ਰਤਾਪਪੁਰਾਂ ਵਾਲੀ ਅੱਠ ਚ ਲਈ ਜੀ ਆਪ ਸੈਲਫ ਮੇਡ ਮੈਂ ਨਾ ਕੋਈ ਪਰਿਵਾਰਕ ਪਿਛੋਂ ਇਹ ਨਹੀਂ ਚਲ ਕੇ ਆਇਆ ਵੀ ਜੀ ਉਹਨਾਂ ਨੇ ਬਣਾ ਲਿਆ ਜੀ ਸਭ ਕੁਝ ਕਰ ਲਿਆ ਸੋ ਇਹ ਤੇ ਮਿਹਨਤ ਕੀਤੀ ਮਰੀ ਮੋਟੀ ਜ਼ਮੀਨ ਵੀ ਬਣਾਈ ਕਿਉਂਕਿ ਜੱਟ ਨੇ ਹੋਰ ਕੀ ਕਰਨਾ ਹੈ ਹੂੰ ਅਹੀਂ ਕਿਹੜਾ ਕੋਈ ਰੈਸਟੋਰੈਂਟ ਖੋਲਣਾ ਹੈ ਤੇ ਉਹ ਇਹ ਚੀਜ਼ਾਂ ਫਿਰ ਹੌਲੀ ਹੌਲੀ ਇੰਟਰਸਟ ਵੀ ਬਣਿਆ ਤੇ ਬਿਜ਼ਨਸ ਵੀ ਕੀਤਾ ਇੰਡਸਟਰੀਆਂ ਵੀ ਲਾਈਆਂ ਦੋ ਹੂੰ ਤੇ ਇੱਕ ਅਸੀਂ ਬਹੁਤ ਵੱਡਾ ਇੱਥੇ ਮੈਨੂੰ ਯਾਦ ਹੈ ਵੀ ਮੇਰੇ ਕੋਲ ਹੋਟਲ ਦੀ ਬੜੀ-ਵੱਡੀ ਸਾਈਟ ਸੀ ਚੰਡੀਗੜ੍ਹ 35 ਸੈਕਟਰ ਦੇ ਵਿੱਚ 4/ਬੇ ਇਕੱਠੇ ਲੈ ਕੇ ਅਸੀਂ ਉਹ ਬਣਾਣਾ ਸੀਗਾ ਹੋਟਲ ਦਾ ਨਕਸ਼ਾ ਹੋ ਗਿਆ ਸ਼ੁਰੂ ਕਰਤਾ ਹੂੰ ਤੇ ਉਦੋਂ ਰਾਣੇ ਗੁਰਜੀਤ ਉਹਨਾਂ ਦਾ ਤੁਸੀਂ ਨਾਂ ਲਿਆ ਇਦਾਂ ਹੀ ਅ ਫੈਕਟਰੀ ਦਾ ਉਹਨੇ ਕਿਹਾ ਜੀ ਵੀ ਤੁਸੀਂ ਐਡੀਬਲ ਆਇਲ ਦੀ ਫੈਕਟਰੀ ਲਾ ਬਨਾਸਪਤੀ ਦੀ ਲਾ ਤੇ ਸੂਰਜਮੁਖੀ ਬਹੁਤ ਹੋਣਾ ਸ਼ੁਰੂ ਹੋਇਆ ਤੇ ਉਹਨਾਂ ਰੌ ਮਟੀਰੀਅਲ ਪਹਿਲੇ ਸੋਲਵੈਂਟ ਪਲਾਂਟ ਸੋਲਵੈਂਟ ਤੋਂ ਤੁਸੀਂ ਐਡੀਬਲ ਆਇਲ ਯਾਨੀ ਕਿ ਕੁਕਿੰਗ ਆਇਲ ਤੇ ਬੜਾ ਕੰਮ ਕੀਤਾ ਜੀ 94 95 ਚ ਲਈ ਤੇ ਪ੍ਰਤਾਪੂਰਾਂ ਦਾ ਵੀ ਮਾਨੇ ਸੀ ਵੀ ਆਪਣੀ ਮੇਲ ਉੱਥੇ ਲਾਓ ਸੋ ਥੈਟ ਇਲਾਕੇ ਦੇ ਲੋਕ ਨੌਕਰੀਆਂ ਵੀ ਕਰਨ ਤੇ ਤੁਹਾਡਾ ਗ੍ਰਿਪ ਵੀ ਹੋਵੇ ਪਿੰਡਾਂ ਜੇ ਤੁਸੀਂ ਫਸਲ ਲੈਂਦੇ ਲੋਕਾਂ ਨਾਲ ਤੁਹਾਡਾ ਕਨੈਕਟ ਹੋਏਗਾ ਜੀ 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 ਪਰ ਉਹ ਜਿਹੜੀਆਂ ਉਦੋਂ ਬਾਜਪਈ ਸਾਹਿਬ ਦੀ 98 99 ਚ ਸਰਕਾਰ ਬਣੀ ਜਦੋਂ ਇਹਨਾਂ ਨੇ ਉਹ ਜਿਹੜਾ ਟੈਕਸ ਲੱਗਦਾ ਹੁੰਦਾ ਸੀ ਇੰਪੋਰਟ ਡਿਊਟੀ ਸੀਗੀ ਐਡੀਬਲ ਔਇਲ ਤੇ ਉਹ ਅਡਵਾਨੀ ਜੀ ਦਾ ਬੇਟਾ ਸੀ ਕਿ ਕੌਣ ਸੀ ਇਹਨਾਂ ਨੇ ਮਿਲ ਬਲਾ ਕੇ ਉਹ ਚੱਕਤੀ ਤੇ ਇੰਡੋਨੇਸ਼ੀਆ ਤੇ ਮਲੇਸ਼ੀਆ ਤੋਂ ਜਿੰਨਾ ਔਇਲ ਸੀਗਾ ਕੁਕਿੰਗ ਔਇਲ ਉਹਨਾਂ ਸਾਰਾ ਇੰਡੀਆ ਦੇ ਵਿੱਚ ਪਰ ਪੜਤਾ ਫੜ ਕੇ ਤੇ ਜਿਹੜੀ ਇਹ ਇੰਡਸਟਰੀ ਸੀ ਇਹ 90% ਇੰਡਸਟਰੀ ਉਦੋਂ ਬਾਦੋਂ ਗਈ ਸੀ ਆ ਤੁਸੀਂ ਦੇਖੋ ਨਾ ਅੰਮ੍ਰਿਤ ਬਨਾਸਪਤੀ ਸਾਡੇ ਨਾਲ ਸੀ ਅਸੀਂ ਸਫੋਲਾ ਤੇਲ ਬਣਾਉਂਦੇ ਰਹੇ ਹਾਂ ਫਲੋਰਾ ਬਣਾਉਂਦੇ ਰਹੇ ਹਾਂ ਹਿੰਦੁਸਤਾਨ ਲੀਵਰ ਲਈ ਕੰਮ ਕੀਤਾ ਸੋ ਮੌਕੇ ਮਿਲਦੇ ਨੇ ਜਟਾ ਦੇ ਮੁੰਡਿਆਂ ਨੂੰ ਪਰ ਜੇ ਇੰਡਸਟਰੀ ਦੀ ਪਾਲਿਸੀ ਸਹੀ ਰਹੇ ਸਟੇਬਲ ਰਹੇ ਤੇ ਕਦੀ ਇੰਡਸਟਰੀ ਮਾਰ ਨਹੀਂ ਖਾਂਦੀ ਜਦੋਂ ਉਹਦੇ ਵਿੱਚ ਇੰਟਰਸਟ ਆਨ ਮੜਦਾ ਨਾ ਉਦੋਂ ਆ ਕੇ ਫਿਰ ਇੰਡਸਟਰੀ ਨੂੰ ਮਾਰ ਪੈਂਦੀ ਫਤਿਹ ਜੀ ਤੁਸੀਂ ਜੇ ਮੈਂ ਗੱਲ ਕਰਾਂ ਵੀ ਤੁਸੀਂ ਮਦਰ ਦੇ ਬਹੁਤ ਨੇੜੇ ਰਹੇ ਹੋ ਹਨ ਹਾਂ ਜੀ ਤੁਹਾਡੇ ਹਾਂ ਜੀ ਮਦਰ ਹਾਂ ਬਹੁਤ ਪਿਆਰ ਰਿਹਾ ਮੈਂ ਤੁਹਾਡੀਆਂ ਕਾਫੀ ਤਸਵੀਰਾਂ ਵੀ ਦੇਖੀਆਂ ਹਾਂ ਹਾਂ ਜੀ ਬਿਲਕੁਲ ਬਿਲਕੁਲ ਮਾਵਾ ਠੱਡੀਆਂ ਚਾਵਾਂ ਬਿਲਕੁਲ ਯਾਦ ਆਉਂਦੀ ਆ ਹੁਣ ਬਹੁਤ ਉਦੋਂ ਵੀ ਦੇਖੋ ਹਮੇਸ਼ਾ ਇਸ ਗੱਲ ਦਾ ਪਤਾ ਸੀ ਵੀ ਸਾਡੇ ਮਦਰ ਨੇ ਕਈ ਵਾਰ ਕਹਿਆ ਕਰਨਾ ਹਮ ਕਹਿੰਦੇ ਕਾਕਾ ओके प्रतापपुरा ਨੂੰ ਜਦਾ ਕਹਿੰਦੇ ਨੇ ਵੀ ਆ ਕੇ ਮਿਲ ਜਾਇਆ ਕਰ। ਹੂੰ। ਵੀ ਤੈਨੂੰ ਉਦੋਂ ਪਤਾ ਲੱਗੂਗਾ ਕਾਦੀਆਂ ਦੇ ਵਿੱਚ ਜਿੱਦਨ ਤੁਹਾਡੀ ਮਾਂ ਨਾ ਇੱਥੇ ਹੋਈ। ਹੂੰ। ਪਰ ਇਹ ਗੱਲ ਠੀਕ ਹੈ ਵੀ ਉੱਥੇ ਬੈਠੇ ਹੀ ਸਾਡਾ ਜਿਹੜਾ ਕੰਮ ਸੀ ਨਾ ਪੋਲੀਟਿਕਲੀ ਉਹ ਸਾਡੇ ਮਦਰ ਹੀ ਦੇਖਦੇ ਰਹੇ। ਮੈਂ ਕਿਹਾ ਉਹ ਪੁਰਾਣੀ ਆਦਤ ਬਜ਼ੁਰਗਾਂ ਦੇ ਮੇਲੇ ਤੋਂ ਪਈ ਸੀਗੀ ਕਹਿੰਦੇ ਸੀ ਹਮੇਸ਼ਾ ਸਾਡੇ ਫਾਦਰ ਦੀ ਸਕਸੈਸ ਦੇ ਵਿੱਚ ਸਾਡੀ ਮਦਰ ਦਾ ਬਹੁਤ ਵੱਡਾ ਰੋਲ ਰਿਹਾ। ਹੂੰ। ਜੇ ਸਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਜ਼ਿਕਰ ਤੇ ਸਿਫਤ ਕੀਤੀ ਤੇ ਮਦਦ ਦੀ ਕੀਤੀ ਵੀ ਭੈਣ ਜੀ ਨੇ ਬਹੁਤ ਸੇਵਾ ਕੀਤੀ ਅਸੀਂ 50 50 100 100 ਬੱਧਾ ਜਾਂਦੇ ਸੀ ਮੱਥੇ ਤਿਉੜੀ ਨਹੀਂ ਸੀ ਪੈਂਦੀ ਤੇ ਕਹਿੰਦੇ ਮੈਂ ਆਪਣੀ ਵਾਈਫ ਨੂੰ ਵੀ ਆ ਕੇ ਕਹਿੰਦਾ ਹੁੰਨਾ ਵੀ ਉਹਨਾਂ ਨੂੰ ਸਿੱਖ ਤੂੰ ਇਹ ਕਈ ਗੱਲਾਂ ਹੁੰਦੀਆਂ ਲਾਈਫ ਦੇ ਵਿੱਚ ਤੇ ਔਰ ਬਦਰਨਲ ਬਹੁਤ ਜਦਾ ਨੇੜ ਰਿਹਾ ਬਹੁਤ ਪਿਆਰ ਬਹੁਤ ਸ਼ੀ ਵਾਸ ਅ ਮਲਟੀਫੈਸਿਟਿਡ ਕੈਰੈਕਟਰ ਬਹੁਤ ਸੁਣਾ ਗਾਦੇ ਸੀ ਬਹੁਤ ਸ਼ੌਕ ਸੀ ਜਗੀ ਜ਼ਿੰਦਗੀ ਦਾ ਬੱਚੇ ਸੋ ਬੜੀ ਸੇਧ ਲਈ ਉਹਨਾਂ ਕੋ ਮਾਮਾ ਤੇ ਮਾਮਾ ਦਾ ਜਿਹੜਾ ਰਿਸ਼ਤਾ ਹੈ ਉਹ ਤੇ ਰੱਬ ਤੋਂ ਥੱਲੇ ਫਿਰ ਉਹ ਤੋਂ ਵੱਡਾ ਮੈਨੂੰ ਅਜੇ ਵੀ ਕਈ ਵਾਰ ਮੈਨੂੰ ਯਾਦ ਆਉਂਦਾ ਮੈਂ ਕਦੀ ਬੋਲਦਾ ਤੇ ਬੇਸ਼ੱਕ ਇਹ ਕਹਿੰਦਾ ਵੀ ਨਾਨਕ ঈਸਾ RAM ਮੁਹੰਮਦ ਨਾਨਕ ঈਸਾ RAM ਮੁਹੰਮਦ ਸਭ ماں ਕੀ ਗੋਦ ਸੇ ਜਾਏ ماں ਕੇ ਕਦਮੋਂ ਮੇ ਹੈ ਜੰਨਤ ਜੋ ਪੂਜੇ ਸੋ ਪਾਏ ਅਹੀਂ ਜਾ ਕੇ ਐਵੇਂ ਨੱਕ ਰਗੜਦੇ ਰਹਿੰਦੇ ਆ ਗੁਰਦੁਆਰਿਆਂ ਨੂੰ ਜਾ ਕੇ ਉੱਥੇ ਮੰਤ ਮੰਨਦੇ ਆ ਮੰਦਰਾਂ 'ਚ ਜਾਂਦੇ ਆ ਟਲੀਆਂ ਖੜਕਾਉਂਦੇ ਆ ਤੇ ਮੁਸਲਮਾਨ ਆਪਣੇ ਮੱਕੇ ਜਾਂਦੇ ਨੇ ਅਸਲ ਇਹਦੇ ਮੱਕਾ ਤੇ ਮਾਂ ਦੇ ਚਰਨ ਹੁੰਦਾ ਜਿਹੜਾ ਬੱਚਾ ਆਪਣੀ ਮਾਂ ਦੇ ਚਰਨਾਂ ਨੂੰ ਸਵੇਰੇ ਨਮਸਕਾਰ ਕਰਕੇ ਮੱਥਾ ਟੇਕ ਕੇ ਘਰੋਂ ਬਾਹਰ ਨਿਕਲੇ ਮੈਂ ਗਾਰੰਟੀ ਦਿੰਦਾ ਉਹ ਜ਼ਿੰਦਗੀ ਦੀ ਉਹਦੋਂ ਕੋਈ ਦੀ ਕੋਈ ਕਿਸੇ ਗੱਲ ਦੀ ਕਮੀ ਨਹੀਂ ਰਹੀਦੀ ਕਿਉਂਕਿ ਮਾਂ ਦੀਆਂ ਦਵਾਵਾਂ ਜਦੋਂ ਤੂੰ ਜਾਣਾ ਉਹ ਜੀਉਂਦੇ ਰੋ ਆਜ਼ਦੇ ਬਾਜ਼ਦੇ ਰੋ ਕਿ ਉਹ ਇਹ ਜਿਹੜਾ ਰਿਸ਼ਤਾ ਹੈ ਨਾ ਇਹ ਤੋਂ ਵੱਡਾ ਰਿਸ਼ਤਾ ਹੀ ਕੋਈ ਨਹੀਂ ਹੈਗਾ ਜ਼ਿੰਦਗੀ ਚ ਮਿਸ ਕਰਦੇ ਹਾਂ ਕੁਝ ਜ਼ਿੰਦਗੀ ਦੇ ਵਿੱਚ ਵੇਖੋ ਜ਼ਿੰਦਗੀ ਵਕਤ ਨਾਲ ਧੁਰਦੀ ਹੈ ਤੇ ਮਿਸ ਜ਼ਰੂਰ ਬੰਦਾ ਕਰਦਾ ਹੈ ਮਾਪੇ ਨੂੰ ਯਾਦ ਆਉਂਦਾ ਬਟ ਵਿ ਟਾਈਮ ఎవਰੀਥਿੰਗ ਫੇਡਸ ਅਵੇ ਸਾਡੇ ਤੇ ਵੀ ਵਕਤ ਆਣਾ ਔਰ ਹੋਰ ਚੀਜ਼ਾਂ ਜਿਵੇਂ ਨਹੀਂ ਨਹੀਂ ਬਚਪਨ ਜਾਂ ਹੋਰ ਕਈ ਦੋਸਤ ਪੁਰਾਣੇ ਕਰਦੇ ਹਾਂ ਹਾਂ ਬਿਲਕੁਲ 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 ਇੱਕ ਸਾਡੇ ਜਿੱਦਾਂ ਯਾਰ ਸੀ ਤੋ ਸੀ ਆਪਣਾ ਸਕਾਟਲੈਂਡ ਤੋਂ ਲੰਡਨ ਤੋਂ ਸੀ ਰਾਣਾ ਢਿੱਲੂ ਉਹਨਾ ਸੀ ਬੜਾ ਦਲੇਰ ਬੰਦਾ ਕਹਿਣ ਬੰਦਾ ਔਰ ਬੜੇ ਖੁੱਲੇ ਦਿਲ ਦਾ ਬਝੈਲ ਸੀ ਤੇ ਜਦੋਂ ਅਸੀਂ ਕਈ ਵਾਰ ਕਹਣਾ ਹੈ ਕਹਿੰਦਾ ਰਾਣਾ ਸਾਡਾ ਸਕਾਟਲੈਂਡ ਤੇ ਤੇਰੇ ਨਾਲ ਹੈ ਜਦੋਂ ਤੂੰ ਨਾ ਨਾ ਰਿਆ ਅਸੀਂ ਕਿੱਥੇ ਸਕਾਟਲੈਂਡ ਆਣਾ ਤੇ ਹਰ ਸਾਲ ਸਾਡੀ ਦੋ ਵਾਰ ਤੇ ਪੱਕਾ ਹੁੰਦਾ ਸੀ ਨਾ ਵੀ ਭਾਜੀ ਤੁਸੀਂ ਆਣਾ ਹੀ ਆਣਾ ਤੇ ਫਿਰ ਉਹਨੂੰ ਚਾ ਚੜਨੇ ਹਮ ਔਰ ਉਹਦਾ ਉਹਦੇ ਕੋਲ ਲਾਰਡ ਲਾਉਜੀ ਦੀ ਸਟੇਟ ਸੀ ਖਰੀਦੀ ਹੋਈ ਉਹਨੇ ਜੀ ਤੇ ਸ਼ਿਕਾਰ ਉਹਨੇ ਉਹ ਗੋਰੇ ਰੱਖੇ ਹੁੰਦੇ ਸੀ ਗੇਮਸ ਕੀਪਰ ਤੇ ਕੋਰੀਆ ਨੇ ਕੁੱਤੇ ਲੈ ਕੇ ਤੇ ਭਜਾਣਾ ਤੇ ਤੁਹਾਨੂੰ ਉਹਨਾਂ ਸ਼ਿਕਾਰ ਖੜਾਣੇ ਹਮ ਤੇ ਇਹ ਸ਼ੌਕ ਇਹ ਇੱਕ ਚੰਗਾ ਜਾਟੀ ਕਰ ਸਕਦਾ ਔਰ ਉਹਨਾਂ ਨੂੰ ਉਹਨੂੰ ਉਹਨੂੰ ਬੜਾ ਚਾ ਚੜਨਾ ਉਹਨੇ ਫਿਰ ਹਫਤਾ ਦੱਸ ਦੇਣਾ ਛੁੱਟੀ ਪੂਰੀ ਲੈ ਕੇ ਰੱਖਣੀ ਵੀ ਮੈਂ ਭਾਰੀ ਆਏ ਨੇ ਫਿਰ ਅਹੀਂ ਸੱਤ ਸੱਤ ਅੱਠ ਅੱਠ ਮਲੇ ਸੱਤ ਸੱਤ ਬਕੀ ਵੱਡੇ ਸਾਰਿਆਂ ਨੇ ਇੱਥੋਂ ਇਕੱਠੇ ਜਾਣਾ ਕੋਈ ਵਿਆਹ ਸ਼ਾਦੀ ਹੋਣੀ ਇੰਗਲੈਂਡ ਦੇ ਵਿੱਚ ਪ੍ਰੋਗਰਾਮ ਬਣਾਉਣਾ ਵੀ ਵਿਆਹ ਤੇ ਪਹਿਲੇ ਦੋ ਦੋ ਟੈਡ ਹਫਤਾ ਹੀ ਰਾਣੇ ਕੋ ਲਾ ਕੇ ਆਣਾ ਤੇ ਉਹਦੀ ਉਹਦੇ ਉਹਦੀ ਡੈਥ ਉਹਨਾਂ ਦੀ ਹੋ ਗਈ ਕੈਂਸਰ ਨਾਲ ਬਟ ਅਫਸੋਰ ਅਜੇ ਤੱਕ ਵੀ ਆਲਵੇਸ ਫੀਲ ਵੀ ਸਾਡੀ ਅੱਜ ਇਹਦੇ ਇੰਗਲੈਂਡ ਨੂੰ ਜੀ ਨਹੀਂ ਕਰਦਾ ਤੋਂ ਇਸੇ ਕਰਕੇ ਨਹੀਂ ਕਰਦਾ ਵੀ ਰਾਣਾ ਨਹੀਂ ਰਿਆ ਇਹ ਚੀਜ਼ਾਂ ਹੁੰਦੀਆਂ ਐ ਲਾਈਫ ਦੇ ਵਿੱਚ ਪੋਲਿਟੀਕਲ ਦੋਸਤ ਕਿਹੜੇ ਨੇ ਸਾਰੇ ਨਹੀਂ ਸਾਰੇ ਤਾਂ ਨਹੀਂ ਦੋਸਤ ਹੁੰਦੇ ਨਹੀਂ ਪੋਲਿਟੀਕਲ ਦੋਸਤ ਦੇਖੋ ਇਹ ਇੱਕ ਇਹੋ ਜਿਹਾ ਫੀਲਡ ਹੈ ਜਿਹਦੇ ਵਿੱਚ ਤੁਹਾਨੂੰ ਪੱਕਾ ਦੋਸਤ ਆਪਣਾ ਬਹੁਤ ਔਖਾ ਹੈ ਹਰ ਬੰਦਾ ਆਪਣੇ ਉਸ ਚੀਜ਼ ਨਾਲ ਉਸ ਦਾਇਰੇ ਦੇ ਵਿੱਚ ਆਪਣੀ ਉਹਦੇ ਨਾਲ ਜੁੜਿਆ ਇਦਨੂੰ ਕਹਿੰਦੇ ਨੇ ਵੀ ਸੈਲਫ ਸੈਂਟਰਡ ਪਰ ਫਿਰ ਵੀ ਹੁੰਦੇ ਨੇ ਨਾ ਕਈ ক্লোਜ਼ ਹੁੰਦੇ ਨੇ ਇੱਕ ਐ ਹੁੰਦਾ ਨਾ ਤਰ ਹੁੰਦੀ ਐ ਇੱਕ ਪਾਲਾ ਹੁੰਦਾ ਵੀ ਹਾਂ ਸਾਡਾ ਪਾਲਾ ਐ ਸਾਡੇ ਗਰੁੱਪ ਦੇ ਨੇ ਗਰੁੱਪ ਤਾਂ ਹੁੰਦਾ ਹੀ ਆ ਹਾਂ ਨਹੀਂ ਨਹੀਂ ਗਰੁੱਪ ਮੇਰਾ ਸਾਰਿਆਂ ਦਾ ਪਿਆਰ ਰਿਆ ਹਮ ਚਾਹੇ ਉਹ ਕੇਵਲ ਤੇ ਲੋ ਨੂੰ ਕਾਂਗਰਸੀ ਭਾਜਪੀ ਚਾਕੇ ਚਾਹੇ ਉਹ ਕਿਕੀਟ ਲੋਜੀ ਉੱਥੇ ਰਹਿ ਗਏ ਨੇ ਜਗਾ ਪਿਆਰ ਰਿਹਾ ਹੈ ਕਿ ਹੈਰੀ ਮਾਨ ਨੇ ਸਰ ਇੱਕ ਬਹੁਤ ਸਾਰੇ ਦੋਸਤ ਹੂੰ ਤੋ ਜਗਾ ਪਿਆਰ ਰਿਹਾ ਔਰ ਮੈਨੂੰ ਇਹ ਯਕੀਨ ਇੱਕ ਹੋਣਾ ਨਾ ਖਾਸ ਦੋਸਤ ਹੁੰਦਾ ਨਾ ਵੀ ਆ ਕੈਂਟ ਕੈਂਟ ਪੱਕਾ ਪੱਕਾ ਹੈਗਾ ਕੋਈ ਰਾਜਨੀਤੀ ਚ ਲੱਗਦਾ ਕੋਈ ਅ ਸੱਚੀ ਪੁੱਛੋ ਤੇ ਅ ਇਹ ਹਰ ਬੰਦਾ ਮੈਂ ਤੈਨੂੰ ਜਿਹੜੀ ਪਹਿਲੇ ਗੱਲ ਇਹ ਸੋਚਣਾ ਪੈ ਰਿਹਾ ਹਾਂ ਹਾਂ ਸੋਚਣਾ ਪੈ ਰਿਹਾ ਸੋ ਦੈਟ ਮੀਨਸ ਹਣ ਸਾਰਿਆਂ ਨਾਲ ਮੈਂ ਤੇ ਕਦੀ ਇਹਨੂੰ ਕੋਈ ਕੋਈ ਕਿਸੇ ਇੱਕ ਲੈਵਲ ਤੇ ਮੇਰੇ ਤੇ ਸਾਰਿਆਂ ਨਾਲ ਪਿਆਰ ਹੈ ਹਾਂ ਇਹ ਤਾਂ ਮੈਂ ਵੀ ਕਹਿ ਸਕਦਾ ਹਾਂ ਤੁਸੀਂ ਮੈਨੂੰ ਕਹਦੇ ਜਰਨਲਿਜ਼ਮ ਚ ਕਿੰਨੇ ਕੁ ਦੋਸਤ ਆ ਮੈਂ ਕਹਦું ਸਾਰਿਆਂ ਨਾਲ ਹਾਂ ਪਿਆਰ ਹੈ ਬਸ ਪਿਆਰ ਹੋਰ ਕੀ ਕਹਿੰਦੇ ਪਰ ਇਹ ਪਿਆਰ ਨਹੀਂ ਹੁੰਦਾ ਨਾ ਵੀ ਹਾਂ ਜੇ ਮੈਨੂੰ ਹੁਣ ਤੁਸੀਂ ਸਪੈਸਿਫਿਕ ਕਹੋ ਵੀ ਹਾਂ ਪੱਕਾ ਦੋਸਤ ਕਹੋਣਾ ਜਰਨਲਿਜ਼ਮ ਚ ਮੈਂ 4-5 ਬੰਦਿਆਂ ਦੇ ਨਾਮ ਲੈ ਸਕਦਾ ਹਣਾ ਪੋਲਿਟਿਕਸ ਚ ਕਿਹੜਾ ਪੱਕਾ ਬੰਦਾ ਜਮਾ ਨਾਲ ਯਾਰੀ ਦੋਸਤੀ ਜਿਹਦੇ ਬਣਾ ਲਾ ਜਿਹਨਾਂ ਲਾ ਦਿੰਦਾ ਤੜਕ ਉੱਠ ਕੇ ਹਾਂ ਇਹਨੂੰ ਫੋਨ ਲਾਉਣਾ ਫਲਾਨੀ ਕੋਈ ਗੱਲ ਹੋ ਗਈ ਇਹਦੇ ਨਾਲ ਰ ਕੁਈ ਤਹੁਗਾ ਐ ਹੈਗੇ ਨੇ ਦੋਸਤ ਹਾਂ ਤੇ ਤਾਂ ਸਾਡਾ ਦੋਸਤ ਹੈਰੀ ਮਾਨ ਅਸੀਂ ਇਕੱਠੇ ਪੜੇ ਆ ਐ ਡੀਜੀਪੀ ਵਿਰਕ ਰਿਟਾਇਰ ਹੋ ਗਏ ਉਹਨਾਂ ਦਾ ਬਹੁਤ ਪਿਆਰ ਹੈ ਜਦੋਂ ਕੋਈ ਦਿਲ ਦੀ ਗੱਲ ਕਰਨੀ ਹੋਏ ਤੇ ਉਹਨਾਂ ਨਾਲ ਕਰੀਦੀ ਹੈ ਵਿਰਕ ਸਾਹਿਬ ਨਾਲ ਹਾਂ ਵਿਰਕ ਸਾਹਿਬ ਨਾਲ ਤੇ ਐ ਹੋਰ ਵੀ ਪੋਲਿਟੀਕਲ ਜਿੱਦਾਂ ਤੁਹਾਨੂੰ ਅੱਗੇ ਗੱਲ ਕਹੀ ਸੀ ਵੀ ਪੋਲਿਟਿਕਸ ਦੀ ਗੱਲ ਕਰਨੇ ਹੋਏ ਆਪਣੇ ਅਰਵਿੰਦ ਖੰਨਾ ਹੈਗਾ ਉਹਦੇ ਨਾਲ ਦਿਲ ਦਾ ਜ਼ਿਕਰ ਕਰ ਲੀਦਾ ਜੀ ਜੀ ਸੁਨੀਲ ਜਾਖੜ ਹੈ ਉਹਦੇ ਨਾਲ ਵੀ ਪਿਆਰ ਦੀ ਗੱਲ ਕਰ ਲਈਦੀ ਬਹੁਤ ਸਾਰੇ ਮੇਰੇ ਤੇ ਜ਼ਿਲ੍ਹੇ ਜਿਹੜਾ ਮਝੈਲ ਨੇ ਅਸਲ ਜਿੱਦਾਂ ਸੁਖ ਸਰਕਾਰੀਆ ਉਹਨਾਂ ਨਾਲ ਪੂਰਾ ਪਿਆਰ ਰਿਹਾ ਹੈ ਤੇ ਸਾਰੇ ਨਾਲ ਚੰਗੇ ਰਿਸ਼ਤੇ ਰਹੇ ਚਲੋ ਰਿਸ਼ਤੇ ਸਾਰੇ ਨਾਲ ਚੰਗੇ ਰਹੇ ਜੇ ਹੁਣ ਆਪਾਂ ਥੋੜੀਆਂ ਜਿਹੀਆਂ ਪੋਲਿਟੀਕਲ ਗੱਲਾਂ ਵੀ ਕਰ ਲਈਏ ਕਰ ਲੈਂਦੇ ਹਣਾ ਜਿਹੜੇ ਹਸਾਬ ਨਾਲ ਮਤਲਬ ਕਹਿੰਦੇ ਵੀ ਕਾਂਗਰਸੀ ਸਾਰੇ ਬੀਜੇਪੀ ਚ ਚਲੇ ਗਏ ਕਈ ਤਾਂ ਕਹਿੰਦੇ ਸਿਕਿਉਰਟੀਆਂ ਮਾਰੇ ਚਲੇ ਗਏ ਪੰਜਾਬ ਦੀ ਗੱਲ ਗੁੱਲ ਵੀ ਕਰਦੇ ਉੱਥੇ ਜਾ ਕੇ ਸੈਂਟਰ ਕੋਲੇ ਵੀ ਹਾਂ ਪੰਜਾਬ ਨੂੰ ਆਹ ਸਮੱਸਿਆਵਾਂ ਹੁਣ ਮੇਰੀ ਇੱਕ ਗੱਲ ਸਿਮਰਤ ਜੀ ਸਮਝੋ ਜੇ ਸਿਆਸਤ 'ਚ ਤੁਸੀਂ ਰਹਿਣਾ ਤੇ ਜੀਵਤ ਰਹਿਣਾ ਤੇ ਫੇਰ ਤੁਹਾਨੂੰ ਆਪਣੇ ਸੂਬੇ ਦੀ ਗੱਲ ਕਰਨੀ ਪਊਗਾ ਅਸੀਂ ਉੱਥੇ ਹੋਰ ਕੋਈ ਚਾਟਖਾਂ ਥੋੜਾ ਗਏ ਉੱਥੇ ਇਹੋ ਹੀ ਗਏ ਆ ਵੀ ਜਿਹੜੀ ਪੰਜਾਬ ਦੀ ਗੱਲ ਹੈ ਜਿਹੜੀ ਸ਼ਾਇਦ ਭਾਜਪਾ ਵਾਲੇ ਪਹਿਲੇ ਨਹੀਂ ਸੀ ਜ਼ਰਤ ਕਰਦੇ ਕਰਨ ਦੀ ਉਹ ਇਹੀ ਕਰਨ ਲੱਗੇ ਆ ਜਿਹੜੀ ਅਸਲੀਅਤ ਹੈ ਪੰਜਾਬ ਤੇ ਸਿੱਖਾਂ ਨੂੰ ਖਾਸ ਕਰਕੇ ਤੇ ਕਿੱਦਾਂ ਆਪਣੇ ਨਾਲ ਜੋੜਨਾ ਜਿੰਨੀ ਦੇਰ ਉਹ ਮਸਲੇ ਹੱਲੀ ਕਰਾਂਗੇ ਜਿੰਨੀ ਦੇਰ ਉਹਨਾਂ ਨੂੰ ਪਿਆਰ ਨਾਲ ਜਿੱਤਾਂਗੇ ਨਹੀਂ ਉਨੀ ਦੇਰ ਤੱਕ ਪੰਜਾਬ ਦੇ ਵਿੱਚ ਬੀਜੇਪੀ ਦੀ ਜਿੱਤ ਨਹੀਂ ਹੋਏਗੀ ਸੋ ਉਹਦੇ ਲਈ ਡੈਫੀਨਟਲੀ ਵੀ ਆਰ ਵਰਕਿੰਗ ਔਨ 1 2 ਇਸ਼ੂਜ਼ ਜਿਹਦੇ ਨਾਲ ਅਸੀਂ ਸਮਝਦੇ ਜੇ ਅਸੀਂ ਉਹ ਕੰਮ ਕਰ ਗਏ ਤੇ ਡੈਫੀਨਟਲੀ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਸਕਸੈਸਫੁਲ ਹੋ ਜੂਗੀ ਪਿਛਲੇ ਦਿਨੀ ਨਾ ਪ੍ਰਗਟ ਸਿੰਘ ਇੱਕ ਇੰਟਰਵਿਊ ਦੇ ਰਹੇ ਸੀ ਇੱਕ ਚੈਨਲ ਤੇ ਮੈਂ ਦੇਖ ਰਿਹਾ ਸੀ ਪ੍ਰਗਟ ਸਿੰਘ ਹੋਰਾਂ ਦਾ ਬਿਆਨ ਆਉਂਦਾ ਸਾਬਕਾ ਸਿੱਖਿਆ ਮੰਤਰੀ ਕਾਂਗਰਸ ਤੋਂ ਹਾਂ ਜੀ ਜੀ ਉਹ ਕੀ ਪਲੇਅਰ ਹਾਂ ਤੇ ਉਹਨਾਂ ਦਾ ਬਿਆਨ ਹੁੰਦਾ ਕਿ ਜਿਸ ਤਰੀਕੇ ਨਾਲ ਜਿਹੜਾ ਜਿਹੜਾ ਸਿਨੈਰੀਓ ਬਣਿਆ ਹੋਇਆ ਜੀਓਪੋਲਿਟਿਕਸ ਦੀ ਜੇ ਆਪਾਂ ਗੱਲ ਕਰਦੇ ਆ ਕੈਨੇਡਾ ਦੀ ਸਰਕਾਰ ਤੇ ਦੂਜੇ ਪਾਸੇ ਇੰਡੀਅਨ ਗਵਰਨਮੈਂਟ ਜੋ ਆਪਸ ਦੇ ਵਿੱਚ ਤਕਰਾਰ ਚੱਲ ਰਹੀ ਹੈ ਤਾਂ ਕਹਿੰਦੇ ਬੀਜੇਪੀ ਪਹਿਲਾਂ ਤੋਂ ਹੀ ਪੋਲਰਾਈਜੇਸ਼ਨ ਕਰਦੀ ਆਈ ਹੈ ਚਾਹੇ ਉਹ ਹਾਂ ਕਸ਼ਮੀਰ ਦੇ ਵਿੱਚ ਜੋ ਇਸ਼ੂ ਸੀਗਾ ਸਾਰਾ ਉਸ ਤੋਂ ਬਾਅਦ ਕਿਵੇਂ ਕਹਿੰਦੇ ਪੰਜਾਬ ਇੰਡੀਆ ਚ ਸਰਕਾਰ ਬਣਦੀ ਹੈ ਉਸ ਤੋਂ ਬਾਅਦ ਕਹਿੰਦੇ ਵੀ ਹੁਣ ਉਹ ਸਾਰੇ ਇਸ਼ੂਸ ਮੁਸਲਮਾਨਸ ਦੇ ਨਹੀਂ ਰਹੇ ਕਹਿੰਦੇ ਹੁਣ ਸਿੱਖਾਂ ਤੇ ਦਾ ਲੱਗ ਸਕਦਾ ਜਾਂ ਮਤਲਬ ਬਹੁਤ ਜਾਣੇ ਇਹ ਗੱਲਾਂ ਆਖ ਰਹੇ ਆ ਕਿਵੇਂ ਦੇਖਦੇ ਤੁਸੀਂ ਕਿਵੇਂ ਦੇਖਦੇ ਮਤਲਬ ਮਿਨੋਰਿਟیز ਨੂੰ ਟਾਰਗੇਟ ਕਰਦੇ ਨੇ ਇਹ 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 ਵਿਰੋਧੀ ਕਹਿੰਦੇ ਨੇ ਵਿਰੋਧੀ ਕਹਿੰਦੇ ਮਿਨੋਰਿਟیز ਨੂੰ ਟਾਰਗੇਟ ਕੀਤਾ ਜਾਂਦਾ ਨਹੀਂ ਮੈਂ ਇਸ ਗੱਲ ਨਾਲ ਮਤਫਿਕ ਨਹੀਂ ਹਾਂ ਮੈਂ ਦੇਖੋ ਗੱਲ ਇਹ ਹੈ 노 ਡਾਊਟ ਬੀ ਭਾਰਤੀ ਜਨਤਾ ਪਾਰਟੀ ਜ਼ਿਆਦਾ ਕਾਦਰ ਹਿੰਦੂਜ਼ ਨੂੰ ਹਿੰਦੂਤਾ ਦੇ ਉੱਤੇ ਉਹਨਾਂ ਦਾ ਪਾਰਟੀ ਦਾ ਆਪਣੀ ਸੋਚ ਵਜੀ ਹੈ ਜਿੱਦਾਂ ਅਕਾਲੀ ਦਲ ਦੀ ਖਾਲਸਿਆ ਨਾ ਬਜੀ ਜਾਂ ਪੰਜਾਬੀਆਂ ਨਾ ਬਜੀ ਕਿਸਾਨਾਂ ਨਾ ਬਜੀ ਇੱਕ ਸੋਚ ਨੂੰ ਕਿਹਾ ਜਾਂਦਾ ਠੀਕ ਹੈ ਇੱਕ ਸੋਚ ਇਹਨਾਂ ਦੀ ਹੋ ਸਕਦੀ ਹੈ ਪਰ ਜਿੱਥੋਂ ਤੱਕ ਇਹ ਗੱਲ ਵੀ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹੂੰ ਜੇ ਮੁਸਲਮਾਨਾਂ ਨੇ ਐਡੀ ਭੈੜੀ ਕਰਦੇ ਹੋ ਹੂੰ ਠੀਕ ਹੈ ਤੁਸੀਂ ਚਾਰ ਐਗਜ਼ਾਮਪਲ ਦੇ ਕੇ ਨਹੀਂ ਕਹਿ ਸਕਦੇ ਵੀ ਬਾਕੀ ਸਾਰੇ ਮੁਸਲਮਾਨਾਂ ਨੇ ਵੀ ਇਹ ਕਰਦੇ ਹੋਣਗੇ ਜੇ ਗੈਂਗਸਟਰ ਖਤਮ ਕੀਤੇ ਉਹ ਆਪਣਾ ਯੋਗੀ ਜੀ ਦੇ ਯੂਪੀ ਚ ਤੇ ਅੱਜ ਲੋਕ ਉਥੇ ਇਸ ਗੱਲ ਤੋਂ ਤਾਂ ਸੁੱਖ ਪਾ ਹੀ ਰਹੇ ਨੇ ਨਾ ਉਹ ਇਹ ਤਾਂ ਨਹੀਂ ਵੇਖ ਕੇ ਕੀਤੇ ਵੀ ਇਹ ਹਿੰਦੂ ਸੀ ਇਹ ਮੁਸਲਮਾਨ ਸੀ ਇਹ ਫਲਾਣਾ ਸੀ ਟਿਮਕੜਾ ਸੀ ਇਸੇ ਤਰੀਕੇ ਨਾਲ ਮੁਸਲਮਾਨਾਂ ਗੁਜਰਾਤ ਦੇ ਵਿੱਚ ਕਿੰਨਾ ਮੁਸਲਮਾਨ ਹੈ ਸਾਰੇ ਉਹਨਾਂ ਨੂੰ ਵੋਟ ਪਾਉਂਦੇ ਨੇ ਕਿਉਂ ਪਾਉਂਦੇ ਆ ਜੋ ਇੱਡੇ ਮਾੜੇ ਹੋਣਗੇ ਮੁਸਲਮਾਨਾਂ ਲਈ ਤਾਂ ਵੋਟ ਕਿਉਂ ਪਾਉਗੇ ਇਹ ਇੱਕ ਮਿਥ ਕ੍ਰੀਏਟ ਕੀਤੀ ਜਾਂਦੀ ਹੈ ਹਰ ਪੋਲਿਟਿਕਲ ਪਾਰਟੀ ਮਿਥ ਕ੍ਰੀਏਟ ਕਰਦੀ ਹੈ ਕਿ ਉਹ ਹੀ ਗੱਲਾਂ ਕਰੀ ਜਾਣਗੇ ਹੁਣ ਸਿੱਖ ਟਾਰਗੇਟ ਨਾ ਹੋ ਜਾਵੇ ਯਾਰ ਜੋ ਸਿੱਖਾਂ ਨਾਲ ਪਿਆਰ ਕੀਤਾ ਤੁਸੀਂ ਮੇਰੀ ਇੱਕ ਗੱਲ ਦਾ ਜਵਾਬ ਦਿਓ ਜੇਕਰ 84 ਦੇ ਦੰਗਿਆਂ ਦਾ ਦਿੱਲੀ ਦੇ ਵਿੱਚ ਇਨਸਾਫ ਮਿਲ ਸਕੇ ਹ ਤੇ ਉਹ ਕਿਉਂ ਮਿਲਿਆ ਕਿਉਂਕਿ ਮੋਦੀ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਨੇ ਇੰਟਰਸਟ ਲਿਆ ਏ ਮਾਨੂੰ ਜੈ ਕਾਂਗਰਸ ਕਰਕੇ ਲਿਆ ਵੀ ਕਾਂਗਰਸ ਤੇ ਲੱਗਦਾ ਸੀ ਹਮ ਅੱਜ ਦੇਕਰ ਕੋਈ ਇੱਕ ਕੈਂਪੀ ਅੰਦਰ ਸੱਜਣ ਕੋ ਸੱਜਣ ਕੁਮਾਰ ਅੰਦਰ ਰਿਹਾ ਲਾਈਫ ਇਨ ਪ੍ਰਿਜ਼ਨਮੈਂਟ ਮਿਲੀ ਹੈ ਜਾਂ ਕੋਈ ਗੱਲ ਹੋ ਰਹੀ ਤਾਂ ਹੀ ਆ ਕੇ ਹੋਈ ਇੰਨੇ ਸਾਲ ਤੋਂ ਪਹਿਲੇ ਕੇ ਇਹਨੇ ਹੱਥ ਵੀ ਨਹੀਂ ਸੀ ਲਾਇਆ ਸਿੱਖਾਂ ਦੇ ਜਿਹੜੇ ਜ਼ਖਮ ਸੀ ਇੰਨੇ ਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਯਾਰ ਸਿੱਖ ਕਤਲਿਆਂ ਮ ਹੋਇਆ ਹੋਏ ਔਰ ਉਹ ਕਤਲਿਆਂ ਵੇ ਹੋਜਿਆ ਹੋਇਆ ਵੀ ਜਿਹੜੇ ਤੁਸੀਂ ਸ਼ਾਇਦ ਪੁਰਾਣੇ ਸਮੇਂ 'ਚ ਇਦਾਂ ਨਹੀਂ ਸੀ ਜੋ ਉਹ ਜਦੋਂ ਸਾਰਾ ਕੁਝ ਹੋਇਆ ਪਰ ਉਹਨਾਂ ਚੀਜ਼ਾਂ ਦੇ ਬਟ ਜਿਸ ਤਰੀਕੇ ਨਾਲ ਜਿਵੇਂ ਵਿਰੋਧੀਆਂ ਆਉਂਦੇ ਆ ਵੀ ਹਾਂ ਮੋਹਨ ਪਾਕਪੱਦੇ ਬਿਆਨ ਆਉਂਦੇ ਆ ਹਨਾ ਆਰਐਸਐਸ ਮੁਖੀ ਦੇ ਬਿਆਨ ਆਉਂਦੇ ਆ ਵੀ ਦੇਸ਼ 'ਚ ਵਸਣ ਵਾਲਾ ਹਰ ਇੱਕ ਬੰਦਾ Hindu ਹੈ ਮਿਨੋਰਿਟੀਸ਼ਟ ਮਿਨੋਰਿਟੀ ਜਿਹੜੇ ਵਸਦੇ ਆ ਸਾਰੇ ਉਹਨਾਂ ਨੂੰ ਕਹਿਣਾ ਹੋ ਜਾਊਗਾ ਹਾਂ ਇਦਾਂ ਨਹੀਂ ਹੁੰਦਾ ਉਹ ਤਾਂ ਤੁਹਾਨੂੰ ਵੀ ਆਂਦੇ ਆ ਨਾ ਤੁਹਾਡੇ ਵਿਰੋਧੀ ਆ ਤੁਹਾਡੇ ਵਿਰੋਧੀ ਵੀ ਆਉਂਦੇ ਕਹਿੰਦੇ ਜਿਹੜੇ ਪਹਿਲਾਂ ਜਿਵੇਂ ਕੈਪਟਨ ਸਾਹਿਬ ਦੀ ਟੀਮ ਸੀਗੇ ਤੁਸੀਂ ਤਾਂ ਸਾਰੇ ਕੈਪਟਨ ਸਾਹਿਬ ਨੂੰ ਛੇਵੇਂ ਪਾਤਸ਼ਾਹ ਦਾ ਅਸ਼ੀਰਵਾਦ ਹਨਾ ਮਹਾਰਾਜ ਵਾਲੇ ਸਰਦਾਰਾਂ ਨੂੰ ਸਿੱਧੂਆਂ ਨੂੰ ਅਸ਼ੀਰਵਾਦ ਤੇ ਕਹਿੰਦੇ ਹੁਣ ਉਹੀ ਕਹਿੰਦੇ ਸਾਰੇ ਸੰਗੀ ਬਣੇ ਫਿਰਦੇ ਆ ਨਹੀਂ ਨਹੀਂ ਕੋਈ ਕਹਿੰਦੇ ਹੁਣ ਸਾਰੇ ਸੰਗ ਚ ਸ਼ਾਮਲ ਹੋਗੇ ਇਹ ਜਾ ਕੇ ਸੰਗ ਇਹ ਤੁਸੀਂ ਇੱਕ ਗੱਲ ਆਈ ਤੇ ਇਹ ਉਹ ਤੇ ਗੱਲ ਆ ਦੇਖੋ ਸਿਮਰਜੀਤ ਹਮ ਆਰਐਸਐਸ ਦਾ ਅਲੱਗ ਕੰਮ ਹੈ ਹਮ ਉਹ ਆਪਣੀ ਹਿੰਦੂਫਤਾਨ ਨੂੰ ਵਿਦਾਨ ਲਈ ਕੁਝ ਕਰਨ ਲਈ ਜਿੱਦਾਂ ਐਸਜੀਪੀਸੀ ਕਰਦੀ ਹੈ ਹੂੰ ਉਹ ਐਸਜੀਪੀਸੀ ਨਹੀਂ ਕੰਮ ਕਰਦੀ ਤੇ ਉਹਦਾ ਕਸੂਰ ਸੰਘ ਵਾਲਿਆਂ ਦਾ ਥੋੜਾ ਹੂੰ ਤੇ ਨਹੀਂ ਹੁਣ ਜਿਵੇਂ ਐਸਜੀਪੀਸੀ ਤੇ ਅਕਾਲੀ ਦਰ ਨੂੰ ਵੱਖ ਕਰਕੇ ਨਹੀਂ ਦੇਖ ਸਕਦੇ ਉਵੇਂ ਹੀ ਆਰਐਸਐਸ ਤੇ ਬੀਜੇਪੀ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦੇ ਤੁਸੀਂ ਗੱਲ ਹੀ ਸਮਝਦੇ ਹੁਣ ਅੱਗੇ ਨਾ ਤੁਸੀਂ ਟਿਕਾਣੇ ਤੇ ਹੋਰ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਜਾ ਕੇ ਕਿਸੇ ਨੂੰ ਇਹ ਕਹਿੰਦੇ ਨੇ ਵੀ ਆ ਆ ਤਰ ਮੜਾ ਤੇ ਯਾ ਇਹਨੂੰ ਕਰੋ ਤੇ ਆ ਤਰ ਮੜਾ ਹੂੰ ਕ੍ਰਿਸਚੀਅਨਸ ਨੇ ਤੇ ਕਿਸ ਤੁਸੀਂ ਵੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੂੰ ਕੇ ਇਹਨੇ ਵਾਰ ਠਾਈ ਤੇ ਬੀਜੇਪੀ ਦੇ ਕਿਉਂ ਉਹਨਾਂ ਨੇ ਕਿਹਾ ਤੁਹਾਡੇ ਏਰੀਆ ਉਹਨਾਂ ਨੇ ਕਿਹੜੀ ਕਨਵਰਜਨ ਕਰਦੇ ਤੁਹਾਡੇ ਏਰੀਆ ਜੀ ਵਾਦਾ ਕਹਿੰਦੇ ਇਹਨਾਂ ਨੂੰ ਵੋਟਾਂ ਲੈਣੀਆਂ ਸਾਰਿਆਂ ਨੇ ਨਹੀਂ ਤੁਹਾਡੇ ਏਰੀਆ ਚ ਜ਼ਿਆਦਾ ਕਨਵਰਟ ਹੋਏ ਹੈ ਨਾ ਮੈਂ ਉਹ ਹੀ ਮਾਝੇ ਚ ਜ਼ਿਆਦਾ ਹੋਏ ਐ ਐਕਟਲੀ ਮੈਂ ਤਾਂ ਉਹ ਹੀ ਗੱਲ ਕਰ ਰਿਹਾ ਕ੍ਰਿਸਚੀਅਨ ਹੈ ਆਈ ਜ਼ਰਾ ਮਾਝੇ ਚ ਇਧਰ ਆਫਟਰ ਸੌਟਾਂ ਲੈਣ ਵੀ ਤੁਸੀਂ ਜਾਣਾ ਚਾਹੇ ਕਾਲੀਦਲ ਦੇ ਵੀ ਜਾਂਦੇ ਨੇ ਉੱਥੇ ਸਾਰੇ ਜਾਂਦੇ ਆਂ ਬੇਦੀ ਗੱਲ ਨਹੀਂ ਸਮਝਦੇ ਉਹਦਾ ਫਾਇਦਾ ਕਿੰਨਾ ਹੁੰਦਾ ਤੁਸੀਂ ਹੁਣ ਗੱਲ ਨੂੰ ਆ ਰਹੇ ਹੋ ਨਾ ਹੁਣ ਹਰ ਹਰ ਧਰਮ ਕਿਉਂਕਿ ਸਾਡੇ ਮਲਟੀ ਫੇਸਟਡ ਪੋਲਿਟਿਕਸ ਹੋਰ ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਨਾਲ ਆਪਣੀ ਮਾਨਾ ਪਰੋਈ ਹੈ ਕੋਈ ਕੋਈ ਗੱਲ ਕਰਦਾ ਕੋਈ ਕੋਈ ਗੱਲ ਕਰਦਾ ਕਦੀ ਕਿਸੇ ਧਰਮ ਨੂੰ ਕਿਸੇ ਨੇ ਮਾਰਾ ਕਿ ਨਹੀਂ ਡੀ ਆਰ ਐਸ ਇਹ ਗੱਲ ਕਰਦੀ ਉਹਨੇ ਦੀ ਇਡਿਓਲੋਜੀ ਕਰੀ ਜਾਂਦੋ ਵੀ ਸਾਰੇ ਇਥੇ ਰਹਿਣ ਵਾਲੇ ਕਿਸੇ ਦੇ ਕਿਹਾ ਆਪਣੇ ਕੇਸ ਨੇ ਧਰਮ ਨਹੀਂ ਛੱਡ ਦੇਣਾ ਕੇ ਦੇ ਕਿਹਾ ਕੋਈ ਗੱਲ ਨਹੀਂ ਹੋ ਜਣੀ ਬਟ ਇੱਕ ਮੌਕਾ ਮਿਲਦਾ ਕਿਸੇ ਨੂੰ ਉਸ ਗੱਲ ਨੂੰ ਹਵਾ ਦੇ ਦਦਾ ਕਦੀ ਉਹਨਾਂ ਨੇ ਕਿਹਾ ਵੀ ਐ ਧਰਮ ਦਾ ਜੀ ਨਹੀਂ ਸਾਡਾ ਉਹ ਇਹ ਹਿੰਦੂ ਹੀ ਹੈ ਉਹ ਕਹਿੰਦੇ ਵੀ ਮਿਥੀਓਲੋਜੀ ਕਹਿੰਦੀ ਹੈ ਪੁਰਾਣੇ ਇਹ ਕਹਿੰਦੇ ਰਹੇ ਨੇ ਤੇ ਸਿੱਖ ਵੀ ਤੇ ਰਾਜਪੂਤਾਂ ਚੋਂ ਹੀ ਗਾ ਬਣੇ ਨੇ ਨਾ ਇਹਦੇ ਵਿੱਚ ਜੇ ਆਪਾਂ ਪਛਾਣ ਨੂੰ ਚੱਲਦੇ ਹੋ ਆਪਣੀ ਗੱਲ ਬਣਾਉਣ ਦੀ ਕੋਸ਼ਿਸ਼ ਕਰਦੇ ਨਾ ਮਨੂੰ ਕਿਸੇ ਤੇ ਕੋਈ ਦਬਾਅ ਨਹੀਂ ਹੈ ਇਹ ਇੱਕ ਚੀਜ਼ ਨੂੰ ਤੁਸੀਂ ਜਿੱਦਾਂ ਮਰਜ਼ੀ ਲੈਂਦੇ ਰਹੋ ਪਰ ਮੈਂ ਸਮਝਦਾ ਮੈਂ ਇੱਕ ਸਿੱਖ ਆ ਮੈਨੂੰ ਮਾਂ ਨੇ ਇੱਕ ਸਿੱਖ ਹੋਂਦ ਤੇ ਜੇ ਪੰਜਾਬ ਲਈ ਕੋਈ ਵੀ ਗੱਲ ਹੋਏ ਜੇ ਪੰਜਾਬ ਦੀ ਪਹਿਲੇ ਨਾਂ ਮੰਨੀ ਜਾਊ ਤੇ ਮੈਂ ਸਮਝਾਂਗਾ ਮੈਂ ਇੱਕ ਫੇਲੀਅਰ ਆ ਕਿਸੇ ਪਾਰਟੀ ਦੇ ਵਿੱਚ ਵੀ ਜੇ ਗੱਲ ਕਰਦੇ ਹਾਂ ਉੱਥੇ ਪੰਜਾਬ ਦੀ ਪੰਜਾਬ ਦੇ ਮੁੱਦੇ ਨੇ ਜਿਵੇਂ ਹੁਣ ਕੱਲ ਵੀ ਜੇ ਆਪਾਂ ਗੱਲ ਕੀਤੀ ਜਾਵੇ ਅਮਨ ਸ਼ਾ ਪੰਜਾਬ ਆਏ ਸੀਗੇ ਗੱਲ ਹਨਾ ਤੇ ਸਾਰੇ ਸੂਬਿਆਂ ਦੇ ਚੀਫ ਮਿਨਿਸਟਰ ਉੱਥੇ ਬੈਠੇ ਸੀਗੇ ਤੇ ਸੀਰ ਮਾਨਵੀ ਕਹਿੰਦੇ ਅਸੀਂ ਚੰਡੀਗੜ੍ਹ ਦੀ ਗੱਲ ਕੀਤੀ ਜਾਂ ਹਨਾ ਬੀਬੀਐਮਬੀ ਦੀ ਗੱਲ ਹੋਈ ਉੱਥੇ ਹਨਾ ਹੁਣ ਚੇਅਰਮੈਨ ਫੇਰ ਜਿਹੜਾ ਪੰਜਾਬ ਦਾ ਨਹੀਂ ਲੱਗਿਆ ਗਿਆ ਤੁਹਾਡੇ ਸਾਹਮਣੇ ਕੱਲ ਇਹੋ ਜਿਹੀਆਂ ਗੱਲਾਂ ਰੱਖਦੇ ਹੂੰ ਕਿ ਕੱਲੀਆਂ ਮਤਲਬ ਜਿਹੜੇ ਬੀਜੇਪੀ ਲੀਡਰਸ ਨੇ ਵੀ ਜਿਹੜੇ ਹੁਣ ਕਾਂਗਰਸ ਤੋਂ ਸ਼ਿਫਟ ਹੋ ਗਏ ਚਾਹੇ Y+ ਲਈ ਫਿਰਦੇ ਆ ਚਾਹੇ Z+ ਲਈ ਫਿਰਦੇ ਆ ਇੱਕ ਮੇਰੀ ਗੱਲ ਵੀ ਇੱਥੋਂ ਤੱਕ ਕਿਸਮਤ ਨੇ 100% ਦੀ ਹੂੰ ਇਹ ਗੱਲਾਂ ਹੁੰਦੀਆਂ ਨੇ ਇਹ ਗੱਲ ਉਹਨਾਂ ਨੂੰ ਸਮਝਾਈ ਜਾਂਦੀ ਵੀ ਪੰਜਾਬ ਨਾਲ ਪੰਗੇ ਨਾ ਲਿਓ ਹੂੰ ਅਗਲ ਮੱਕੀ ਤੁਸੀਂ ਵੇਖਿਆ ਹੀ ਇਹ ਹਟਦੇ ਨਹੀਂ ਜੇ ਟਾਲਦੇ ਨਹੀਂ ਹੂੰ ਲਾਈਟ ਮੱਥੇ ਲੱਗਦੀ ਐ ਐਦਾਂ ਹੀ ਕਹੀਦਾ ਇਹ ਨਹੀਂ ਐ ਵੀ ਉੱਥੇ ਜਾ ਕੇ ਗੁੱਗੇ ਹੋ ਕੇ ਬਹਿ ਜਾਓ ਠੀਕ ਐ ਜੇ ਸਾਡੀ ਕਿਸਮਤ 'ਚ ਕੋਈ ਦੇ ਅਸੀਂ ਕੱਲ ਸੱਚੀ ਕਰਾਂਗੇ ਹੀ ਨਹੀਂ ਹੂੰ ਜੇ ਗੱਲ ਦੱਸਾਂਗੇ ਨਹੀਂ ਉਹਨਾਂ ਨੂੰ ਸੁਪਨਾ ਆ ਜਾਣਾ ਚਲੋ ਮੰਨ ਲਿਆ ਪਤਾ ਹੀ ਐ ਫਿਰ ਅਗਲੇ ਦੇ ਅੱਖਾਂ ਦੇ ਖੁੱਲਣਗੇ ਵੀ ਸਾਡੇ ਬੰਦੇ ਵਿੱਚ ਬੈਠੇ ਗੱਲਾਂ ਕਰਦੇ ਨੇ ਹੁਣ ਕਰਨੀ ਪੈਣੀ ਹੂੰ ਇਹ ਮੰਨ ਲੀਏ ਮੈਨੂੰ ਯਕੀਨ ਮੈਂ ਔਰ ਸੁਨੀਲ ਜਾਕਰ और वे लीडर साहबान तीन साई बार गल होते ना पगल लो ना इस तरीके की हो ना किसी की सोच उधर जाए और जड़ी चीज़ हर पोलिटिकल पार्टी ने लैटे से हम जो भगवंत मान चीफ मिनिस्टर ने माली उनको को ही गोट ए चांस ਉਹੀ ਕਿ ਧਰਨਾ ਦੇ ਕੇ ਬਹਿ ਜੇ ਵੀ ਨਾ ਮੈਂ ਛੱਡੀ ਜੀ ਮੈਨੂੰ ਪਹਿਲੇ ਚੰਡੀਗੜ੍ਹ ਲੈਣਾ ਜਿਆ ਕਰ ਉਹ ਯਾਰ ਐਵੇਂ ਗੱਲ ਕਰ ਛੱਡੀ ਸਤਲੁਜ ਸੋਕਿਆ ਜੀ ਪਾਣੀ ਕਿੱਥੋਂ ਦਈਏ ਇਹ ਉਹਦੀ ਦੇਖੋ ਆਈਡੀਆ ਇਜ਼ ਕੋਈ ਐਸਐਲ ਕਿਨੂੰ ਨਹੀਂ ਪਤਾ ਵੀ ਬਣੇਗੀ ਤੇ ਤੇ ਬੜਾ ਕੁਝ ਹੋਣਾ ਨਹੀਂ ਕਦੀ ਕਰਨਗੇ ਪੰਗਾ ਇਹ ਜਦ ਤਾਈ ਉਹਨੇ ਕਹਿ ਰਾਲ ਮਿਲ ਕੇ ਕਰ ਲੋ ਸਮਝ ਨਹੀਂ ਸਾਰੀ ਸਰਕਾਰਾਂ ਸਮਝਦੀਆਂ ਨੇ ਇਦਾਂ ਹੀ ਜੇ ਕੋਈ ਇਸ਼ੂ ਹੈ ਜੇ ਚੰਡੀਗੜ੍ਹ ਵਾਕੇ ਹੀ ਲੈਣਾ ਹੈ ਤੇ ਫੇਰ ਇਹ ਕਹਿ ਦੋ ਨਾ ਵੀ ਮੈਂ ਛੱਡੀ ਆ ਨਾ ਚੀਫ ਮਿਨਿਸਟਰਸ਼ਿਪ ਹੂੰ ਲੈਣਾ ਚੰਡੀਗੜ੍ਹ ਦਿਓ ਸਾਨੂੰ ਤੁਸੀਂ ਬੈਠੀ ਹੋ ਆਪ ਤੂੰ ਵੇਖ ਰਹੇ ਹੋਣਗੇ ਸਾਰੇ ਵੇਖ ਰਹੇ ਤੁਸੀਂ ਕਹਿ ਦੋ ਚੰਡੀਗੜ੍ਹ ਪੰਜਾਬ ਦਾ ਸੀ ਲੈਣਾ ਤੇ ਅਸੀਂ ਤੇ ਕਹਿੰਦੇ ਕਰ ਨਹੀਂ ਉੱਥੇ ਜਾ ਕੇ ਦੇ ਦੇਣ ਦੇਖੋ ਅਸੀਂ ਉਦੋਂ ਲਵਾਵਾਂਗੇ ਜਦੋਂ ਉਦੋਂ ਲਵਾਵਾਂਗੇ ਸਾਨੂੰ ਸਾਨੂੰ ਸਾਡੀ ਸਰਕਾਰ ਆਏ ਤੇ ਤੁਸੀਂ ਪਹਿਲਾਂ ਹੀ ਦੇ ਦਿਓ ਮੇਰੀ ਗੱਲ ਦੇ ਦਿਓ ਨਾਲ ਆਪਾਂ ਸਰਕਾਰ ਬਣਾ ਲਾਂਗੇ ਜਦੋਂ ਤੁਹਾਨੂੰ ਲੋਕ ਚੁਣ ਕੇ ਭੇਜਦੇ ਨੇ ਇਹ ਚੁਣੇ ਭੇਜੇ ਨੇ ਨਾ ਇਹਨਾਂ ਨੂੰ ਕਰਨ ਤੇ ਦਿਓ ਕੀ ਕਰਦੇ ਨੇ ਪੰਜਾਬ ਲਈ ਕੀ ਕਰਦੇ ਕਹਾਂਗੇ ਜਦੋਂ ਆਏਗਾ ਅਸੀਂ ਤੇ ਪਹਿਲੇ ਮਨ ਬਣਾਇਆ ਤੁਹਾਨੂੰ ਉਹ ਕਰਕੇ ਵਿਖਾਵਾਂਗੇ ਜਿਹੜਾ ਕੇ ਨਹੀਂ ਕਰ ਨਹੀਂ ਸਕਦੇ ਇਹ ਹੁੰਦਾ ਨਾ ਵੀ ਵਿਚਾਰਿਆਂ ਨੂੰ ਲੋਕਾਂ ਨੂੰ ਖਾਬ ਵਿਖਾਈ ਜਾਂਦੇ ਆ ਵੀ ਸਾਡੀ ਸਰਕਾਰ ਬਣਾ ਦਿਓ ਐ ਐ ਕਰਦੇ ਆਂਗੇ ਜਿਵੇਂ ਇਹਨਾਂ ਨੇ ਵਿਖਾਤੇ ਜਿਵੇਂ ਪਹਿਲਿਆਂ ਨੇ ਵਿਖਾਤੇ ਓਵੇਂ ਤੁਸੀਂ ਵਿਖਾ ਇਹਦੀ ਗੱਲ ਇਹਦੀ ਗੱਲ ਜਿਵੇਂ ਜਿਵੇਂ ਆ ਬੰਦੇ ਦੀ ਆਪਣੀ ਕ੍ਰੈਡੀਬਿਲਟੀ ਹੁੰਦੀ ਹੈ ਪੋਜ ਕਰੋ ਪੋਜ ਕਰੋ ਬਾਜਵਾ ਸਾਹਿਬ ਜਿਵੇਂ ਹੁਣ ਹੁਣ ਸਰਕਾਰ ਆ ਸੈਂਟਰ 'ਚ ਸਰਕਾਰ ਆ ਹੁਣ ਥੋੜਾ ਸਮਾਂ ਹੀ ਰਹਿ ਗਿਆ 24 ਤੋਂ ਬਾਅਦ 24 ਵੀ ਨਹੀਂ ਚਲੋ ਉਹ ਤਾਂ ਦਾਵਾ ਦਾਵਾ ਇੰਡੀਆ ਵੀ ਕਰ ਰਿਹਾ ਹੈ ਦਾਵੇ ਤਾਂ ਸਭ ਨੇ ਕਰਨੇ ਆ ਤੇ ਹੁਣ ਹੁਣ ਸਰਕਾਰ ਸੁਪਨੇ ਲੈਂਚ ਕੋਈ ਹਾਇਰ ਨਹੀਂ ਸੁਪਨੇ ਲੈਂਚ ਕੋਈ ਹਾਇਰ ਨਹੀਂ ਹਨਾ ਸੋ ਸਰਕਾਰ ਆ ਹੁਣ ਹੁਣ ਚੰਡੀਗੜ੍ਹ ਦਿੱਤਾ ਜਾ ਸਕਦਾ ਹੁਣ ਕਹਿ ਦਿਓ ਵੀ ਅਸੀਂ ਹੁਣ ਚੰਡੀਗੜ੍ਹ ਦਿੰਨੇ ਆ ਤੇ ਕੀ ਪਤਾ ਲੋਕ ਇਸ ਗੱਲ 'ਚ ਉਹ ਵੀ ਹੋ ਜਾਣ ਵੀ ਭਾਈ ਵੀ ਇਹਨਾਂ ਨੇ ਦੇਤਾ ਇਹਨਾਂ ਇਹਨਾਂ ਨੂੰ ਹੀ ਚੁਣ ਲੈਣੇ ਆ ਕੀਤਾ ਜਾ ਸਕਦਾ ਇਹਨਾਂ ਮੁੱਦਿਆਂ 'ਤੇ ਹੀ ਅਗਲੀ ਇਲੈਕਸ਼ਨ ਲੜੀ ਆਰਡੀਐਫ ਹੀ ਮੰਗ ਲਓ ਹੈ ਆਰਡੀਐਫ ਹੀ ਮੰਗ ਲਓ ਆਰਡੀਐ ਰੂਰਲ ਡਿਵੈਲਪਮੈਂਟ ਫੰਡ ਪੰਜਾਬ ਦਾ ਉਹ ਤੇ ਆਣਾ ਹੀ ਹੈ ਨਾ ਦੇ ਨਹੀਂ ਨਾ ਰਹੇ ਉਹ ਕਿਉਂ ਨਹੀਂ ਦੇ ਰਹੇ ਇਹਦੀ ਕਦੀ ਪੁੱਛੋ ਪੁੱਛਿਆ ਜੀ ਕਿਸੇ ਨੂੰ ਜਦੋਂ ਤੁਸੀਂ ਪੁਰਾਣਾ ਤੁਹਾਡੇ ਕੋਲ ਫੰਡ ਆਉਂਦਾ ਹੈ ਹੂੰ ਤੁਹਾਡੇ ਕੋਲ ਰੂਰਲ ਡਿਵੈਲਪਮੈਂਟ ਦਾ ਫੰਡ ਹੈ ਸਰਕਾਰ ਨੇ ਦਿੱਤਾ ਸੈਕਟਰ ਨੇ ਠੀਕ ਹੈ ਜੀ ਤੁਸੀਂ ਉਹਦੀ ਯੂਟਿਲਾਈਜੇਸ਼ਨ ਸਰਟੀਫਿਕੇਟ ਦੇਣਾ ਹੁੰਦਾ ਹੈ ਵੀ ਜੀ ਆਹ ਫੰਡ ਹੈ ਤੁਸੀਂ ਐਸੀ ਈਜ਼ਲੀ ਭੇਜੇ ਸੀ ਇਹ ਫੰਡ ਅਸੀਂ ਲਾ ਕੇ ਕਰਤੇ ਆ ਸਾਡਾ ਯੂਟਿਲਾਈਜੇਸ਼ਨ ਸਰਟੀਫਿਕੇਟ ਜੀ ਜੀ ਉਹ ਦੇ ਨਹੀਂ ਰਿਹਾ ਹੂੰ ਕਿਉਂ ਨਹੀਂ ਦੇ ਰਹੇ ਉਹਨਾਂ ਨੂੰ ਪਤਾ ਵੀ ਇਹ ਪੁੱਠੀ ਚਾਬੀ ਜਿਹਾ ਹੀ ਗਲਤ ਦਿੱਤਾ ਤਾਂ ਵੀ ਗਲਤ ਆ ਹੂੰ ਸੋ ਉਹਦੇ ਕਰਕੇ ਜਿਹੜੇ ਇਹ ਫੰਡਸ ਨੇ ਇਹ ਜਿਹੜੇ ਰੋਕੇ ਕਿਉਂਕਿ ਡਿਵਰਜਨ ਆਫ ਮਨੀ ਹੋਈ ਹੈ ਹੂੰ ਪਹਿਲੇ ਉਹ ਤੁਸੀਂ ਇੱਕ ਮੋਟੀ ਦੀ ਗੱਲ ਸਮਝ ਲਓ ਸੈਂਟਰ ਨੇ ਪਾਣੀ ਦੇ ਇਹ ਹੜਾ ਦਾ 218 ਕਰੋੜ ਰੁਪਏ ਭੇਜਿਆ ਜੀ ਠੀਕ ਹੈ ਭੇਜਿਆ ਨਾ ਜੀ ਉਹ ਪੈਸੇ ਅਜੇ ਤੱਕ ਇਹਨਾਂ ਵੱਡੇ ਹੀ ਨਹੀਂ ਹੂੰ ਕਿਉਂ ਨਹੀਂ ਵੱਡੇ ਕਿਉਂਕਿ ਉਹ ਪੈਸੇ ਕਿਤੇ ਹੋਰ ਲਾਣਗੇ ਹੂੰ ਕਿਸੇ ਜੱਟ ਨੂੰ ਗਰੀਬ ਨੂੰ ਤਾਂ ਮੇਰੇ ਖਿਆਲ ਹੈ ਟੋਟਲ 100 ਕੁਝ ਕਰੋੜ ਰੁਪਈਆ ਇਹਨਾਂ ਨੇ ਵੰਡਿਆ ਕਿਸੇ ਚੀਜ਼ ਬਾਕੀ ਪੈਣ ਹੈ ਸੂਬੇ ਨੇ ਦੇ ਕੋਈ ਨਹੀਂ ਦਿੱਤਾ ਮੈਚਿੰਗ ਤੇ ਜੇ ਉਹ ਕੱਲ ਨੂੰ ਤੁਸੀਂ ਪੈਸੇ ਕਿਤੇ ਹੋਰ ਲਾ ਦੋਗੇ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਦੇ ਲਾ ਲੋਗੇ ਤੁਸੀਂ ਉਦਯਪੁਰ ਵਿਆਹ ਜਾਣਾ ਹੈਲੀਕਾਪਟਰ 'ਚ ਤੇਲ ਪਵਾ ਲੋਗੇ ਹੂੰ ਤੇ ਫਿਰ ਸੈਂਟਰ ਨੇ ਫਿਰ ਉਹਦਾ ਬ੍ਰੇਕ ਮਾਰਨੀ ਹੈ ਨਾ ਯਾਰ ਇਹ ਤਾਂ ਪੈਸੇ ਹੀ ਗਲਤ ਲਾਈ ਜਾਂਦੇ ਨੇ ਜਿਹੜੀ ਚੀਜ਼ ਜਿਹਨੂੰ ਦੇਣੀ ਉਹਨੂੰ ਦੇ ਹੀ ਨਹੀਂ ਰਿਹਾ ਹੂੰ ਦਿਸ ਇਜ਼ ਅ ਰੀਜ਼ਨ ਕੋਈ ਸਰਕਾਰਾਂ ਕਿਸੇ ਵੀ ਮਤਰੀਆ ਮੰਨ ਲਈ ਤੁਹਾਡੀ ਗੱਲ ਕਿ ਇਹ ਨਹੀਂ ਹੈਗੀ ਉਹਨਾਂ ਨੂੰ ਇਹ ਆ ਵੀ ਥੋੜਾ ਜਿਹਾ ਇਹਨਾਂ ਪਰ ਜੇਕਰ ਸਰਕਾਰ ਚੰਗੀ ਹੋਏ ਇਹ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਕਾਂਗਰਸ ਦੇ ਉਹਨਾਂ ਨੇ ਰਾਜ ਕੀਤਾ ਕਦੀ ਕਿਉਂ ਨਹੀਂ ਇਹੋ ਜਿਹਾ ਟਾਈਮ 1400 ਕਰੋੜ ਰੁਪਏ ਉਹਨਾਂ ਦੇ ਸਮੇਂ ਵੇਲੇ ਰੁਕਿਆ ਸੀਗਾ ਲਾਸਟ ਟਰਮ ਦੇ ਵਿੱਚ ਨਹੀਂ ਜਿਵੇਂ ਲਾਸਟ ਟਰਮ ਦੇ ਵਿੱਚ ਜਦੋਂ 21 ਤੋਂ 22 ਤੋਂ 22 ਦੌਰਾਨ ਕਈ ਵਾਰ ਇਹੋ ਜਿਹੀਆਂ ਸਿਚੁਏਸ਼ਨਸ ਆਈਆਂ ਪਰ ਉਹ ਕੰਮ ਕਰਕੇ ਦੇ ਦਿੰਦੇ ਨੇ ਉਸੇ ਵੇਲੇ ਨਾਲ ਪੈਸੇ ਮਿਲਦੇ ਨੇ ਸਿਰਫ ਇੱਕੋ ਗੱਲ ਸੈਂਟਰ ਦੀ ਸਰਕਾਰ ਕਹਿੰਦੀ ਹੈ ਵੀ ਪੈਸੇ ਲਾਓ ਤੜਾਕ ਹੈ ਪਰ ਪੈਸੇ ਲਾਓ ਜਿੱਥੇ ਜਿਹੜੇ ਕੰਮ ਨਹੀਂ ਦਿੱਤੇ ਜਾਂਦੇ ਹੁਣ ਤੁਸੀਂ ਲਾਓ ਨਾ ਹੋਣ ਇਹ ਗੱਲ ਦੇਦਾ ਤੁਹਾਡਾ ਆਯੂਸ਼ਮਾਨ ਭਾਰਤ ਦਾ ਹੈ तकरीबन 500 ਕਿੰਨੇ ਕਰੋੜ ਰੁਪਇਆ ਤੁਹਾਨੂੰ ਸਾਲ ਚ ਦਿੰਦੀ ਹੈ ਸੈਂਟਰ ਠੀਕ ਹੈ ਤੁਸੀਂ ਨਾ ਤਾਂ ਉੱਥੇ ਸਰਕਾਰ ਦੀ ਨਾ મોદી ਦੀ ਨਾ ਕਹੇ ਦੀ ਨਾ ਸੈਂਟਰ ਤੇ ਕੋਈ ਵੀ ਨਹੀਂ ਲਾਂਦੇ ਤੇ ਕੂਚੀ ਫੇਰ ਕੇ ਉਹਨੂੰ ਵਕਰੀ ਜੀ ਤੇ ਇਕੱਲੇ ਭਗਵੰਤ ਮਾਨ ਦੀ ਫੋਟੋ ਲਾ ਦਿੰਦੇ ਹੋ ਚਲੋ ਸ਼ਹੀਦ ਭਗਤ ਸਿੰਘ ਦੀ ਲਾ ਦੋ ਹਾਂ ਅਬੇਦਕਰ ਸਾਹਿਬ ਦੀ ਲਾ ਦੋ ਉਹ ਨਹੀਂ ਲਾਣੀ ਉਹ ਜਿਹੜੀਆਂ ਡਿਸਪੈਂਸਰੀਆਂ ਨੇ ਪਿੰਡਾਂ ਦੇ ਵਿੱਚ ਆਲਰੇਡੀ ਸਾਡੀਆਂ 1 ਆਫ ਦਾ ਬੈਸਟ ਡਿਸਪੈਂਸਰੀਜ਼ ਨੇ ਪੰਜਾਬ ਦੀਆਂ ਚੱਲਦੀਆਂ ਨੇ ਉਹਨਾਂ ਦੇ ਬ੍ਰੇਕ ਮਾਰਤੀ ਖੋਲਤੇ ਆ ਜਿਹੜੇ ਭੱਲਾ ਕਲੀਨਿਕ ਭੱਲਾ ਕਲੀਨਿਕ ਉਹ ਸੇਵਾ ਜਿਹੜੇ ਸੈਂਟਰ ਸੀਗੇ ਉਹ ਨੀਲੇ ਰੰਗ ਨੀਲਾ ਗੇ ਰੰਗ ਸੀ ਜਦੋਂ ਅਕਾਲੀ ਸਰਕਾਰ ਮਿਲੇ ਸੀ ਨੀਲਾ ਤੇ ਚਿੱਟਾ ਇਹਨਾਂ ਨੇ ਉਹ ਆਪਣਾ ਵਿੱਚੋਂ ਘਟਾ ਦਿਆ ਫੇਰ ਕੇ ਤੇ ਉਹ ਮੇਰਾ ਮਤਲਬ ਵੀ ਇਹਨਾਂ ਚੀਜ਼ਾਂ ਦਾ ਨੁਕਸਾਨ ਕਿਤਾ ਹੈ ਹੂੰ ਸੂਬੇ ਦਾ ਜੀ ਇਹਦੀ ਫੋਟੋ ਜੇ ਭਗਵੰਤ ਸਿੰਘ ਦੀ ਨਾ ਹੀ ਲੱਗਦੀ ਉੱਥੇ ਤੇ ਕਿਹੜੀ ਆਖਰ ਆ ਗਈ ਸੀ ਹੋਰ ਲੋਕੀ ਕੇਵਲੇ ਚੰਗੇ ਲੱਗਦੀ ਸੀ ਫੋਟੋ ਵੇਖਣੀ ਹੋਣ ਤੇ ਉਹ ਜਦੋਂ ਤੁਸੀਂ ਬਹੁਤੀਆਂ ਲਾ ਦੋਗੇ ਨਾ ਉਹਨੂੰ ਵੀ ਲੋਕੀ برداشت ਨਹੀਂ ਕਰਦੇ ਬਿਲਕੁਲ ਬਾਜਵਾ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਤੁਸੀਂ ਟਾਈਮ ਦਿੱਤਾ ਬਸ ਹਾਂ ਆਏ ਜਰੂਰ ਆ ਵੀ ਲੋਕ ਐਕਸਪੈਕਟ ਕਰਦੇ ਆ ਤੁਹਾਡੇ ਤੋਂ ਆਵਾਜ਼ ਬੁ ਚੱਕਿਆ ਕਰੋ ਸੈਂਟਰ 'ਚ ਜਾ ਕੇ ਹੁਣ ਤੁਸੀਂ ਸੈਂਟਰ ਦੇ ਆਗੂ ਤੁਸੀਂ ਵੀ ਮਦਦ ਕਰੋ ਸੈਂਟਰ ਦੇ ਬੰਦੇ ਹਾਂ ਤੁਸੀਂ ਸੈਂਟਰ ਦੇ ਪੂਰੀ ਆਵਾਜ਼ ਚੱਕਾਂਗੇ ਗਰਜਾਂਗੇ ਮੇਰੀ ਆਵਾਜ਼ ਦੀ ਚੱਕਾਂਗੇ ਗਰਜਾਂਗੇ ਦੇਖੋ ਜੇ 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 ਕੋਈ ਕਰਕੇ ਵਿਖਾਵਾਂਗੇ ਤੇ ਲੋਕ ਤਾਂ ਹੀ ਤੜਨਾ ਚੱਲਣਗੇ ਹਾਂ ਦੇਦੀਆਂ ਗੱਲਾਂ ਕਰਕੇ ਤੇ ਉਹ ਤੇ ਰਿਜ਼ਲਟ ਕੁਝ ਨਾ ਹੋਏ ਉਹ ਇਦਾਂ ਨਹੀਂ ਨਾ ਗੱਲ ਚੱਲਦਾ ਸੋ ਵੀ ਵਿਲ ਟ੍ਰਾਈ ਏ ਲੈਵਲ ਬੈਸਟ ਔਰ ਸਰਕਾਰ ਸੈ ਸੂਬੇ ਦੇ ਸੈਂਟਰ ਦੇ ਵਿੱਚ ਇਸ ਗੱਲ ਤੇ ਮੰਨਦੀ ਵੀ ਹੈ ਔਰ ਉਹ ਸਮਝ ਦੇਖੋ ਦੇਖੋ ਤੁਹਾਡੇ ਵਾਲੀ ਗੱਲ ਹੀ ਮੰਨ ਲਈਏ ਉਹ ਸਿੱਖਾਂ ਨਾਲ ਬਹੁਤ ਪਿਆਰ ਕਰਦੀ ਹੈ ਔਰ ਮਨੋਰਟੀਜ਼ ਨੂੰ ਦੇ ਨਾਤੇ ਵੀ ਉਹ ਚਾਹਦੇ ਨੇ ਵੀ ਇਹ ਸਾਡੇ ਨਾਲ ਚੱਲਣ ਸਭ ਕੁਝ ਲੋਕਾਂ ਦੇ ਵਿੱਚ ਇਹ ਨਾ ਇਮਪ੍ਰੈਸ਼ਨ ਆਏ ਵੀ ਇਹ ਹਿੰਦੂਫਤਾ ਪਾਰਟੀ ਹੈ ਤੇ ਮਨੋਰਟੀਜ਼ ਨੂੰ ਕਿਤੇ ਨਾ ਕਿਤੇ ਸੈਟਬੈਕ ਇਹ ਬਿਲਕੁਲ ਗੱਲ ਹੈ ਨਹੀਂ ਇਹ ਅਸਲੀਅਤ ਹੈ ਪਰ ਇੱਕ ਪਰਸੈਪਸ਼ਨ ਬਣਾਈ ਜਾਂਦੀ ਹੈ ਸੋ ਉਮੀਦ ਕਰਦੇ ਹਾਂ ਵੀ ਅਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕੀ। ਹੂੰ। ਮੁਰਤਾ ਨਹੀਂ ਹੋਈ ਤੁਸੀਂ? ਨਾ ਨਾ ਬੜਾ ਬੜਾ ਹੋ ਗਿਆ। ਕੋਈ ਗੱਲ ਰਹਿ ਗਈ ਉਹਦੀ ਕੋਈ ਉਂ ਹੋਰ ਕੋਈ ਕਹਿਣ ਵਾਲੀ। ਉਹ ਅਗਲੀ ਵਾਰ ਸਹੀ। ਹੂੰ। ਅਗਲੀ ਵਾਰ ਲਈ ਛੱਡਦੇ ਨੇ ਹੁਣ ਕਿ ਕਈ ਕਿਸੇ ਹੋਰ ਬੜੇ ਨੇ। ਹੂੰ। ਕਈ ਤੇ 2 ਘੰਟੇ ਲੱਗਦੇ। ਹੂੰ। ਸ਼ੁਕਰੀਆ ਬਾਜਵਾ ਸਾਹਿਬ। ਥੈਂਕ ਯੂ ਬਹੁਤ ਬਹੁਤ ਧੰਨਵਾਦ। ਵਧੀਆ ਲੱਗਿਆ ਤੁਹਾਨੂੰ। ਬਹੁਤ ਵਧੀਆ। ਬਹੁਤ ਵਧੀਆ। ਇਟਸ ਅ ਨਿਊ ਥਿੰਗ। ਹਾਂ। ਦੇਖੋ ਪੋਲਿਟੀਕਲ ਗੱਲਾਂ ਕਰਕੇ ਬੰਦਾ ਪੁੱਠੀਆਂ ਸਿੱਧੀਆਂ ਘਮਾਕੀ ਮੂਕੇ ਕਰਦਾ ਹੈ। ਇਹਦੇ ਵਿੱਚ ਵੀ ਖੁੱਲੀਆਂ ਗੱਲਾਂ ਕੀਤੀਆਂ। ਹੂੰ। ਕਿਹਨੂੰ ਚੰਗੀਆਂ ਲੱਗਣ ਤੇ ਬਹੁਤ ਅੱਛੀ ਗੱਲ ਹੈ ਕਈਆਂ ਦਾ ਕੈਰੈਕਟਰ ਉਹ ਚ ਦਰਸਾਉਂਦਾ ਕਈਆਂ ਦੀ ਇਹਨਾਂ ਚੀਜ਼ਾਂ ਨਾਲ ਤੁਸੀਂ ਵੇਖਦੇ ਵੀ ਬੰਦੇ ਦੇ ਹੋਰ ਕੀ ਸ਼ੌਕ ਨੇ ਹੂੰ ਸੋ ਸ਼ੁਕਰੀਆ ਬਾਜਵਾ ਥੈਂਕ ਯੂ ਸੋ ਬਾਜਵਾ ਜੀ ਤਾਂ ਅਸੀਂ ਕੇ ਫਤੇ ਜੰਗ ਸਿੰਘ ਬਾਜਵਾ ਫਤੇ ਜੰਗ ਸਿੰਘ ਬਾਜਵਾ ਹੋਰਾਂ ਨੇ ਆਪਣੇ ਕਾਲਜ ਟਾਈਮ ਦੀਆਂ ਗੱਲਾਂ ਕੀਤੀਆਂ ਨੇ ਕੈਪਟਨ ਸਾਹਿਬ ਨਾਲ ਦੋਸਤੀ ਦੇ ਕਿੱਸੇ ਸਾਂਝੇ ਕੀਤੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿਵੇਂ ਕਹ ਰਹੇ ਨੇ ਪਿਆਰ ਪਹਿਲਾਂ ਵੀ ਸੀ ਹੁਣ ਵੀ ਆ ਤੇ ਰਹੂਗਾ ਵੀ ਹਾਲਾਂਕਿ ਨਣੇ ਵੀ ਕਿਹਾਗਾ ਕਿ ਉਹਨਾਂ ਦੇ ਖਿਲਾਫ ਜੇ ਪਾਰਟੀ ਨਹੀਂ ਉਤਾਰਤਾ ਤਾਂ ਉਹਨਾਂ ਦੇ ਖਿਲਾਫ ਜਾ ਕੇ ਵੀ ਲੜੂਗਾ ਇਹ ਗੱਲਾਂ ਜਿਹੜੀਆਂ ਬਾਜਵਾ ਸਾਹਿਬ ਹੋਰਾਂ ਦੇ ਨਾਲ ਕੀਤੀਆਂ ਨੇ ਤੇ ਕਹਿ ਰਹੇ ਨੇ ਕਿ ਸੈਂਟਰ ਦੇ ਕੋਲ ਜਾ ਕੇ ਅਸੀਂ ਪੰਜਾਬ ਦੀ ਗੱਲ ਰੱਖਦੇ ਹਾਂ ਕਿਉਂਕਿ ਅਸੀਂ ਪਹਿਲਾਂ ਪੰਜਾਬੀ ਆ ਤੇ ਕਹਿ ਰਹੇ ਨੇ ਜੇ ਪੰਜਾਬ ਦੀ ਗੱਲ ਨਹੀਂ ਕਰਾਂਗੇ ਤਾਂ ਫਿਰ ਅਸੀਂ ਗਏ ਉੱਥੇ ਕਾਦੇ ਲਈ ਆ ਤੇ ਦੂਜੀ ਗੱਲ ਜਿਸ ਤਰੀਕੇ ਦੇ ਨਾਲ ਇਹ ਆਖ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਜੇ ਪਾਰਟੀ ਬਾਜਵਾ ਸਾਹਿਬ ਦੇ ਖਿਲਾਫ ਵੀ ਉਤਾਰਦੀ ਆ ਤਾਂ ਉਹਨਾਂ ਦੇ ਖਿਲਾਫ ਵੀ ਚੋਣ ਲੜ ਸਕਦਾ ਹਾਂ ਅੱਜ ਦਾ ਪੌਡਕਾਸਟ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ